ਹਾਲੇਲੂਯਾ ਸਾਰੇ ਜੈਮ ਸੀ ਕਿ ਥੋੜ੍ਹੀ ਅੱਜ ਥੋੜ੍ਹਾ ਲੇਟ ਹੋ ਗਏ, ਇਸ ਲਈ ਸੋਰੀ, ਕਿਉਂਕਿ ਥੋੜ੍ਹੀ ਸੈਟਿੰਗ ਜੀ ਕਰ ਰਹੇ ਸੀ, ਉਹਦਾ ਕਰਕੇ ਥੋੜ੍ਹਾ ਜਿਹਾ ਟਾਈਮ ਲੱਗ ਗਿਆ। ਸੋ ਖੁਦਾ ਤੁਹਾਨੂੰ ਬਹੁਤ ਜ਼ਿਆਦਾ ਆਸ਼ਿਸ਼ ਔਰ ਬਰਕਤ ਦੇਵੇ। ਕੱਲ੍ਹ ਅਸੀਂ ਪਹੁੰਚੇ ਸੀਗੇ ਇਹਦੇ ਹਿੱਸੇ ਦੇ ਵਿੱਚ ਕਿ ਇਸਰਾਇਲੀ ਲੋਕ ਜਿਹੜੇ ਸਨ ਉਹ ਦੁਨੀਆਂ ਦੇ ਲਗਭਗ 112 ਦੇਸ਼ਾਂ ਦੇ ਵਿੱਚ ਖਿੰਡ ਗਏ, ਔਰ ਅਸੀਂ ਇਸ ਵਿਸ਼ੇ ਨੂੰ ਲੈ ਕੇ ਚੱਲ ਰਹੇ ਹਾਂ ਵੀ ਇਹਨਾਂ ਦੇ ਨਾਲ ਇਹ ਸਭ ਕਿਉਂ ਹੋਇਆ, ਆਗਿਆ ਦੇ ਵਿੱਚ ਬਣੇ ਨਾ ਰਹਿਣ ਦਾ ਕਰਕੇ ਇਹਨਾਂ ਉੱਤੇ ਸਾਰਾ ਕੁਛ ਵਾਪਰਿਆ, ਔਰ ਇਹਨਾਂ ਨਾਲ ਇਹ ਜੋ ਕੁਛ ਵਾਪਰਿਆ ਆ ਉਹ ਸਾਨੂੰ ਇੱਕ ਸਿੱਖਿਆ ਦਿੰਦਾ ਆ ਕਿ ਅਸੀਂ ਆਪਣੇ ਸਿਰਜਣਹਾਰ ਪਰਮੇਸ਼ੁਰ ਦੀ ਆਗਿਆ ਦੇ ਵਿੱਚ ਬਣੇ ਰਹਿਣਾ ਆ। ਅਗਰ ਅਸੀਂ ਉਹਦੀ ਆਗਿਆ ਦੇ ਵਿੱਚ ਬਣੇ ਰਹਿੰਦੇ ਹਾਂ ਤਾਂ ਸਾਡੇ ਲਈ ਇੱਕ ਬਹੁਤ ਵੱਡੀ ਆਸ਼ਿਸ਼ ਦਾ ਕਾਰਨ ਬਣੇਗਾ। ਸਾਡੇ ਜਲੰਧਰ ਤੋਂ ਸਾਡੇ ਬੜੇ ਅਜੀਜ਼ ਰਜੇਸ਼ ਭੱਟੀ ਜੀ ਵੀ ਅੱਜ ਸਾਡੇ ਨਾਲ ਔਨਲਾਈਨ 'ਤੇ ਨੇ, ਔਰ ਭੱਟੀ ਸਾਹਿਬ ਰੱਬ ਤੁਹਾਨੂੰ ਬਹੁਤ ਜ਼ਿਆਦਾ ਆਸ਼ਿਸ਼ ਔਰ ਬਰਕਤ ਦੇਵੇ, ਤੁਹਾਡੇ ਖਾਨਦਾਨ ਦੇ ਉੱਤੇ ਉਹਦੀ ਕਿਰਪਾ ਬਣੀ ਰਹੇ ਜੀ। ਸੋ ਆਓ ਅਸੀਂ ਦੇਖਦੇ ਹਾਂ, ਅੱਗੇ ਵੱਧਦੇ ਹਾਂ। ਜਬੂਰ 102 ਉਹਦੀ 3 ਆਇਤ, ਭਜਨ ਸੰਹਿਤਾ 102 ਉਹਦੀ 13 ਆਇਤ, ਕਿ ਪਹਿਲਾਂ ਅਸੀਂ ਇਹਨਾਂ ਦੀ ਬਰਬਾਦੀ ਨੂੰ ਦੇਖਿਆ ਕਿ ਕਿਵੇਂ ਆਗਿਆ ਨਾ ਮੰਨਣ ਦਾ ਕਰਕੇ ਪਰਮੇਸ਼ੁਰ ਨੇ ਇਹਨਾਂ ਨੂੰ ਬਰਬਾਦ ਕੀਤਾ, ਔਰ ਲਗਭਗ 1800 ਤੋਂ ਲੈ ਕੇ 1900 ਸਾਲਾਂ ਤੱਕ ਇਹਨਾਂ ਨੂੰ ਘਰੋਂ ਬੇਘਰ ਰੱਖਿਆ। ਇੱਕ ਐਸੀ ਕੌਮ ਜਿਹਦਾ ਦੇਸ਼ ਹੀ ਰੱਬ ਨੇ ਖੋਲਿਆ, ਇੱਕ ਐਸੀ ਕੌਮ ਜਿਹਨੂੰ ਪਹਿਲਾਂ ਉਸ ਦੇਸ਼ 'ਚ ਲੈ ਕੇ ਆਇਆ ਜਿਹੜਾ ਦੇਸ਼ ਹੀ ਉਹਨਾਂ ਦਾ ਨਹੀਂ ਸੀ, ਔਰ ਜਦੋਂ ਆਗਿਆ ਤੋੜੀ ਫਿਰ ਉਹਨਾਂ ਦੇ ਕੋਲੋਂ ਉਹਨਾਂ ਦਾ ਦੇਸ਼ ਹੀ ਖੋਲਿਆ। ਦੁਨੀਆਂ ਵਿੱਚ ਇਹ ਇੱਕੋ ਇੱਕ ਐਸੀ ਕੌਮ ਆ ਜਿਹਦੇ ਦੇਸ਼ ਨੂੰ ਹੀ ਉਹਦੇ ਕੋਲੋਂ ਖੋਹ ਲਿਆ ਜਾਵੇ, ਔਰ ਇਹ ਇੱਕ ਉਹ ਕੌਮ ਆ ਜਿਹੜੀ 1800-1900 ਸਾਲਾਂ ਤੱਕ ਆਪਣੇ ਦੇਸ਼ 'ਚ ਵਾਪਸ ਨਾ ਆ ਸਕੇ, ਔਰ ਦੁਨੀਆਂ ਦੇ ਵਿੱਚ ਇਹਨਾਂ ਨੂੰ ਪਰਦੇਸੀ ਹੋ ਕੇ ਰਹਿਣਾ ਪਵੇ। ਸੋ ਇਹਨਾਂ ਉੱਤੇ ਆਈ ਇਹ ਉਰਦੂ ਦੇ ਵਿੱਚ ਲਾਹਨਤ ਸ਼ਬਦ ਆ, ਪੰਜਾਬੀ ਵਿੱਚ ਅਸੀਂ ਸਰਾਪ ਕਹਿ ਦਿੰਦੇ ਹਾਂ, ਹਿੰਦੀ ਵਿੱਚ ਸ਼ਰਾਪ ਕਹਿ ਦਿੰਦੇ ਹਾਂ। ਸੋ ਇਹਨਾਂ ਉੱਤੇ ਆਈ ਹੋਈ ਇਹ ਜਿਹੜੀ ਲਾਹਨਤ ਆ ਇਹਨੂੰ ਅਸੀਂ ਦੇਖਦੇ ਹਾਂ, ਔਰ ਕਿਉਂ ਆਈ ਅਸੀਂ ਇਹਦੇ ਉੱਤੇ ਵੀ ਦੇਖਿਆ, ਔਰ ਐਸੀ ਲਾਹਨਤ ਦੁਨੀਆਂ ਵਿੱਚ ਸ਼ਾਇਦ ਹੀ ਕੋਈ ਕੌਮ ਹੋਵੇ ਜਿਹਦੇ ਉੱਤੇ ਇਸ ਤਰੀਕੇ ਦੇ ਨਾਲ ਆਈ ਹੋਵੇ। ਔਰ ਅਸੀਂ ਕੱਲ੍ਹ ਇਹਨਾਂ ਦਾ ਇਹ ਵੀ ਦੇਖਿਆ ਸੀ ਕਿ ਫਿਰ ਵੀ ਕਿੰਨੇ ਪੱਥਰ ਦਿਲ ਅਤੇ ਕਿੰਨੇ ਕਠੋਰ ਬਣੇ ਰਹੇ, ਔਰ ਇੰਨੇ ਕਠੋਰ ਬਣੇ ਰਹਿਣ ਦੇ ਕਾਰਨ ਇਹਨਾਂ ਦੀ ਜਿਹੜੀ ਸਜ਼ਾ ਉਹ ਵੱਧਦੀ ਗਈ, ਔਰ ਇਹ ਪਸ਼ਚਾਤਾਪ ਕਰਨ ਵਾਲੇ ਪਾਸੇ ਆਏ ਨੇ। ਸੋ ਇੰਨੀ ਵੱਡੀ ਸਜ਼ਾ ਤੋਂ ਬਾਅਦ ਪਰਮੇਸ਼ੁਰ ਫਿਰ ਆਪਣੇ ਦਾਸਾਂ ਨੂੰ ਕਹੇ ਹੋਏ ਆਪਣੇ ਵਚਨਾਂ ਨੂੰ ਯਾਦ ਕਰਦਾ ਆ, ਆਪਣੇ ਵਾਅਦਿਆਂ ਨੂੰ ਯਾਦ ਕਰਦਾ ਆ, ਔਰ 102 ਜਬੂਰ ਦੀ 13 ਆਇਤ ਤੋਂ ਅਸੀਂ ਪੜ੍ਹਦੇ ਹਾਂ, ਤੂੰ ਉੱਠ ਕਰ ਸਿਯੋਨ ਪਰ ਦਇਆ ਕਰੇਗਾ। ਪਹਿਲਾਂ ਤੋਂ ਲਿਖ ਦਿੱਤਾ ਗਿਆ ਸੀ ਯਰੂਸ਼ਲਮ ਸ਼ਹਿਰ ਨੂੰ ਪਰਮੇਸ਼ੁਰ ਸਿਯੋਨ ਦੀ ਹੀ ਨਜ਼ਰ ਦੇ ਨਾਲ ਦੇਖਦਾ ਹੈ, ਔਰ ਇਹਨਾਂ ਦੋਨਾਂ ਸ਼ਬਦਾਂ ਦੇ ਵਿੱਚ ਕੋਈ ਖਾਸ ਅੰਤਰ ਨਹੀਂ ਹੈ। ਤੂੰ ਉੱਠ ਕਰ ਸਿਯੋਨ ਪਰ ਦਇਆ ਕਰੇਗਾ ਕਿਉਂਕਿ ਉਸ ਪਰ ਅਨੁਗ੍ਰਹਿ ਕਰਨੇ ਕਾ ਠਹਿਰਾਇਆ ਹੋਇਆ ਸਮਾਂ ਆ ਪਹੁੰਚਾ ਹੈ। ਅਸੀਂ ਕੱਲ੍ਹ ਦੇਖਿਆ ਸੀ ਕਿਵੇਂ 70 ਈਸਵੀ ਦੇ ਵਿੱਚ ਪਰਮੇਸ਼ੁਰ ਨੇ ਇਹਨਾਂ ਨੂੰ ਬਰਬਾਦ ਕੀਤਾ, ਔਰ ਕਿਵੇਂ
70 ਈਸਵੀ ਦੇ ਵਿੱਚ 30 ਸਾਲ ਤੁਸੀਂ ਹੋਰ ਪਾਓ ਤੇ ਉਹ ਪੂਰਾ 100 ਬਣ ਜਾਂਦਾ ਹੈ। ਉਸ ਤੋਂ ਬਾਅਦ 1948 ਯਾਨੀ ਕਿ ਇਹਦੀ ਕਾਊਂਟਿੰਗ ਕਰਾਂਗੇ ਤੇ 1848 ਇੱਕ ਔਰ 30 ਉਹਦੇ ਵਿੱਚ ਹੋਰ ਜਮ੍ਹਾਂ ਕਰ ਲਈਏ ਤੇ ਅਗਰ 48 ਵਿੱਚ ਤੁਸੀਂ 30 ਜਮ੍ਹਾਂ ਕਰੋ ਤੇ ਆਈ ਥਿੰਕ ਮੇਰਾ ਖਿਆਲ 78 ਬਣ ਜਾਂਦੇ ਹੈ। 1878 ਸਾਲਾਂ ਤੱਕ ਇਹਨਾਂ ਦੀ ਅਣ ਆਗਿਆਕਾਰੀ, ਇਹਨਾਂ ਦਾ ਪਰਮੇਸ਼ੁਰ ਦੇ ਵਿੱਚ ਬਣੇ ਨਾ ਰਹਿਣਾ, ਉਹਦੀ ਸਜ਼ਾ, ਯਸੂ ਮਸੀਹ ਨੂੰ ਮਸੀਹ ਕਰਕੇ ਕਬੂਲ ਨਾ ਕਰਨਾ ਉਹਦੀ ਸਜ਼ਾ, ਯਸੂ ਮਸੀਹ ਦੇ ਲਈ ਸਲੀਬੀ ਮੌਤ ਮੰਗਣਾ ਉਹਦੀ ਸਜ਼ਾ, ਔਰ ਸਭ ਤੋਂ ਖਤਰਨਾਕ ਜਿਹੜੀ ਵਰਸ ਨੂੰ ਲੈ ਕੇ ਅਸੀਂ ਚੱਲੇ ਸੀ ਕਿ ਇਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਉਹਨੂੰ ਸਲੀਬ ਦੇਣ ਦੇ ਲਈ ਕਿ ਇਹਦਾ ਲਹੂ ਸਾਡੇ ਅਤੇ ਸਾਡੀ ਸੰਤਾਨ ਦੇ ਉੱਤੇ ਆਵੇ, ਪਰ ਇਹਨੂੰ ਕਿਸੇ ਤਰ੍ਹਾਂ ਤੁਸੀਂ ਸਲੀਬ ਦਿਓ। ਸੋ ਇਹ ਸਾਰੀ ਸਜ਼ਾ ਜਿਹੜੀ 1878 ਸਾਲਾਂ ਤੱਕ ਇਸ ਕੌਮ ਦੇ ਉੱਤੇ ਬਣੀ ਰਹੀ। ਔਰ ਫਿਰ ਪਰਮੇਸ਼ੁਰ ਸਰਵਜਨਕ ਤੌਰ ਦੇ ਉੱਤੇ ਇਹਨਾਂ ਦਾ ਦੇਸ਼ ਘੋਸ਼ਿਤ ਕਰਕੇ ਇਹਨਾਂ ਨੂੰ ਲੈ ਕੇ ਆਉਂਦਾ। ਵਾਪਸੀ ਅਸੀਂ ਦੇਖੀ ਸੀ ਕਿ 1917 ਦੇ ਵਿੱਚ ਇਹਨਾਂ ਦੀ ਸ਼ੁਰੂ ਹੋ ਗਈ ਸੀ, ਲੇਕਿਨ ਦੇਸ਼ ਕਰਕੇ ਇਹਨਾਂ ਨੂੰ ਜਿਹੜਾ ਮਿਲਿਆ ਅਸਲ ਦੇ ਵਿੱਚ ਆਜ਼ਾਦੀ ਜਿਹੜੀ ਪੂਰਨ ਤੌਰ ਦੇ ਉੱਤੇ ਇਹਨਾਂ ਨੂੰ ਪ੍ਰਾਪਤ ਹੋਈ ਉਹ 1948 ਦੇ ਵਿੱਚ ਇਹਨਾਂ ਨੂੰ ਉਹ ਮਿਲੀ, 14 ਮਈ 1948। ਲੇਕਿਨ ਪਰਮੇਸ਼ੁਰ ਫਿਰ ਇੰਨਾ ਕੁਛ ਹੋਣ ਤੋਂ ਬਾਅਦ ਅਬਰਾਹਮ, ਇਸਹਾਕ ਅਤੇ ਯਕੂਬ ਦੇ ਨਾਲ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਯਾਦ ਕਰਦਾ ਆ, ਦਾਊਦ ਹੁਣਾਂ ਨਾਲ ਕੀਤੇ ਹੋਏ ਆਪਣੇ ਵਾਅਦਿਆਂ ਨੂੰ ਯਾਦ ਕਰਦਾ ਆ, ਉਹਨਾਂ ਦੁਆਰਾ ਕੀਤੀਆਂ ਗਈਆਂ ਭਵਿੱਖਬਾਣੀਆਂ ਜਿਹੜੀਆਂ ਉਹਨਾਂ ਨੇ ਆਤਮਾ ਦੀ ਪ੍ਰੇਰਣਾ ਦੇ ਨਾਲ ਕੀਤੀਆਂ ਸੀ। ਅੱਜ ਕੱਲ੍ਹ ਤਾਂ ਲੋਕ ਆਪਣੀ ਪ੍ਰੇਰਣਾ ਦੇ ਨਾਲ ਹੀ ਕਰੀ ਜਾਂਦੇ ਨੇ, ਆਪਣੇ ਭਵਿੱਖਬਾਣੀਆਂ ਤੁਸੀਂ ਦੇਖੀਆਂ ਹੀ ਆ ਪਿਛਲੇ ਦਿਨਾਂ ਦੇ ਵਿੱਚ, ਔਰ ਅਸੀਂ ਉਹਨੂੰ ਕਾਫੀ ਸਾਰਾ ਦੁਨੀਆਂ ਦੇ ਕੋਲ ਖੋਲ੍ਹ ਕੇ ਵੀ ਲਿਆਂਦਾ ਹੈ ਕਿ, ਔਰ ਫਿਰ ਉਹਦੇ ਪਰੂਫ ਵੀ ਦਿੱਤੇ ਆ ਬਾਈਬਲ ਦੇ ਵਿੱਚੋਂ ਕਿ ਇਹ ਆਤਮਾ ਵੱਲੋਂ ਨਹੀਂ ਬਲਕਿ ਬੁੱਧੀ ਤੋਂ ਭਵਿੱਖਬਾਣੀ ਕਰਦੇ ਆ। ਔਰ ਵਚਨ ਦੱਸਦਾ ਆ ਕਿ ਇਨਸਾਨ ਦੀ ਆਪਣੀ ਅਕਲ ਨਾਲ ਕੀਤੀ ਹੋਈ ਭਵਿੱਖਬਾਣੀ ਪੂਰੀ ਨਹੀਂ ਹੁੰਦੀ ਬਲਕਿ ਆਤਮਾ ਦੀ ਪ੍ਰੇਰਣਾ ਦੇ ਨਾਲ ਨਬੀ ਲੋਕ ਭਵਿੱਖਬਾਣੀ ਨੂੰ ਕਰਦੇ ਆ। ਸੋ ਅਸੀਂ ਦੇਖਿਆ ਸੀ ਪਿਛਲੇ ਦਿਨਾਂ 'ਚ ਕਿਵੇਂ 31 ਤਰੀਕ ਦੇ ਲਈ ਕੀਤੀ ਗਈ ਭਵਿੱਖਬਾਣੀ ਝੂਠੀ ਸਾਬਤ ਹੋਈ, ਔਰ ਹੁਣ ਉਸੇ ਬੰਦੇ ਨੂੰ ਫਿਰ ਵੀ ਅਜੇ ਸ਼ਰਮ ਨਹੀਂ ਆਈ। ਸਾਨੂੰ ਕਹਿੰਦਿਆਂ ਹੋਇਆ ਸ਼ਰਮ ਆ ਜਾਂਦੀ ਕਿਉਂਕਿ ਕਈ ਲੋਕ ਕਹਿ ਦਿੰਦੇ ਆ ਉਹਨੂੰ ਵੀ ਉਹ ਸੇਵਕ ਹੈ ਜੀ, ਤੁਸੀਂ ਇੰਨੀ ਕਲਾਸ ਨਾ ਲਾਇਆ ਕਰੋ। ਸੋ ਜਿਹਨਾਂ ਦੀਆਂ ਅੱਖਾਂ ਬੰਦ ਆ, ਜਿਹੜੇ ਅੰਧ ਭਗਤ ਆ, ਜਿਹਨਾਂ ਨੂੰ ਵਚਨ ਦਾ ਗਿਆਨ ਨਹੀਂ ਆ, ਉਹਨਾਂ ਦੇ ਲਈ ਜ਼ਰੂਰ ਉਹ ਸੇਵਕ ਆ। ਲੇਕਿਨ ਅਸੀਂ ਜਿਹੜੇ ਵਚਨ ਦੇ ਨਾਲ ਖੇਡਦੇ ਆ, ਵਚਨ ਦੀ ਤੌਹੀਨ ਕਰਦੇ ਆ, ਉਹਨਾਂ ਨੂੰ ਅਸੀਂ ਸੇਵਕਾਂ ਦੀ ਗਿਣਤੀ ਦੇ ਵਿੱਚ ਨਾ ਕਦੇ ਗਿਣਿਆ ਅਤੇ ਫਿਊਚਰ ਦੇ ਵਿੱਚ ਵੀ ਨਾ ਕਦੇ ਅਸੀਂ ਗਿਣ ਸਕਦੇ ਹਾਂ ਜਿਹੜੇ ਵਚਨ ਦੀ ਤੌਹੀਨ ਕਰਦੇ ਆ। ਵਚਨ ਦੀ ਤੌਹੀਨ ਕਰਨ ਵਾਲਿਆਂ ਦੇ ਅਸੀਂ ਖਿਲਾਫ਼ ਬੋਲਦੇ ਆਏ ਹਾਂ, ਔਰ ਜਦੋਂ ਤੱਕ ਅਸੀਂ ਇਸ ਧਰਤੀ ਉੱਤੇ ਰਵਾਂਗੇ ਅਸੀਂ ਬੋਲਦੇ ਰਵਾਂਗੇ, ਕਿਉਂਕਿ ਪਰਮੇਸ਼ੁਰ ਨੇ ਇਹ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ। ਜਿਹਨੂੰ ਲੋਕ ਬਲੇਮ ਕਹਿ ਦਿੰਦੇ ਆ, ਇਹ ਬਲੇਮ ਨਹੀਂ ਹੈ। ਬਲੇਮ ਤਾਂ ਉਹ ਹੁੰਦਾ ਵੀ ਅਗਲੇ ਨੇ ਕੀਤਾ ਨਾ ਹੋਵੇ ਤਾਂ ਅਸੀਂ ਐਵੇਂ ਉਹਦੇ ਉੱਤੇ ਝੂਠੇ ਲਾਂਛਣ ਲਾਈਏ ਜਾਈਏ ਤਾਂ ਉਹ ਬਲੇਮ ਹੁੰਦਾ ਹੈ। ਅਤੇ ਜਿਹੜੀ ਗੱਲ ਅਸੀਂ ਕਹਿੰਦੇ ਹਾਂ ਉਹ ਤਾਂ ਸਾਬਤ ਕਰਦੇ ਨਾ, ਤੁਹਾਡੇ ਸਾਹਮਣੇ ਹੁੰਦੀ, ਵੀਡੀਓ ਚੱਲ ਰਹੀ ਹੁੰਦੀ ਤਾਂ ਉਹਦੇ ਉੱਤੇ ਅਸੀਂ ਦੱਸ ਰਹੇ ਹੁੰਦੇ ਵੀ ਇਹ ਬੰਦਾ ਜਿਹੜਾ ਆ ਇਹ ਬਿਲਕੁਲ ਆਤਮਾ ਦੇ ਦੁਆਰਾ ਨਹੀਂ ਚੱਲ ਰਿਹਾ ਔਰ ਬਿਲਕੁਲ ਇਹ ਗਲਤ ਗੱਲ ਕਰ ਰਿਹਾ ਹੈ। ਹੁਣ 14 ਅਪ੍ਰੈਲ ਨੂੰ
ਉਹਨੇ ਮਿੱਠੀਆਂ ਚੀਜ਼ਾਂ ਖਾਣ ਤੋਂ ਮਨ੍ਹਾ ਕੀਤਾ ਆ, ਕੌੜੀਆਂ ਚੀਜ਼ਾਂ ਖਾਣੀਆਂ ਆ ਆਪਣੇ ਘਰਾਂ ਦੇ ਦਰਵਾਜ਼ਿਆਂ ਦੇ ਉੱਤੇ, ਤੁਸੀਂ ਯਿਸੂ ਮਸੀਹ ਦਾ ਲਹੂ ਲਾਉਣਾ ਆ। ਔਰ ਇਹੋ ਜਿਹੇ ਬੁੱਧੀਹੀਣ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਦਰਵਾਜ਼ਿਆਂ ਦੇ ਉੱਤੇ ਜਿਹੜਾ ਸੀ ਉਹ ਬੱਕਰਿਆਂ ਦਾ ਲਹੂ ਲਾਇਆ ਗਿਆ ਸੀ, ਲੇਕਿਨ ਮਸੀਹੀ ਲੋਕਾਂ ਦੇ ਉੱਤੇ, ਨਵਾਂ ਜਨਮ ਪਾਏ ਹੋਏ ਲੋਕਾਂ ਦੇ ਉੱਤੇ ਪ੍ਰਭੂ ਯਿਸੂ ਮਸੀਹ ਦਾ ਲਹੂ ਆ। ਨਵਾਂ ਜਨਮ ਪਾਏ ਹੋਏ ਲੋਕ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਵਿੱਚ ਛੁਪੇ ਹੋਏ ਲੋਕ ਆ। ਔਰ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਛੁਪੇ ਹੋਏ, ਜਿਵੇਂ ਵਚਨ ਦੱਸਦਾ ਕਿ ਉਹਨਾਂ ਨੇ ਯਿਸੂ ਮਸੀਹ ਨੂੰ ਪਹਿਨ ਲਿਆ, ਹੁਣ ਅਸੀਂ ਯਿਸੂ ਮਸੀਹ ਦੇ ਉੱਤੇ ਯਿਸੂ ਮਸੀਹ ਦਾ ਲਹੂ ਨਹੀਂ ਲਾ ਸਕਦੇ। ਯਿਸੂ ਮਸੀਹ ਦਾ ਲਹੂ ਪਾਪੀਆਂ ਦੇ ਲਈ ਬਹਾਇਆ ਗਿਆ ਔਰ ਪਾਪੀਆਂ ਨੂੰ ਮੌਕਾ ਮਿਲਿਆ ਕਿ ਆਪਣੇ ਆਪ ਨੂੰ ਉਹਦੇ ਪਵਿੱਤਰ ਲਹੂ ਦੇ ਵਿੱਚ ਛੁਪਾ ਸਕਣ। ਸੋ ਹੁਣ ਜਿਹਨੇ ਨਵਾਂ ਜਨਮ ਪਾਇਆ, ਜਿਹਨੇ ਬਪਤਿਸਮਾ ਲਿਆ ਆ, ਉਹ ਔਲਰੇਡੀ ਯਿਸੂ ਮਸੀਹ ਦੇ ਲਹੂ 'ਚ ਛੁਪਿਆ ਹੋਇਆ ਆ। ਅਤੇ ਹੁਣ ਯਿਸੂ ਮਸੀਹ ਦੇ ਲਹੂ 'ਚ ਜਿਹੜਾ ਛੁਪਿਆ ਹੋਇਆ, ਹੁਣ ਯਿਸੂ ਮਸੀਹ ਦੇ ਉੱਤੇ ਥੋੜ੍ਹੀ ਯਿਸੂ ਮਸੀਹ ਦਾ ਲਹੂ ਅਸੀਂ ਲਵਾਂਗੇ, ਹੈ ਨਾ। ਸੋ ਇਹਨਾਂ ਨੂੰ, ਅਗਿਆਨੀ ਲੋਕਾਂ ਨੂੰ, ਘੱਟੋ ਘੱਟ ਇੰਨੀ ਅਕਲ ਹੋਣੀ ਚਾਹੀਦੀ ਆ ਔਰ ਇਹਨਾਂ ਨੂੰ ਇੰਨੀ ਸ਼ਰਮ ਹੋਣੀ ਚਾਹੀਦੀ ਆ। ਜੇ ਤੁਹਾਨੂੰ ਵਚਨ ਦਾ ਨਹੀਂ ਪਤਾ, ਸੰਸਾਰ ਦੇ ਵਿੱਚ ਖੁਦਾ ਨੇ ਬਹੁਤ ਲੋਕ ਬਿਠਾਏ ਹੋਏ ਆ ਜਿਹੜੇ ਵਚਨ ਦਾ ਗਿਆਨ ਰੱਖਦੇ ਆ, ਅਤੇ ਤੁਸੀਂ ਉਹਨਾਂ ਦੇ ਕੋਲੋਂ ਵਚਨ ਸਿੱਖ ਕੇ ਸੇਵਾ ਕਰੀ ਚਲੋ, ਠੀਕ ਹੈ, ਖੁਦਾ ਨੇ ਤੁਹਾਨੂੰ ਬੁਲਾਇਆ ਆ, ਬੜੀ ਸਾਰੇ ਤੁਹਾਡੇ ਦੁਆਰਾ ਖੁਦਾ ਨੇ ਇਹੋ ਜਿਹੇ ਲੋਕਾਂ ਨੂੰ ਬੁਲਾਇਆ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੁਣ ਵਚਨ ਦੇ ਨਾਲ ਹੀ ਖਿਲਵਾੜ ਕਰੋ ਔਰ ਵਚਨ ਨੂੰ ਤੋੜ ਮਰੋੜਨਾ ਸ਼ੁਰੂ ਕਰ ਦਿਓ। ਸੋ ਇਹੋ ਜਿਹੀਆਂ ਗੱਲਾਂ ਜਦੋਂ ਅਸੀਂ ਦੇਖਦੇ ਫਿਰ ਨਹੀਂ ਰਿਹਾ ਜਾਂਦਾ ਔਰ ਸਾਨੂੰ ਬੋਲਣਾ ਪੈਂਦਾ ਆ, ਔਰ ਸਾਨੂੰ ਪਤਾ ਇਸ ਬੋਲਣ ਦਾ ਕਰਕੇ ਸਾਨੂੰ ਬਹੁਤ ਸਾਰਾ ਬੇਇੱਜ਼ਤ ਵੀ ਹੋਣਾ ਪੈਂਦਾ ਆ। ਔਰ ਇਹੋ ਜਿਹੇ ਲੋਕ ਜਿਹੜੇ ਝੂਠ ਦਾ ਸਹਾਰਾ ਲੈ ਕੇ ਸੇਵਕਾ ਕਰਦੇ ਆ, ਇਹਨਾਂ ਦੇ ਖਿਲਾਫ਼ ਮੋਰਚਾ ਖੋਲ੍ਹਣ ਦੇ ਵੇਲੇ ਸਾਨੂੰ ਕਈ ਆਪਣੇ ਅਜ਼ੀਜ਼ਾਂ ਨੂੰ ਵੀ ਗੁੱਸੇ ਕਰਨਾ ਪੈਂਦਾ, ਉਹਨਾਂ ਦਾ ਵੀ ਗੁੱਸਾ ਝੱਲਣਾ ਪੈਂਦਾ, ਕਿਉਂਕਿ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਇੰਨਾ ਗਿਆਨ ਨਹੀਂ ਹੁੰਦਾ ਔਰ ਉਹਨਾਂ ਨੂੰ ਵੀ ਲੱਗਦਾ ਕਿ ਸ਼ਾਇਦ ਅਸੀਂ ਇਹਨਾਂ ਦਾ ਕੋਈ ਜਲਨ ਕਰਦੇ ਹੋਵਾਂਗੇ ਜਾਂ ਕੋਈ ਐਸੀ ਗੱਲ ਆ। ਪਰ ਅਸੀਂ, ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਸਾਡਾ ਇਹੋ ਜਿਹਾ ਕੋਈ ਮੂਡ ਨਹੀਂ ਆ, ਨਾ ਸਾਨੂੰ ਕਿਸੇ ਨਾਲ ਕੋਈ ਜਲਨ ਹੈ। ਔਰ ਸਾਨੂੰ ਜਲਨ ਹੋਵੇ ਵੀ ਕਿਉਂ, ਮੈਂ ਤਾਂ ਅਮੈਰੀਕਾ 'ਚ ਬੈਠਾ, ਇੱਥੇ ਮੈਂ ਸੇਵਾ ਕਰਦਾ ਹਾਂ, ਅਤੇ ਮੈਂ ਕੀ ਲੈਣਾ ਦੇਣਾ ਕੋਈ ਇੰਡੀਆ ਵਿੱਚ ਜੋ ਮਰਜ਼ੀ ਕਰੇ। ਲੇਕਿਨ ਜਦੋਂ ਵਚਨ ਦੇ ਨਾਲ ਖਿਲਵਾੜ ਹੁੰਦੇ ਦੇਖਦੇ ਹਾਂ, ਵਚਨ ਦੇ ਨਾਲ ਛੇੜਛਾੜ ਕਰਨਾ ਮਤਲਬ ਮੇਰੇ ਮੁਕਤੀਦਾਤਾ, ਮੇਰੀ ਕੀਮਤ ਦੇਣ ਵਾਲੇ, ਮੇਰੇ ਪ੍ਰਭੂ ਯਿਸੂ ਮਸੀਹ ਦੇ ਨਾਲ ਛੇੜਛਾੜ ਕਰਨ ਦੇ ਬਰਾਬਰ। ਉਹ ਜਿਹੜਾ ਮੇਰੇ ਪ੍ਰਭੂ ਦੇ ਨਾਲ ਛੇੜਛਾੜ ਕਰੇਗਾ, ਮੈਂ ਉਹਨੂੰ ਬੇਨਕਾਬ 100% ਕਰਾਂਗਾ, ਔਰ ਉਹਦੇ ਵਿੱਚ ਅਗਰ ਮੈਂ ਕੁਛ ਗਲਤ ਕਰਾਂ ਤਾਂ ਪ੍ਰਭੂ ਮੈਨੂੰ ਜ਼ਰੂਰ ਸਜ਼ਾ ਵੀ ਦੇਵੇ। ਲੇਕਿਨ ਜਿਹੜਾ ਵਚਨ ਦੇ ਨਾਲ ਖੇਡੇਗਾ, ਉਹਨੂੰ ਅਸੀਂ ਜ਼ਰੂਰ ਵਚਨ ਦੇ ਨਾਲ ਸੁਧਾਰਨ ਦੀ ਕੋਸ਼ਿਸ਼ ਕਰਾਂਗੇ। ਸੋ ਆਉਂਦੇ ਹਾਂ ਵਚਨ ਦੇ ਉੱਤੇ। ਤੂੰ ਉੱਠ ਕਰ ਸਿਓਨ ਪਰ ਦਇਆ ਕਰੇਗਾ, ਕਿਉਂਕਿ ਉਸ ਪਰ ਅਨੁਗ੍ਰਹਿ ਕਰਨੇ ਕਾ ਠਹਿਰਾਇਆ ਹੋਇਆ ਸਮੇਂ ਆ ਪਹੁੰਚਾ। ਇੱਕ ਸਮਾਂ ਉਹਨਾਂ ਦਾ ਸਜ਼ਾ ਦਾ ਸੀ, ਹੁਣ ਸਜ਼ਾ ਦਾ ਸਮਾਂ ਜਦੋਂ ਨਿਕਲ ਜਾਵੇਗਾ। ਖੁਦਾ ਨੇ ਆਪਣੇ ਦਾਸ ਦੇ ਉੱਤੇ ਪਹਿਲਾਂ ਹੀ ਇਸ ਚੀਜ਼ ਨੂੰ ਪ੍ਰਗਟ ਕੀਤਾ ਹੈ ਕਿ ਉਹ ਸਮਾਂ ਜਿਹੜਾ ਸਜ਼ਾ ਦਾ ਸਮਾਂ ਹੈ ਉਹਨਾਂ ਦੇ ਉੱਤੇ ਹਮੇਸ਼ਾ ਬਣਿਆ ਨਹੀਂ ਰਹੇਗਾ। ਇੱਕ ਸਮਾਂ ਆਵੇਗਾ ਉਹਨਾਂ ਦੇ ਉੱਤੋਂ ਸਜ਼ਾ ਹਟਾਈ ਜਾਵੇਗੀ, ਕਿਉਂਕਿ ਅਬਰਾਹਮ, ਇਸਹਾਕ ਅਤੇ ਯਾਕੂਬ ਦੇ ਨਾਲ ਕੀਤੇ ਹੋਏ ਵਾਅਦੇ ਨੂੰ ਪਰਮੇਸ਼ੁਰ ਪੂਰਾ ਕਰੇਗਾ। ਸੋ 16 ਵਰਸ ਵਿੱਚ ਲਿਖਿਆ ਹੈ, ਕਿਉਂਕਿ ਯਹੋਵਾ ਨੇ ਸਿਓਨ ਕੋ ਫਿਰ ਬਸਾਇਆ। ਇੱਥੇ ਇਹ ਨਹੀਂ ਲਿਖਿਆ ਬਸਾਵੇਗਾ, ਦਾਸ ਦੇ ਉੱਤੇ ਪ੍ਰਗਟ ਕਰਦਾ ਪਿਆ ਵੀ ਉਹਨਾਂ ਦਾ ਸਮਾਂ ਹੁਣ ਪੀੜਾ ਦਾ ਖਤਮ ਹੋ ਗਿਆ ਅਤੇ ਮੈਂ ਬਸਾ ਦਿੱਤਾ ਹੈ। ਸੋ ਇਸ ਕਰਕੇ ਲਿਖਿਆ ਕਿਉਂਕਿ ਯਹੋਵਾ ਨੇ ਸਿਓਨ ਕੋ ਬਸਾਇਆ। ਸੋ ਦਰਸ਼ਨ ਕੀ ਹੈ, ਪਹਿਲਾਂ ਹੀ ਉਹਨੂੰ ਦਿਖਾ ਰਿਹਾ ਆ, ਉਜਾੜ ਦਿਆਂਗਾ, ਇਹ ਵੀ ਨਬੀਆਂ ਨੂੰ ਪਹਿਲਾਂ ਦਿਖਾਇਆ, ਹੁਣ ਉਹਨੂੰ ਸਵਾਰਨ ਦਾ ਸਮਾਂ ਆਇਆ, ਉਹ ਵੀ ਨਬੀਆਂ ਨੂੰ ਪਹਿਲਾਂ ਹੀ ਦਿਖਾ ਦਿੱਤਾ ਵੀ ਹੁਣ ਜਰੂਸ਼ਲਮ ਜਿਹੜਾ ਕੀ ਹੋਇਆ, ਸੰਵਰ ਗਿਆ ਹੈ, ਵਸਾਇਆ ਗਿਆ ਹੈ, ਕਿਉਂਕਿ ਯਹੋਵਾ ਨੇ ਸਿਓਨ ਕੋ ਫਿਰ ਵਸਾਇਆ।
ਵਹਿ ਆਪਣੀ ਮਹਿਮਾ ਕੇ ਸਾਥ ਦਿਖਾਈ ਦਿੱਤਾ ਹੈ। ਔਰ ਅੱਜ ਤੁਸੀਂ ਉਸ ਵਚਨ ਨੂੰ ਪੂਰਾ ਹੁੰਦੇ ਦੇਖਦੇ ਹੋ, ਜਿਵੇਂ ਅਸੀਂ ਪਿਛਲੇ ਦਿਨ ਸਿੱਖਿਆ ਕਿ ਜਿਹੜਾ ਸਰਾਪ ਉਹਨਾਂ ਦੇ ਲਈ ਅਨਾਊਂਸ ਕੀਤਾ ਗਿਆ ਸੀ, ਉਸ ਸਰਾਪ ਨੂੰ ਅਸੀਂ ਉਹਨਾਂ ਦੇ ਉੱਤੇ 78 ਸਾਲਾਂ ਤੱਕ ਠਹਿਰਿਆ ਦੇਖਿਆ, ਔਰ ਹੁਣ ਅਸੀਂ ਉਹਨਾਂ ਦੇ ਉੱਤੇ ਉਸ ਆਸ਼ਿਸ਼ ਨੂੰ ਵੀ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਹਾਂ। ਸੋ ਆਕਾਸ਼ ਅਤੇ ਜ਼ਮੀਨ ਟਲ ਸਕਦੇ ਆ, ਪਰ ਇੱਕ ਵਚਨ ਦੀ ਬਿੰਦੀ ਵੀ ਟਲ ਸਕਦੀ ਨਹੀਂ। ਸੋ ਉਸ ਨੂੰ ਅਸੀਂ ਆਪਣੀਆਂ ਅੱਖਾਂ ਦੇ ਨਾਲ ਪੂਰਾ ਹੁੰਦੇ ਦੇਖਦੇ ਹਾਂ, ਔਰ ਇਹਨੂੰ ਅਸੀਂ ਅੰਧ ਭਗਤੀ ਨਹੀਂ ਕਹਿ ਸਕਦੇ, ਇਹਨੂੰ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਹਿ ਸਕਦੇ, ਕਿਉਂਕਿ ਇੱਕ ਚੀਜ਼ ਆ ਜਿਹੜੀਆਂ ਸਾਡੀਆਂ ਨਜ਼ਰਾਂ ਦੇ ਸਾਹਮਣੇ ਸਾਬਤ ਹੋ ਰਹੀ ਹੈ। ਸੋ ਉਹ ਤੋਂ ਇਨਕਾਰ ਕੀਤਾ ਜਾ ਸਕਦਾ ਨਹੀਂ ਹੈ। 17 ਵਰਸ਼ ਲਿਖਿਆ ਵੈ ਲਚਾਰ ਕੀ ਪ੍ਰਾਰਥਨਾ ਕੀ ਔਰ ਮੂੰਹ ਕਰਤਾ ਹੈ ਔਰ ਉਨਕੀ ਪ੍ਰਾਰਥਨਾ ਕੋ ਤੁਸ਼ ਨਹੀਂ ਜਾਣਦਾ। ਜਦੋਂ ਫਿਰ ਇਹ ਇਸ ਹੱਦ ਤੱਕ ਟੁੱਟ ਗਏ ਆ, ਔਰ ਜਦੋਂ ਲਚਾਰੀ ਦੇ ਵਿੱਚ ਇਹ ਪ੍ਰਾਰਥਨਾ ਕਰਦੇ ਆ, ਤੇ ਫਿਰ ਪਰਮਾਤਮਾ ਨੇ ਇਹਨਾਂ ਦੀ ਉਸ ਲਚਾਰੀ 'ਚ ਕੀਤੀ ਗਈ ਪ੍ਰਾਰਥਨਾ ਨੂੰ ਸੁਣਿਆ, ਔਰ ਆਪਣੇ ਉਸ ਮਨ ਨੂੰ ਬਦਲਦੇ ਹੋਏ ਪਰਮੇਸ਼ੁਰ ਨੇ ਫੈਸਲਾ ਲਿਆ ਕਿ ਮੈਂ ਉਸ ਵਾਅਦੇ ਨੂੰ ਚੇਤੇ ਕਰਦਾ ਹਾਂ ਅਤੇ ਇਹਨਾਂ ਨੂੰ ਵਾਪਸ ਇਹਨਾਂ ਦਾ ਦੇਸ਼ ਮੈਂ ਦਿਆਂਗਾ। ਇਸ ਲਈ ਅੰਨੇ ਜਾਤੀਆਂ ਯਹੋਵਾ ਕੇ ਨਾਮ ਕਾ ਭੈ ਮਾਨੇਗੀ, ਜਿਹੜੇ ਪਹਿਲਾਂ ਇਹਨਾਂ ਨੂੰ ਤੁੱਛ ਜਾਣਦੇ ਸੀ, ਜਿਹਨਾਂ ਵਿੱਚ ਇਹ ਘਿਰਨਾ ਦੇ ਪਾਤਰ ਬਣੇ, ਜਿਹੜੀਆਂ ਕੌਮਾਂ ਨੇ ਇਹਨਾਂ ਨਾਲ ਨਫ਼ਰਤ ਕੀਤੀ, ਜਿਹੜੀਆਂ ਕੌਮਾਂ ਨੇ ਇਹਨਾਂ ਨੇ ਘਿਰਨਾ ਕੀਤੀ, ਜਿਹੜੀਆਂ ਕੌਮਾਂ ਨੇ ਇਹਨਾਂ ਨੂੰ ਇੱਕ ਜਗ੍ਹਾ 'ਤੇ ਟਿਕਣ ਨਹੀਂ ਦਿੱਤਾ, ਜਿਹੜੀਆਂ ਕੌਮਾਂ ਨੇ ਇਹਨਾਂ ਨੂੰ ਕਤਲ ਕੀਤਾ, ਜਿਹੜੀਆਂ ਕੌਮਾਂ ਨੇ ਇਹਨਾਂ ਨੂੰ ਗੁਲਾਮ ਬਣਾਇਆ, ਜਿਹੜੀਆਂ ਕੌਮਾਂ ਨੇ ਗੁਲਾਮ ਬਣਾ ਕੇ ਅੱਗੇ ਵੇਚਿਆ, ਜਿਹੜੀਆਂ ਕੌਮਾਂ ਨੇ ਇਹਨਾਂ ਦੀਆਂ ਹੱਡੀਆਂ ਤੱਕ ਨੂੰ ਵੇਚਿਆ, ਇਹਨਾਂ ਦੇ ਦੰਦ ਤੱਕ ਕੱਢ ਕੇ ਅਤੇ ਉੱਥੇ ਜਿਹੜੇ ਚੜਿਆ ਹੋਇਆ ਸੋਨਾ ਸੀ ਉਹਨਾਂ ਨੂੰ ਲਾਇਆ, ਇਹਨਾਂ ਦੇ ਨਾਲ ਉਹ ਤਸ਼ੱਦਦ ਕੀਤਾ। ਉਹੀ ਕੌਮਾਂ ਜਿਹੜੀਆਂ ਆ ਬਚਨ 'ਚ ਲਿਖਿਆ ਅੱਗੇ ਜਾ ਕੇ ਉਹ ਇਹਨਾਂ ਦਾ ਭੈ ਮੰਨਣਗੀਆਂ, ਇਹਨਾਂ ਦਾ ਡਰ ਮੰਨਣਗੀਆਂ। ਔਰ ਡਰ ਦੇ ਵਿੱਚ ਡਰ ਕੈਸਾ ਆ, ਜਿਹੜੇ ਲੋਕ ਖਬਰਾਂ ਵਗੈਰਾ ਸੁਣਦੇ ਉਹਨਾਂ ਪਤਾ ਹੋਵੇਗਾ ਕਿ ਫਲਸਤੀਨ ਦਾ ਬਾਦਸ਼ਾਹ ਸੀ ਯਾਸਰ ਅਰਾਫਾਤ, ਉਹਨੇ ਇਸਰਾਇਲ ਦੇ ਵੱਲ ਬੁਰੀ ਨਜ਼ਰ ਕੀਤੀ ਅਤੇ ਇਸਰਾਇਲ ਨੇ ਉਹਨੂੰ ਉਹਦੇ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਸੀ। ਸੋ ਇਹ ਜ਼ਰੂਰਤ ਹੈ ਇਹਨਾਂ ਦੀ, ਫਿਰ ਹੁਣ ਵਾਪਸ ਆ ਗਏ ਨਾ, ਪਰਮੇਸ਼ੁਰ ਨੇ ਵਾਅਦੇ ਨੂੰ ਚੇਤੇ ਕੀਤਾ ਹੈ, ਅਤੇ ਹੁਣ ਪਰਮੇਸ਼ੁਰ ਜਿੱਦਾਂ ਪਰਮੇਸ਼ੁਰ ਨੇ ਆਪਣਾ ਕ੍ਰੋਧ ਇਹਨਾਂ ਦੇ ਨਾਲ ਦਿਖਾਇਆ, ਹੁਣ ਪਰਮੇਸ਼ੁਰ ਆਪਣੀ ਕਿਰਪਾ ਦਿਖਾਉਣ ਦੇ ਲਈ ਵੀ ਉਸੇ ਤਰ੍ਹਾਂ ਹੀ ਬਲ ਦੇ ਨਾਲ ਆਉਂਦਾ ਹੈ। ਜਿੱਦਾਂ ਇਹਨਾਂ ਨੂੰ ਬਰਬਾਦ ਹੋਣ ਦੇ ਲਈ ਛੱਡ ਦਿੱਤਾ, ਉੱਦਾਂ ਹੀ ਹੁਣ ਇਹਨਾਂ ਨੂੰ ਦੁਬਾਰਾ ਫਿਰ ਆਬਾਦ ਹੋਣ ਦੇ ਲਈ ਪਰਮੇਸ਼ੁਰ ਇਹਨਾਂ ਦੇ ਨਾਲ ਖੜਦਾ ਆ। ਅੰਨੇ ਜਾਤੀ ਯਹੋਵਾ ਕੇ ਨਾਮ ਕਾ ਭੈ ਮਾਨੇਗੀ ਔਰ ਪ੍ਰਿਥਵੀ ਕੇ ਸਭ ਰਾਜਾ ਤੇਰੇ ਪ੍ਰਤਾਪ ਸੇ ਡਰੇਂਗੇ। ਔਰ ਅੱਜ ਤੁਸੀਂ ਇਸਰਾਇਲ ਦੀ ਉਸ ਦਸ਼ਾ ਨੂੰ ਦੇਖਦੇ ਹੋ, ਔਰ ਇਸਰਾਇਲ ਵੱਲ ਜਿਹੜੀ ਵੀ ਕੋਈ ਅੱਖ ਉੱਠਦੀ ਆ ਉਹ ਕਿਸੇ ਕੋ ਇਜਾਜ਼ਤ ਨਹੀਂ ਲੈਂਦੇ ਕਿ ਇਹ ਸਾਡੇ ਵੱਲ ਗਲਤ ਨਜ਼ਰ ਕਰ ਰਿਹਾ ਅਤੇ ਅਸੀਂ ਕੀ ਕਰੀਏ, ਬਲਕਿ ਠੋਕਵਾਂ ਜਵਾਬ ਦੇ ਕੇ ਫਿਰ ਯੁਵਾਨ ਨੂੰ ਦੱਸਦੇ ਆ ਵੀ ਆਹ ਕੁਛ ਹੋਇਆ ਸੀ, ਇਸ ਵਜ੍ਹਾ ਕਰਕੇ ਅਸੀਂ ਕੀਤਾ ਸੀ, ਔਰ ਸੈਲਫ ਡਿਫੈਂਸ ਦੇ ਵਿੱਚ ਸਾਡਾ ਕਰਨਾ ਬਣਦਾ ਸੀ, ਔਰ ਦੁਨੀਆਂ ਦੇ ਕਿਸੇ ਦੇਸ਼ ਵਿੱਚ ਜ਼ਰੂਰਤ ਨਹੀਂ ਹੈ ਕੋਈ ਕਿੰਤੂ ਪਰੰਤੂ ਕਰੇ, ਪੂਰੀ ਜ਼ਰੂਰਤ ਦੇ ਨਾਲ ਅਸੀਂ ਇਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ੁਰ ਦੇ ਉਸ ਵਾਅਦੇ ਨੂੰ ਪੂਰਾ ਹੁੰਦਿਆਂ ਦੇਖਦੇ ਹਾਂ। ਸੋ ਵੱਧਦੇ ਹਾਂ ਬਚਨਾਂ ਦੇ ਵਿੱਚ ਕਿ ਅਸੀਂ ਦੇਖ ਰਹੇ ਹਾਂ ਕਿ ਅੰਤ ਸਮੇਂ ਦੀਆਂ ਜਿਹੜੀਆਂ ਘਟਨਾਵਾਂ ਦੇ ਬਾਰੇ ਬਾਈਬਲ ਸਾਨੂੰ ਦੱਸਦੀ ਭਵਿੱਖਬਾਣੀਆਂ ਹੋਈਆਂ ਉਹਨਾਂ ਦੇ ਉੱਤੇ ਅਸੀਂ ਸਾਲਾਂ ਦੇ ਬੱਧੀ ਜਿੱਦਾਂ ਆ ਰਹੇ ਹਾਂ ਚੱਲਦੇ ਚੱਲਦੇ ਕਿਹੜੇ ਸੰਨ ਦੇ ਵਿੱਚ ਕੀ ਹੋਇਆ, ਕਿਹੜੇ ਸੰਨ 'ਚ ਕੀ ਹੋਇਆ, ਕਿਹੜੇ ਸੰਨ 'ਚ ਕੀ ਹੋਇਆ। ਸੋ ਚਾਈਨਾ ਦਾ ਇੱਕ ਅਗਵਾ ਹੋਇਆ ਇੱਕ ਹੁਕਮਰਾਨ ਜਿਹਦਾ ਨਾਮ ਮੌਤ ਸੇ ਤੁੰਗ ਸੀ, ਤੁਸੀਂ ਬਹੁਤ ਲੋਕ ਜਾਣਦੇ ਹੋਵੇਗੇ ਜਿਹੜੇ ਹਿਸਟਰੀ ਨੂੰ ਪੜ੍ਹਦੇ ਆ। ਮੌਤ ਸੇ ਤੁੰਗ ਨੇ ਬੜੀ ਇੱਕ ਕਹਿ ਦਈਏ ਫੜ ਮਾਰਦਿਆਂ ਹੋਇਆ ਜਾਂ ਆਪਣੀ ਬੜਾਈ ਕਰਦੇ ਹੋਏ
ਜਾਂ ਇਹਨੂੰ ਕਿਸੇ ਤਰ੍ਹਾਂ ਵੀ ਅਸੀਂ ਲੈ ਲਈਏ, ਇੱਕ ਗੱਲ ਉਹ ਕਹਿੰਦਾ ਆ ਔਰ ਉਹ ਗੱਲ ਉਹਦੀ ਆਪਣੀ ਨਹੀਂ ਆ, ਉਹ ਪਹਿਲੋਂ ਵਚਨ ਦੇ ਵਿੱਚ ਉਹਨੂੰ ਦੱਸਿਆ ਗਿਆ ਵੀ ਇਸ ਇਸ ਤਰ੍ਹਾਂ ਹੋਵੇਗਾ। ਸਮੋਸੇ ਤੁੰਗ ਬੜਾਈ ਮਾਰਦਾ ਹੋਇਆ ਕੀ ਕਹਿੰਦਾ ਹੈ, ਚੀਨ ਜੰਗ ਕੇ ਮੈਦਾਨ ਮੇਂ 20 ਕਰੋੜ ਸੈਨਾ ਤੱਕ ਭੇਜ ਸਕਤਾ ਹੈ। ਕਿੰਨੀ? 20 ਕਰੋੜ ਤੱਕ ਸੈਨਾ, ਯਾਨੀ ਕਿ ਏਡੀ ਸੈਨਾ ਦਾ ਹੋਣਾ ਆਪਣੇ ਆਪ 'ਚ ਇੱਕ ਰਿਕਾਰਡ ਬਣ ਜਾਂਦਾ ਹੈ। ਉਹ ਕਹਿੰਦਾ ਵੀ ਅਗਰ ਕਿਤੇ ਜ਼ਰੂਰਤ ਪਵੇ ਨਾ, ਕਿਸੇ ਦੇਸ਼ ਨਾਲ ਸਾਡਾ ਪੰਗਾ ਪਵੇ ਜਾਂ ਕਿਸੇ ਨੇ ਸਾਡੀ ਸ਼ਕਤੀ ਦੇਖਣੀ ਹੋਵੇ ਨਾ, ਤਾਂ ਅਸੀਂ ਮੈਦਾਨੇ ਜੰਗ ਦੇ ਵਿੱਚ 20 ਕਰੋੜ ਤੱਕ ਸੈਨਾ ਭੇਜ ਸਕਦੇ ਹਾਂ। ਕੀ ਉਸ ਬੰਦੇ ਨੇ ਇਹ ਗੱਲ ਅਚਾਨਕ ਕਹੀ ਆ, ਜਾਂ ਆਪਣੀ ਬੜੋਤਰੀ ਮਾਰਨ ਦੇ ਲਈ ਕਹੀ ਆ, ਜਾਂ ਲੋਕਾਂ ਦੇ ਉੱਤੇ ਖੌਫ ਪਾਉਣ ਲਈ ਕਹੀ ਆ, ਜਾਂ ਇਸ ਉਹਦੀ ਗੱਲ ਦਾ ਬਾਈਬਲ ਦੇ ਉਹਨਾਂ ਭਵਿੱਖਬਾਣੀਆਂ ਦੇ ਨਾਲ ਵੀ ਕੋਈ ਸੰਬੰਧ ਹੈਗਾ ਆ? ਅਤੇ ਅਸੀਂ ਦੇਖਦੇ ਹਾਂ ਕਿ ਬਿਲਕੁਲ ਉਹਦਾ ਸੰਬੰਧ ਬਾਈਬਲ ਦੀਆਂ ਭਵਿੱਖਬਾਣੀਆਂ ਦੇ ਨਾਲ ਆ। ਇੱਕ ਬੰਦਾ ਇੰਨੇ ਸਦੀਆਂ ਬਾਅਦ ਆ ਕੇ ਉਸ ਗੱਲ ਨੂੰ ਕਰਦਾ ਆ, ਲੇਕਿਨ ਪਤਮੋਸ ਟਾਪੂ ਦੇ ਉੱਤੇ ਪਰਮੇਸ਼ਵਰ ਨੇ ਯੂਹੰਨਾ ਦੇ ਉੱਤੇ ਇਹਨੂੰ ਪਹਿਲਾਂ ਖੋਲ ਦਿੱਤਾ ਆ। ਅਸੀਂ ਪੜ੍ਹਾਂਗੇ ਰੈਵੀਲੇਸ਼ਨ ਉਹਦਾ 9 ਅਧਿਆਏ, ਉਹਦੀ ਪੜ੍ਹਾਂਗੇ ਅਸੀਂ ਵਰਸ 16 ਵਰਸ ਨੂੰ ਅਸੀਂ ਪੜ੍ਹਾਂਗੇ। ਔਰ ਇਸ ਜਗ੍ਹਾ ਦੇ ਉੱਤੇ ਸਾਫ ਕਰਕੇ ਬਿਲਕੁਲ ਕਲੀਅਰ ਸ਼ਬਦਾਂ ਦੇ ਵਿੱਚ ਇਸ ਗੱਲ ਨੂੰ ਬਿਆਨ ਕੀਤਾ ਗਿਆ ਆ ਔਰ ਲਿਖਿਆ ਗਿਆ ਆ ਕਿ ਸਭ ਲੋਗੋ ਨੇ ਉੱਤਰ ਦਿਆ ਕਿ ਇਸ ਸੋਰੀ ਔਰ ਫੌਜੋਂ ਕੇ ਸਵਾਰੋਂ ਕੀ ਗਿਣਤੀ 20 ਕਰੋੜ ਥੀ, ਮੈਨੇ ਉਨਕੀ ਗਿਣਤੀ ਸੁਣੀ। ਕਿੰਨੀ ਗਿਣਤੀ? ਸਾਫ ਸਾਫ ਕਰਕੇ ਲਿਖਿਆ, ਔਰ ਫੌਜੋਂ ਕੇ ਸਵਾਰੋਂ ਕੀ ਗਿਣਤੀ 20 ਕਰੋੜ ਥੀ, ਔਰ ਸਦੀਆਂ ਬਾਅਦ ਮੌਤ ਸੇ ਤੁੰਗ ਇਸ ਗੱਲ ਨੂੰ ਦੱਸਦਾ ਆ ਕਿ ਸਾਡੀ ਜ਼ਰੂਰਤ ਇੰਨੀ ਆ ਕਿ ਅਸੀਂ ਅਗਰ ਜ਼ਰੂਰਤ ਪਵੇ ਨਾ ਤਾਂ ਇੰਨੀ ਸੈਨਾ ਨੂੰ ਕਿਸੇ ਵਕਤ ਵੀ ਮੈਦਾਨੀ ਜੰਗ ਦੇ ਵਿੱਚ ਅਸੀਂ ਲਾ ਸਕਦੇ ਹਾਂ। ਸੋ ਅਸੀਂ ਵਚਨ ਦੇ ਵੱਲ ਵੱਧਦੇ ਹਾਂ, ਅਸੀਂ ਕਿਸ ਚੀਜ਼ ਨੂੰ ਲੈ ਕੇ ਚੱਲੇ ਸੀ ਔਰ ਕਿਸ ਕਿਸ ਤਰ੍ਹਾਂ ਅਸੀਂ ਸਟੈਪ ਕੀਤਾ, ਤੁਸੀਂ ਪਿਛਲੀਆਂ ਵੀਡੀਓ ਦੇਖ ਲਈਓ, ਜਿਹਨਾਂ ਨੇ ਨਹੀਂ ਦੇਖੀਆਂ ਅਤੇ ਉਹਨਾਂ ਨੂੰ ਹੋਰ ਜ਼ਿਆਦਾ ਉਹ 'ਚੋਂ ਸਿੱਖਣ ਨੂੰ ਮਿਲੂਗਾ, ਔਰ ਜਿਹੜੀਆਂ ਗੱਲਾਂ ਅਸੀਂ ਇੱਥੇ ਮਿਸ ਕਰ ਰਹੇ ਹਾਂ ਉਹਨਾਂ ਨੂੰ ਉਹ ਉਹਨਾਂ 'ਚ ਪਿਛਲੇ ਜਿਹੜੇ ਪਾਰਟ ਆ ਉਹਨਾਂ ਵਿੱਚ ਜਾ ਕੇ ਦੇਖ ਸਕਦੇ ਆ। ਅਸੀਂ ਇੱਕ ਆਇਤ ਨੂੰ ਲੈ ਕੇ ਚੱਲੇ ਸੀਗੇ, ਮੱਤੀ ਦੀ ਅੰਜੀਲ 27 ਅਧਿਆਏ ਉਹਦੀ 25 ਵਰਸ, ਸਭ ਲੋਕਾਂ ਨੇ ਉੱਤਰ ਦਿਆ ਕਿ ਇਸਕਾ ਲਹੂ ਹਮ ਪਰ ਔਰ ਹਮਾਰੀ ਸੰਤਾਨ ਪਰ ਆਏ। ਔਰ ਉਹਨਾਂ ਦੀ ਇਸ ਮੂੰਹ 'ਚ ਨਿਕਲੀ ਹੋਈ ਗੱਲ ਨੂੰ ਅਸੀਂ ਪੂਰਾ ਹੁੰਦਿਆਂ ਦੇਖਿਆ ਪਿਛਲੇ ਕਾਫੀ ਦਿਨਾਂ ਦੇ ਵਿੱਚ ਕਿ ਉਹਨਾਂ ਨੇ ਕਿਹਾ ਸੀ ਕਿ ਲਹੂ ਸਾਡੇ ਉੱਤੇ ਅਤੇ ਸਾਡੀ ਸੰਤਾਨ ਦੇ ਉੱਤੇ ਆਵੇ, ਅਤੇ ਕਿੱਦਾਂ ਕਿੱਦਾਂ ਉਹਨਾਂ ਦੇ ਉੱਤੇ ਆਇਆ ਇਹ। ਔਰ ਉਹਦੇ ਨਾਲ ਨਾਲ ਦੇਖਦੇ ਹਾਂ ਕਿ ਉਸ ਸਮੇਂ ਦੇ ਉੱਤੇ ਕੀ ਹੋਇਆ। ਮੱਤੀ ਦੀ ਅੰਜੀਲ 23 ਅਧਿਆਇ ਉਹਦੀ 36 ਆਇਤ ਤੋਂ ਲੈ ਕੇ ਅਤੇ 39 ਆਇਤ ਤੱਕ, ਮੱਤੀ ਦੀ ਅੰਜੀਲ 36 ਅਧਿਆਇ ਉਹਦੀ 23 ਆਇਤ ਤੋਂ ਲੈ ਕੇ ਅਤੇ 39 ਆਇਤ ਤੱਕ ਅਸੀਂ ਉਹਨੂੰ ਪੜ੍ਹਾਂਗੇ ਔਰ ਉਸ ਤੋਂ ਬਾਅਦ ਅਸੀਂ ਅੱਗੇ ਵੱਧਦੇ ਹਾਂ ਕਿ ਬਚਨ ਸਾਨੂੰ ਕੀ ਸਮਝਾਉਣਾ ਚਾਹੁੰਦਾ ਹੈ। ਸੋ ਅਸੀਂ ਦੇਖਦੇ ਹਾਂ, ਮੈਂ ਤੁਮਸੇ ਸੱਚ ਸੱਚ ਕਹਿਤਾ ਹੂੰ, ਇਹ ਸਭ ਬਾਤੇ ਇਸ ਸਮੇਂ ਕੇ ਲੋਗੋ ਪਰ ਆ ਪੜੇਗੀ। ਮੈਂ ਤੁਮੇ ਸੱਚ ਸੱਚ ਕਹਿਤਾ ਹੂੰ, ਯਾਨੀ ਕਿ ਪ੍ਰਭੂ ਯਿਸੂ ਮਸੀਹ ਨੂੰ ਪਤਾ ਆ ਕਿ ਕੁਛ ਹੋਣ ਵਾਲਾ, ਇਸ ਲਈ ਪਹਿਲਾਂ ਹੀ ਦੱਸ ਰਿਹਾ ਆ। ਔਰ ਇੱਥੋਂ ਪਤਾ ਲੱਗਦਾ ਆ ਕਿ ਉਹ ਅਗੰਮ ਗਿਆਨੀ ਪਰਮੇਸ਼ਵਰ ਆ।
ਅਗੰਮ ਗਿਆਨੀ ਸਿਰਫ ਪਰਮੇਸ਼ਵਰ ਹੀ ਹੋ ਸਕਦਾ ਆ, ਕੋਈ ਦੂਸਰਾ ਨਹੀਂ। ਯਿਸੂ ਮਸੀਹ ਦੇ ਪਰਮੇਸ਼ਵਰ ਹੋਣ ਦਾ ਇਹ ਪੁਖਤਾ ਸਬੂਤ ਆ ਕਿ ਜਿਵੇਂ ਪਰਮੇਸ਼ਵਰ ਆਉਣ ਵਾਲੇ ਸਾਰੇ ਸਮੇਂ ਨੂੰ ਘਟਨਾ ਕਰਮ ਨੂੰ ਜਾਣਦਾ, ਕਿੱਥੇ ਕਿੱਥੇ ਜਾ ਕੇ ਕੀ ਕੁਛ ਹੋਵੇਗਾ, ਹਰ ਚੀਜ਼ ਦੀ ਟਾਈਮਿੰਗ ਆ, ਉਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਇਸ ਗੱਲ ਦੇ ਉੱਤੇ ਪੂਰਾ ਪ੍ਰੈਸ਼ਰ ਪਾ ਕੇ ਪੂਰੇ ਜ਼ੋਰ ਦੇ ਨਾਲ ਪੂਰੇ ਹੱਕ ਦੇ ਨਾਲ ਦੱਸ ਰਿਹਾ ਆ ਕਿ ਇਹਨੂੰ ਕਿਤੇ ਐਵੇਂ ਨਾ ਤੁਸੀਂ ਲਈਓ, ਮੈਂ ਤੁਹਾਨੂੰ ਕੀ ਦੱਸਦਾ, ਮੈਂ ਤੁਹਾਨੂੰ ਸੱਚ ਸੱਚ ਦੱਸਦਾ ਹਾਂ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਹ ਸਭ ਬਾਤੇਂ ਇਸ ਸਮੇਂ ਕੇ ਲੋਕੋਂ ਪਰ ਆ ਪੜੇਗੀ। ਕੌਣ ਸੀ ਬਾਤੇਂ ਹੈ? ਹੇ ਯਰੂਸ਼ਲਮ, ਹੇ ਯਰੂਸ਼ਲਮ, ਤੂੰ ਜੋ ਭਵਿਸ਼ਯ ਵਕਤਾਓਂ ਕੋ ਮਾਰ ਡਾਲਤਾ ਹੈ ਔਰ ਜੋ ਤੇਰੇ ਪਾਸ ਭੇਜੇ ਗਏ ਉਹਨੇ ਪਥਰਾਓ ਕਰਤਾ ਹੈ। ਕਿਤਨੀ ਹੀ ਵਾਰ ਮੈਨੇ ਚਾਹਾ ਕਿ ਜੈਸੇ ਮੁਰਗੀ ਆਪਣੇ ਬੱਚੋਂ ਕੋ ਆਪਣੇ ਪੰਖੋਂ ਕੇ ਨੀਚੇ ਇਕੱਠਾ ਕਰਤੀ ਹੈ, ਵੈਸੇ ਹੀ ਮੈਂ ਵੀ ਤੇਰੇ ਬਾਲਕੋਂ ਕੋ ਇਕੱਠਾ ਕਰ ਲੂੰ, ਪਰੰਤੂ ਤੁਮਨੇ ਨਾ ਚਾਹਾ। ਪ੍ਰਭੂ ਯਿਸੂ ਮਸੀਹ ਆਪਣੇ ਦਿਲ ਦੀ ਪੀੜਾ ਨੂੰ ਬਿਆਨ ਕਰ ਰਹੇ ਆ, ਇਸ ਕੌਮ ਦੇ ਪ੍ਰਤੀ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਰਹੇ ਆ, ਯਰੂਸ਼ਲਮ ਸ਼ਹਿਰ ਦੇ ਪ੍ਰਤੀ ਆਪਣੇ ਪਿਆਰ ਨੂੰ ਇਜ਼ਹਾਰ ਕਰ ਰਹੇ ਆ ਔਰ ਇੱਥੋਂ ਦੇ ਲੋਕਾਂ ਦੇ ਨਾਲ ਗੱਲ ਕਰ ਰਹੇ ਆ। ਜਦੋਂ ਯਰੂਸ਼ਲਮ ਦੀ ਗੱਲ ਉਹ ਕਰ ਰਿਹਾ ਹੈ ਤਾਂ ਯਰੂਸ਼ਲਮ ਨੂੰ ਅਸੀਂ ਸ਼ਹਿਰ ਦੀ ਤਰ੍ਹਾਂ ਨਹੀਂ, ਇੱਕ ਵਿਅਕਤੀ ਦੀ ਤਰ੍ਹਾਂ ਹੀ ਦੇਖਾਂਗੇ, ਔਰ ਯਰੂਸ਼ਲਮ ਪੂਰੇ ਨੂੰ ਇੱਕ ਵਿਅਕਤੀ ਦੀ ਤਰ੍ਹਾਂ ਦੇਖਦੇ ਹੋਏ ਪ੍ਰਭੂ ਯਿਸੂ ਮਸੀਹ ਕਹਿੰਦਾ, ਹੇ ਯਰੂਸ਼ਲਮ, ਹੇ ਯਰੂਸ਼ਲਮ, ਤੂੰ ਜੋ ਭਵਿਸ਼ਯ ਵਕਤਾਓਂ ਕੋ ਮਾਰ ਡਾਲਤਾ ਹੈ ਔਰ ਜੋ ਤੇਰੇ ਪਾਸ ਭੇਜੇ ਗਏ ਹੈ ਉਹਨੇ ਪਥਰਾਓ ਕਰਤਾ ਹੈ, ਕਿਤਨੀ ਹੀ ਵਾਰ ਮੈਨੇ ਚਾਹਾ ਕਿ ਜੈਸੇ ਮੁਰਗੀ ਆਪਣੇ ਬੱਚੋਂ ਕੋ ਆਪਣੇ ਪੰਖੋਂ ਕੇ ਨੀਚੇ ਇਕੱਠਾ ਕਰਤੀ ਹੈ, ਵੈਸੇ ਹੀ ਮੈਂ ਵੀ ਤੇਰੇ ਬਾਲਕੋਂ ਕੋ ਇਕੱਠਾ ਕਰ ਰੂੰ, ਪਰੰਤੂ ਤੁਮਨੇ ਨਾ ਚਾਹਾ। ਪਰਮੇਸ਼ੁਰ ਚਾਹੁੰਦਾ ਆ ਉਹਦੀ ਕਿਰਪਾ, ਉਹਦਾ ਅਨੁਗ੍ਰਹਿ ਕਦੇ ਵੀ ਇਹਨਾਂ ਤੋਂ ਅਲੱਗ ਨਾ ਹੋਵੇ। ਉਸੇ ਤਰ੍ਹਾਂ ਪਰਮੇਸ਼ੁਰ ਅੱਜ ਵੀ ਅਨੁਗ੍ਰਹਿ ਦੇ ਯੁੱਗ ਦੇ ਵਿੱਚ ਅਨੁਗ੍ਰਹਿ ਦੇ ਹੇਠ ਬੁਲਾਏ ਗਏ ਲੋਕਾਂ ਦੇ ਲਈ ਵੀ ਇਹ ਖੁਆਇਸ਼ ਰੱਖਦਾ ਆ ਕਿ ਜਿਹੜਾ ਮੇਰੇ ਅਨੁਗ੍ਰਹਿ ਦੇ ਹੇਠਾਂ ਆ ਗਿਆ ਹੈ ਉਹ ਕਿਸੇ ਵੀ ਕੀਮਤ ਦੇ ਉੱਤੇ ਬਰਬਾਦ ਨਾ ਹੋ ਜਾਵੇ। ਸਾਨੂੰ ਆਪਣੀ ਬਰਬਾਦੀ ਦੀ ਓਨੀ ਚਿੰਤਾ ਨਹੀਂ ਆ ਜਿੰਨੀ ਚਿੰਤਾ ਸਾਡੇ ਬਣਾਉਣ ਵਾਲੇ, ਸਾਡੇ ਸਿਰਜਣਹਾਰ ਪਰਮੇਸ਼ੁਰ ਨੂੰ ਆ। ਉਹ ਨਹੀਂ ਚਾਹੁੰਦਾ ਅਸੀਂ ਬਰਬਾਦ ਹੋ ਜਾਈਏ, ਉਹ ਚਾਹੁੰਦਾ ਅਸੀਂ ਉਹਦੇ ਅਨੁਗ੍ਰਹਿ ਨੂੰ ਸਮਝੀਏ। ਔਰ ਇੱਥੇ ਵੀ ਜਿਹੜਾ ਅਨੁਗ੍ਰਹਿ ਯਰੂਸ਼ਲਮ ਦੇ ਪ੍ਰਤੀ ਪਰਮੇਸ਼ੁਰ ਨੇ ਦਿਖਾਇਆ ਆ ਉਸੇ ਅਨੁਗ੍ਰਹਿ ਨੂੰ ਧਿਆਨ 'ਚ ਰੱਖਦੇ ਹੋਏ ਉਹ ਇੱਕ ਐਸੇ ਚੀਜ਼ ਦੇ ਨਾਲ ਤੁਲਨਾ ਕਰਦਾ ਆ ਕਿ ਜਿਵੇਂ ਮੁਰਗੀ ਸੰਸਾਰ ਦੇ ਵਿੱਚ ਤੁਸੀਂ ਬਹੁਤ ਸੁਣਿਆ ਹੋਵੇਗਾ, ਕਹਿੰਦੇ ਵੀ ਬਾਂਦਰੀ ਜਿਹੜੀ ਹੈ ਨਾ ਮਾਂ ਦੇ ਰੂਪ ਦੇ ਵਿੱਚ ਆਪਣੇ ਬੱਚੇ ਨੂੰ ਬਹੁਤ ਜ਼ਿਆਦਾ ਮੁਹੱਬਤ ਕਰਦੀ, ਉਸ ਤੋਂ ਉੱਪਰ ਮੁਹੱਬਤ ਨਹੀਂ ਹੋ ਸਕਦੀ ਕਿਉਂਕਿ ਬਾਂਦਰੀ ਜਿਹੜੀ ਆ ਉਹ ਮਰੇ ਹੋਏ ਬੱਚੇ ਨੂੰ ਵੀ ਗਲ ਦੇ ਨਾਲ ਲਾ ਕੇ ਅਤੇ ਕਾਫੀ ਸਮਾਂ ਲਈ ਫਿਰਦੀ ਆ, ਇੰਨੀ ਮੁਹੱਬਤ ਹੁੰਦੀ ਆ। ਅਗਰ ਬਾਂਦਰੀ ਦੀ ਮੁਹੱਬਤ ਸਭ ਤੋਂ ਉੱਤਮ ਹੁੰਦੀ ਤਾਂ ਫਿਰ ਪ੍ਰਭੂ ਯਿਸੂ ਮਸੀਹ ਨੇ ਇੱਥੇ ਮੁਰਗੀ ਦੀ ਉਦਾਹਰਣ ਨਹੀਂ ਸੀ ਦੇਣੀ ਬਲਕਿ ਪ੍ਰਭੂ ਯਿਸੂ ਮਸੀਹ ਨੇ ਬਾਂਦਰੀ ਦੀ ਹੀ ਉਦਾਹਰਣ ਦੇਣੀ ਸੀ, ਪਰੰਤੂ ਐਸਾ ਨਹੀਂ ਆ। ਸਾਡੇ ਹਿਸਾਬ ਦੇ ਨਾਲ ਸ਼ਾਇਦ ਬਾਂਦਰੀ ਹੋ ਸਕਦੀ ਹੈ, ਲੇਕਿਨ ਪਰਮੇਸ਼ੁਰ ਜਿਹੜਾ ਸਰਵ ਗਿਆਨੀ ਆ ਉਹਨੂੰ ਪਤਾ ਆ ਕਿਹੜੀ ਚੀਜ਼ ਦੇ ਵਿੱਚ ਉਹਨੇ ਕਿਹੜੀ ਖੂਬੀ ਰੱਖੀ ਹੈ। ਇਹਦੇ ਉੱਤੇ ਐਕਸਪੈਰੀਮੈਂਟ ਕੀਤਾ ਗਿਆ ਕਿ ਚਲੋ ਦੇਖਦੇ ਹਾਂ ਵੀ ਮੁਰਗੀ ਜ਼ਿਆਦਾ ਮੁਹੱਬਤ ਕਰਦੀ ਹੈ ਜਾਂ ਕਿ ਬਾਂਦਰੀ ਮੁਹੱਬਤ ਕਰਦੀ ਹੈ, ਅਤੇ ਉਹਨੂੰ ਫਿਰ ਟੈਸਟ ਕੀਤਾ ਗਿਆ। ਬਾਂਦਰੀ ਨੂੰ ਇੱਕ ਡਰੰਮ 'ਚ ਰੱਖ ਕੇ ਉਹਦੇ ਬੱਚੇ ਸਮੇਤ ਅਤੇ ਪਾਣੀ ਭਰਨਾ ਸ਼ੁਰੂ ਕਰ ਦਿੱਤਾ ਗਿਆ, ਔਰ ਪਾਣੀ ਜਿਵੇਂ ਜਿਵੇਂ ਵਧੀ ਜਾ ਰਿਹਾ ਆ ਤਿਵੇਂ ਤਿਵੇਂ ਬਾਂਦਰੀ ਜਿਹੜੀ ਆ ਆਪਣੇ ਬੱਚੇ ਨੂੰ ਚੁੱਕ ਚੁੱਕ ਕੇ ਅਤੇ ਉੱਪਰ ਕਰੀ ਜਾ ਰਹੀ ਹੈ। ਜਦੋਂ ਉਹਨੇ ਦੇਖਿਆ ਹੁਣ ਡੁੱਬਣਾ ਨਿਸ਼ਚਿਤ ਹੋ ਗਿਆ ਅਤੇ ਉੱਪਰ ਢੱਕਣ ਵੀ ਲੱਗਾ ਹੋਇਆ ਅਤੇ ਹੁਣ ਮੈਂ ਕੀ ਕਰਾਂ, ਜਦੋਂ ਨਹੀਂ ਬਸ ਚੱਲਿਆ ਤਾਂ ਫਿਰ ਬੱਚੇ ਨੂੰ ਥੱਲੇ
ਰੱਖ ਕੇ ਅਤੇ ਉਹਦੇ ਉੱਤੇ ਖੜੀ ਹੋ ਗਈ ਆਪ। ਸੋ ਇਹ ਉਹ ਬਾਂਦਰੀ ਹੈ ਜਿਹੜੀ ਮਰੇ ਹੋਏ ਨੂੰ ਲਈ ਫਿਰਦੀ ਹੁੰਦੀ ਹੈ, ਲੇਕਿਨ ਜਦੋਂ ਵਕਤ ਆਪਣੇ ਉੱਤੇ ਆਇਆ ਅਤੇ ਉਦੋਂ ਫਿਰ ਬੱਚੇ ਨੂੰ ਥੱਲੇ ਰੱਖ ਕੇ ਉਹਦੇ ਉੱਤੇ ਚੜ੍ਹ ਗਈ। ਫਿਰ ਮੁਰਗੀ ਦੇ ਉੱਤੇ ਉਹਨੇ ਐਕਸਪੈਰੀਮੈਂਟ ਕੀਤਾ, ਇੱਕ ਜਗ੍ਹਾ 'ਤੇ ਮੁਰਗੀ ਨੂੰ ਬੱਚਿਆਂ ਦੇ ਉੱਤੇ ਬਿਠਾ ਕੇ ਔਰ ਆਲੇ ਦੁਆਲੇ ਸਾਰੇ ਅੱਗ ਲਾ ਦਿੱਤੀ। ਅੱਗ ਭਖਣੀ ਸ਼ੁਰੂ ਹੋ ਗਈ, ਮੁਰਗੀ ਤੱਕ ਵੀ ਪਹੁੰਚ ਗਈ ਔਰ ਹਾਲਾਤ ਐਸੇ ਬਣੇ ਕਿ ਮੁਰਗੀ ਆਪਣੀ ਜਗ੍ਹਾ ਤੋਂ ਟਸ ਤੋਂ ਮਸ ਨਹੀਂ ਹੋਈ। ਜਿੰਨੀ ਦੇਰ ਤੱਕ ਉਹ ਜਿਉਂਦੀ ਰਹੀ ਉਹਨੇ ਆਪਣੇ ਉਹਨਾਂ ਬੱਚਿਆਂ ਨੂੰ ਬਚਾਉਣ ਦਾ ਪੂਰਾ ਯਤਨ ਕੀਤਾ ਔਰ ਆਪਣੇ ਬੱਚਿਆਂ ਦੀ ਖਾਤਰ ਉਹਨੇ ਆਪਣੀ ਜਾਨ ਦਿੱਤੀ। ਉਸੇ ਤਰ੍ਹਾਂ ਪਰਮੇਸ਼ੁਰ ਅਨੁਗ੍ਰਹਿਕਾਰੀ ਪਰਮੇਸ਼ੁਰ ਆ, ਉਹਨੇ ਵੀ ਸਾਨੂੰ ਬਚਾਉਣ ਦੇ ਲਈ ਆਪਣੀ ਜਾਨ ਤੱਕ ਦੇ ਦਿੱਤੀ ਹੈ। ਇਹ ਉਹਦੀ ਮੁਹੱਬਤ ਆ। ਮੁਰਗੀ ਦੀ ਮੁਹੱਬਤ ਦੇ ਨਾਲ ਤੁਲਨਾ ਪ੍ਰਭੂ ਯਿਸੂ ਮਸੀਹ ਇਸ ਕਰਕੇ ਕਰਦਾ ਕਿ ਸੰਸਾਰ ਦੇ ਵਿੱਚ ਉਹਦੇ ਨਾਲੋਂ ਜ਼ਿਆਦਾ ਕਿਸੇ ਦੇ ਅੰਦਰ ਭਾਵਨਾ ਨਹੀਂ ਆ ਔਰ ਸ੍ਰਿਸ਼ਟੀ ਦੇ ਵਿੱਚ ਪਰਮੇਸ਼ੁਰ ਜਿਹੜਾ ਆ ਉਹਦੇ ਜਿੰਨੀ ਮੁਹੱਬਤ ਕਿਸੇ ਦੀ ਨਹੀਂ। ਇਸੇ ਕਰਕੇ ਉਹਦੀ ਮੁਹੱਬਤ ਨੂੰ ਅਗਾਪੇ ਮੁਹੱਬਤ ਕਹਿ ਕੇ ਪੁਕਾਰਿਆ ਜਾਂਦਾ ਹੈ। ਸੋ ਇਸ ਕਰਕੇ ਉਹ ਯਰੂਸ਼ਲਮ ਦੇ ਵਾਸੀਆਂ ਦੇ ਲਈ ਰੋਂਦਾ ਆ ਔਰ ਉਹਨਾਂ ਦੇ ਲਈ ਕਹਿੰਦਾ ਆ ਵੀ ਮੈਂ ਬਹੁਤ ਵਾਰੀ ਚਾਹਿਆ ਆ, ਮੈਂ ਤਾਂ ਚਾਹੁੰਦਾ ਹਾਂ ਜਿੱਦਾਂ ਅਸੀਂ ਪੜ੍ਹਿਆ ਸੀ ਪੱਤਰ 'ਚ, ਪਰਮੇਸ਼ੁਰ ਨਹੀਂ ਚਾਹੁੰਦਾ ਕਿਸੇ ਦਾ ਨਾਸ਼ ਹੋਵੇ। ਸੋ ਉਸੇ ਤਰ੍ਹਾਂ ਕਹਿੰਦਾ ਮੈਂ ਤਾਂ ਬੜੀ ਵਾਰੀ ਚਾਹਿਆ ਆ ਪਰ ਤੁਸੀਂ ਨਹੀਂ ਚਾਹਿਆ, ਅਤੇ ਜਿੰਨੀ ਦੇਰ ਤੁਸੀਂ ਨਹੀਂ ਚਾਹੁੰਦੇ ਉੰਨੀ ਦੇਰ ਮੇਰੇ ਚਾਹੁਣ ਦੇ ਨਾਲ ਕੁਛ ਹੋਣ ਵਾਲਾ ਨਹੀਂ ਆ, ਕਿਉਂਕਿ ਮੈਂ ਧਰਮੀ ਹਾਂ ਅਤੇ ਨਿਆਈ ਹਾਂ। ਮੈਂ ਚਾਹੁੰਦਾ ਹਾਂ ਤੁਸੀਂ ਵੀ ਚਾਹੋ ਤਾਂ ਫਿਰ ਸਭ ਕੁਛ ਠੀਕ ਹੋ ਸਕਦਾ ਹੈ। ਅੱਜ ਪਰਮੇਸ਼ੁਰ ਸਾਨੂੰ ਵੀ ਇਹ ਕਹਿ ਰਿਹਾ ਹੈ, ਮੈਂ ਚਾਹੁੰਦਾ ਹਾਂ ਤੁਸੀਂ ਸਭ ਬਚਾਏ ਜਾਓ, ਮੈਂ ਹਰ ਕੌਮ ਨੂੰ ਹਰ ਜਾਤੀ ਨੂੰ ਬਚਾਉਣਾ ਚਾਹੁੰਦਾ ਹਾਂ, ਮੈਂ ਆਪਣੇ ਬਣਾਏ ਹੋਏ ਇਨਸਾਨ ਨੂੰ ਮੁਹੱਬਤ ਕਰਦਾ ਹਾਂ, ਬੇਸ਼ੱਕ ਉਹ ਕਿਸੇ ਵੀ ਜਾਤੀ ਕਿਸੇ ਵੀ ਮਜ਼ਹਬ ਕਿਸੇ ਵੀ ਧਰਮ ਦੇ ਨਾਲ ਤਾਲੁਕ ਰੱਖਦਾ ਹੋਵੇ, ਮੈਂ ਆਪਣੇ ਬਣਾਏ ਹੋਏ ਇਨਸਾਨ ਨੂੰ ਮੁਹੱਬਤ ਕਰਦਾ ਹਾਂ, ਬੇਸ਼ੱਕ ਉਹ ਗਰੀਬ ਹੋਵੇ ਜਾਂ ਅਮੀਰ ਹੋਵੇ ਮੈਨੂੰ ਇਸ ਚੀਜ਼ ਨਾਲ ਮਤਲਬ ਨਹੀਂ, ਮੈਂ ਆਪਣੇ ਬਣਾਏ ਹੋਏ ਇਨਸਾਨ ਨੂੰ ਮੁਹੱਬਤ ਕਰਦਾ ਹਾਂ। ਪਰਮੇਸ਼ੁਰ ਜਾਤੀ ਦੇਖ ਕੇ ਸਾਨੂੰ ਮੁਹੱਬਤ ਨਹੀਂ ਕਰਦਾ, ਪਰਮੇਸ਼ੁਰ ਸਾਡੀ ਐਜੂਕੇਸ਼ਨ ਦੇਖ ਕੇ ਸਾਨੂੰ ਮੁਹੱਬਤ ਨਹੀਂ ਕਰਦਾ, ਪਰਮੇਸ਼ੁਰ ਸਾਡੀ ਜਾਤ ਦੇਖ ਕੇ ਵੀ ਸਾਨੂੰ ਮੁਹੱਬਤ ਨਹੀਂ ਕਰਦਾ। ਜੇ ਪਰਮੇਸ਼ੁਰ ਜਾਤ ਦੇਖ ਕੇ ਮੁਹੱਬਤ ਕਰਦਾ ਹੁੰਦਾ ਤਾਂ ਇਹੋ ਜਿਹਾ ਪੱਖਪਾਤ ਕਰਦਾ ਤਾਂ ਫਿਰ ਪਰਮੇਸ਼ੁਰ ਪਰਮੇਸ਼ੁਰ ਨਹੀਂ ਹੈ। ਉਹ ਪਰਮੇਸ਼ੁਰ ਹੀ ਇਸ ਕਰਕੇ ਆ ਕਿ ਉਹ ਸਾਡੀ ਜਾਤੀ ਨੂੰ ਦੇਖ ਕੇ ਸਾਡੇ ਨਾਲ ਮੁਹੱਬਤ ਨਹੀਂ ਕਰਦਾ, ਸਾਡੀ ਐਜੂਕੇਸ਼ਨ ਨੂੰ ਦੇਖ ਕੇ ਸਾਡੇ ਨਾਲ ਮੁਹੱਬਤ ਨਹੀਂ ਕਰਦਾ ਔਰ ਸਾਡੇ ਮਜ਼ਹਬ ਨੂੰ ਦੇਖ ਕੇ ਸਾਡੇ ਨਾਲ ਮੁਹੱਬਤ ਨਹੀਂ ਕਰਦਾ ਔਰ ਸਾਡੇ ਅਮੀਰ ਜਾਂ ਗਰੀਬ ਹੋਣ ਦੇ ਨਾਲ ਵੀ ਉਹਦਾ ਕੋਈ ਲੈਣਾ ਦੇਣਾ ਨਹੀਂ ਆ, ਬਲਕਿ ਉਹ ਸਾਡੇ ਨਾਲ ਮੁਹੱਬਤ ਇਸ ਕਰਕੇ ਕਰਦਾ ਕਿਉਂਕਿ ਅਸੀਂ ਉਹਦੇ ਹੱਥਾਂ ਦੇ ਬਣਾਏ ਹੋਏ ਹਾਂ। ਇਸ ਲਈ ਉਹਦੀ ਮੁਹੱਬਤ ਦੁਨੀਆ ਦੀ ਮੁਹੱਬਤ ਤੋਂ ਬਹੁਤ ਫਰਕ ਮੁਹੱਬਤ ਆ ਔਰ ਉਹਦੀ ਮੁਹੱਬਤ ਹੀ ਆ ਜਿਹੜੀ ਉਹ ਅੱਜ ਤੱਕ ਕਰ ਰਿਹਾ ਆ ਔਰ ਇਸੇ ਕਰਕੇ ਅਸੀਂ ਉਹਦੀ ਮੁਹੱਬਤ ਨੂੰ ਪੂਰੀ ਬਰੀਕੀ ਦੇ ਨਾਲ ਸਮਝ ਸਕਦੇ ਹਾਂ। ਸੋ ਇਸਰਾਇਲੀਆਂ ਦੇ ਨਾਲ ਕੀਤੀ ਮੁਹੱਬਤ ਦੇ ਬਾਰੇ ਅਸੀਂ ਦੇਖ ਰਹੇ ਹਾਂ ਕਿ ਪ੍ਰਭੂ ਯਿਸੂ ਮਸੀਹ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਉੱਤੇ ਬਰਬਾਦੀ ਦਾ ਸਮਾਂ ਆਵੇ ਜਿਹੜਾ ਕਿ ਅਗੰਮ ਗਿਆਨ ਦੇ ਵਿੱਚ ਉਹ ਪਹਿਲਾਂ ਤੋਂ ਜਾਣਦਾ ਸੀਗਾ, ਉਹਦੇ ਲਈ ਉਹ ਭਵਿੱਖਬਾਣੀ ਕਰਦਾ ਆ ਕਿ ਮੈਂ ਚਾਹਿਆ ਤੁਹਾਨੂੰ ਬੜੀ ਵਾਰੀ ਕਿ ਮੈਂ ਕਿਸੇ ਤਰ੍ਹਾਂ ਜਿਵੇਂ ਮੁਰਗੀ ਪੰਖਾਂ ਦੇ ਹੇਠ ਇਕੱਠਿਆ ਕਰਦੀ ਕਰਾਂ ਪਰ ਤੁਸੀਂ ਨਹੀਂ ਚਾਹਿਆ। ਇਸ ਲਈ 38 ਵਰਸ ਲਿਖਦਾ, ਦੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੋੜਾ ਜਾਂਦਾ ਹੈ। ਪਹਿਲੋਂ ਦੱਸ ਰਿਹਾ ਹੈ ਤੁਹਾਡਾ ਘਰ ਕੀ ਹੋ ਰਿਹਾ, ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ। ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡੇ ਜਾਣ ਦਾ ਮਤਲਬ ਕੀ ਹੈ? ਸਾਡਾ ਘਰ ਹੋਵੇ, ਸਾਨੂੰ ਉੱਥੇ ਰਹਿਣ ਦੀ ਇਜਾਜ਼ਤ ਨਾ ਹੋਵੇ ਅਤੇ ਉੱਥੇ ਆ ਕੇ ਕੋਈ ਦੂਜਾ ਰਹੇ ਅਤੇ ਫਿਰ ਸਾਡੀ ਫੀਲਿੰਗ ਕੀ ਹੋਊਗੀ, ਇਹਨੂੰ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਉਸੇ ਤਰ੍ਹਾਂ ਇਹਨਾਂ ਨੂੰ ਜਿਹਨਾਂ ਨੂੰ ਚਾਹਿਆ ਮੈਂ ਤੁਹਾਨੂੰ ਆਪਣੇ ਪਰਾਂ ਹੇਠ ਇਕੱਠੇ ਕਰਾਂ, ਇਹਨਾਂ ਨੇ ਜਦੋਂ ਕਦਰ ਨਹੀਂ ਨਾ ਕੀਤੀ
ਤੇ ਫਿਰ ਕਹਿੰਦਾ ਵੀ ਜਿਹੜਾ ਦੇਸ਼ ਮੈਂ ਤੁਹਾਨੂੰ ਦਿੱਤਾ ਹੈ ਹੁਣ ਉਸੇ ਤਰ੍ਹਾਂ ਜਿੱਦਾਂ ਦਿੱਤਾ ਹੈ ਉੱਦਾਂ ਹੀ ਖਾਲੀ ਵੀ ਤੁਹਾਡੇ ਕੋਲ ਕਰਾਊਂਗਾ ਔਰ ਖਾਲੀ ਕਰਾ ਕੇ ਇਹਨੂੰ ਉਜੜਿਆ ਹੋਇਆ ਦੀ ਹਾਲਤ ਵਿੱਚ ਛੱਡਾਂਗਾ ਅਤੇ ਫਿਰ ਇਹਦੇ ਵਿੱਚ ਆ ਕੇ ਦੂਜੇ ਲੋਕ ਰਹਿਣਗੇ ਔਰ ਜਿੰਨੀ ਦੇਰ ਤੱਕ ਉਹਨਾਂ ਦਾ ਸਮਾਂ ਪੂਰਾ ਨਾ ਨਾ ਹੋਲਵੇ ਰਹਿਣ ਦਾ ਉੱਨੀ ਦੇਰ ਤੱਕ ਤੁਹਾਨੂੰ ਮੈਂ ਘਰੋਂ ਬੇਘਰ ਰੱਖੂੰਗਾ ਔਰ ਜਿੱਥੇ ਵੀ ਤੁਸੀਂ ਜਾਓਗੇ ਜਿਹੜੇ ਵੀ ਦੇਸ਼ 'ਚ ਜਾਓਗੇ ਜਿਹੜੀ ਵੀ ਕੌਮ 'ਚ ਜਾਓਗੇ ਜਿਹੜੀ ਵੀ ਜਾਤੀ 'ਚ ਜਾਓਗੇ ਹਰ ਬੰਦਾ ਤੁਹਾਡੇ ਨਾਲ ਘਿਰਨਾ ਕਰੂਗਾ ਨਫ਼ਰਤ ਕਰੂਗਾ ਔਰ ਤੁਹਾਨੂੰ ਆਪਣੇ ਵਿੱਚ ਟਿਕ ਨਹੀਂ ਦਊਗਾ ਜਿੱਥੇ ਵੀ ਤੁਸੀਂ ਜਾਓਗੇ ਤੁਹਾਨੂੰ ਆਰਾਮ ਦੇ ਨਾਲ ਵੀ ਰਹਿਣ ਨਹੀਂ ਦਊਗਾ ਅਸੀਂ ਕੱਲ੍ਹ ਸਾਰਾ ਇਹਦਾ ਹਸ਼ਰ ਜਿਹੜਾ ਹੋਇਆ ਉਹਨੂੰ ਚੰਗੀ ਤਰ੍ਹਾਂ ਦੇਖ ਲਿਆ ਸੀਗਾ 39 ਵਰਸ 'ਚ ਅਸੀਂ ਪੜ੍ਹਦੇ ਹਾਂ ਕਿਉਂਕਿ ਮੈਂ ਤੁਮਸੇ ਕਹਿਤਾ ਹੂੰ ਅਬ ਸੇ ਜਬ ਤੱਕ ਤੁਮ ਨਾ ਕਹੋਗੇ ਹੁਣ ਇਹ ਕਹਿੰਦਾ ਕਦੋਂ ਤੱਕ ਬਣਿਆ ਰਹਿਣਾ ਤੁਹਾਡੇ ਨਾਲ ਮੇਰਾ ਗੁੱਸਾ ਗਿਲਾ ਅਬ ਸੇ ਜਬ ਤੱਕ ਤੁਮ ਨਾ ਕਹੋਗੇ ਕਿ ਧੰਨੇ ਹੈ ਵੈ ਜੋ ਪ੍ਰਭੂ ਕੇ ਨਾਮ ਸੇ ਆਤਾ ਹੈ ਤਬ ਤੱਕ ਤੁਮ ਮੁਝੇ ਫਿਰ ਕਭੀ ਨਾ ਦੇਖੋਗੇ ਹਾਲੇਲੂਇਆ ਇੱਕ ਤੇ ਉਸ ਵਕਤ ਜਦੋਂ ਪ੍ਰਭੂ ਯਿਸੂ ਮਸੀਹ ਯਰੂਸ਼ਲਮ ਦੇ ਵਿੱਚ ਗਦੀ ਦੇ ਬੱਚੇ ਦੇ ਉੱਤੇ ਸਵਾਰ ਹੋ ਕੇ ਐਂਟਰੀ ਕਰਦਾ ਹੈ ਇੱਕ ਉਹਦਾ ਇਹਨਾਂ ਸ਼ਬਦਾਂ ਦੇ ਨਾਲ ਸਵਾਗਤ ਉਦੋਂ ਕੀਤਾ ਗਿਆ ਲੇਕਿਨ ਉਦੋਂ ਇਹ ਲੋਕ ਨਹੀਂ ਸੀ ਜਾਣਦੇ ਵੀ ਇਹ ਉਹੋ ਹੀ ਮਸਾਇਆ ਆ ਜਿਹਦੇ ਇੰਤਜ਼ਾਰ 'ਚ ਅਸੀਂ ਬੈਠੇ ਹਾਂ ਜਾਂ ਜਿਹਦੇ ਲਈ ਸਾਡੇ ਨਬੀਆਂ ਨੇ ਭਵਿੱਖਬਾਣੀਆਂ ਕੀਤੀਆਂ ਸੀਗੀਆਂ ਲੇਕਿਨ ਹੁਣ ਪ੍ਰਭੂ ਯਿਸੂ ਮਸੀਹ ਕਹਿ ਰਿਹਾ ਆ ਜਦੋਂ ਤੱਕ ਤੁਸੀਂ ਇਹ ਨਾ ਕਹੋ ਕਿ ਮੁਬਾਰਕ ਆ ਉਹ ਜਿਹੜਾ ਪ੍ਰਭੂ ਦੇ ਨਾਮ 'ਤੇ ਆਉਂਦਾ ਆ ਔਰ ਇਹ ਸ਼ਬਦ ਉਦੋਂ ਪੂਰਾ ਹੋਣਾ ਆ ਜੇ ਸਬਜੈਕਟ ਨੂੰ ਅਸੀਂ ਲੈ ਕੇ ਚੱਲੇ ਅੰਤਿਮ ਦਿਨਾਂ ਦੇ ਨਿਸ਼ਾਨ ਔਰ ਪ੍ਰਭੂ ਯਿਸੂ ਮਸੀਹ ਦੇ ਦੂਸਰੇ ਆਗਮਨ ਦੇ ਵੇਲੇ ਦੇ ਵਿੱਚ ਯਾਦ ਰੱਖਿਓ ਰੈਪਚਰ ਦਾ ਵੇਲਾ ਅਤੇ ਆਗਮਨ ਦਾ ਵੇਲਾ ਇਹਨੂੰ ਅਸੀਂ ਹੁਣ ਅੱਗੇ ਜਾ ਕੇ ਖੋਲ੍ਹਣਾ ਚੰਗੀ ਤਰ੍ਹਾਂ ਜਿਹਦੇ ਵਿੱਚ ਅੱਜ ਬਹੁਤ ਸਾਰੇ ਲੋਕ ਭੁਲੇਖੇ ਦੇ ਵਿੱਚ ਹੈ ਬਹੁਤ ਸਾਰੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਵਰਸਾਂ ਦਾ ਤੋੜ ਮਰੋੜ ਕਰਕੇ ਅਸੀਂ ਰੈਪਚਰ ਨੂੰ ਅਤੇ ਦੂਸਰੇ ਆਗਮਨ ਨੂੰ ਬਿਲਕੁਲ ਵੱਖਰਾ ਵੱਖਰਾ ਕਰਕੇ ਇਸ ਢੰਗ ਦੇ ਨਾਲ ਪੇਸ਼ ਕਰਾਂਗੇ ਕਿ ਅਗਰ ਕੋਈ ਧਿਆਨ ਲਾ ਕੇ ਸੁਣ ਲਵੇਗਾ ਅਤੇ ਉਹਦੀ ਬੁੱਧੀ ਦੇ ਵਿੱਚ ਇੱਦਾਂ ਉਹ ਵੱਸ ਜਾਵੇਗਾ ਕਿ ਗਾਂਹ ਅੱਗੇ ਜਾ ਕੇ ਅਗਰ ਕੋਈ ਤੁਹਾਨੂੰ ਕਹੇ ਨਾ ਕਿ ਨਹੀਂ ਜੀ ਰੈਪਚਰ ਰੁਪਚਰ ਕੋਈ ਨਹੀਂ ਗਾ ਅਤੇ ਤੁਸੀਂ ਉਹਦੀ ਪੂਰੀ ਤਸੱਲੀ ਕਰਾ ਸਕੋਗੇ ਐਸੇ ਐਸੇ ਰੈਫਰੈਂਸ ਤੁਹਾਨੂੰ ਦਿੱਤੇ ਜਾਣਗੇ ਬਾਈਬਲ ਦੇ ਵਿੱਚੋਂ ਕਿ ਇਸ ਮਸਲੇ ਦੇ ਉੱਤੇ ਕੋਈ ਤੁਹਾਡਾ ਸਾਹਮਣਾ ਨਹੀਂ ਕਰ ਸਕੂਗਾ ਕਿ ਰੈਪਚਰ ਨਹੀਂ ਹੈ ਔਰ ਪੂਰੀ ਤਸੱਲੀ ਦੇ ਨਾਲ ਹਾਂ ਉਹ ਹੀ ਨਹੀਂ ਮੰਨੂਗਾ ਜਿਹਨੇ ਕਹਿਤਾ ਵੀ ਕਾਂ ਮੈਨੂੰ ਤੇ ਚਿੱਟਾ ਹੀ ਦਿਸਦਾ ਹੈ ਉਹਦੇ ਲਈ ਤੇ ਔਖਾ ਆ ਪਰ ਜਿਹੜਾ ਕਹਿੰਦਾ ਕਿ ਵਾਕਿਆ ਮੈਂ ਸਮਝਣਾ ਚਾਹੁੰਦਾ ਜੇ ਤੁਸੀਂ ਮੈਨੂੰ ਰੈਫਰੈਂਸ ਦੇ ਕੇ ਸਮਝਾ ਦਿਓ ਤੇ ਮੈਂ ਕਬੂਲ ਕਰਨ ਲਈ ਤਿਆਰ ਹਾਂ ਤੇ ਉਹਦੇ ਲਈ ਇੰਨਾ ਮਟੀਰੀਅਲ ਤੁਹਾਨੂੰ ਮਿਲ ਜਾਊਗਾ ਵੀ ਉਹ ਬੰਦਾ ਕਹੂਗਾ ਠੀਕ ਹੈ ਜੀ ਮੈਂ ਅੱਜ ਤੱਕ ਗਲਤ ਸੀਗਾ ਪਰ ਹੁਣ ਜੋ ਤੁਸੀਂ ਮੈਨੂੰ ਦੱਸਦਾ ਉਹਦੇ ਮੁਤਾਬਕ ਬਿਲਕੁਲ ਮੈਂ ਐਗਰੀ ਹਾਂ ਸੋ ਸਮਝਣਾ ਆ ਕਿ ਇੱਕ ਸ਼ਬਦ ਯਿਸੂ ਮਸੀਹ ਦੇ ਲਈ ਉਦੋਂ ਪੂਰਾ ਆਇਆ ਹੋਇਆ ਜਦੋਂ ਗਦੀ ਦੇ ਬੱਚੇ ਉੱਤੇ ਸਵਾਰ ਹੋ ਕੇ ਉਹਨੇ ਐਂਟਰੀ ਕੀਤੀ ਹੈ ਉਦੋਂ ਉਹਦਾ ਸਵਾਗਤ ਹੋਇਆ ਅਤੇ ਹੁਣ ਇਸਰਾਇਲੀਆਂ ਨੂੰ ਕਹਿੰਦਾ ਵੀ ਇਹ ਜਿਹੜਾ ਸਿਸਟਮ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਨਾ ਇਹ ਤੁਹਾਡੇ ਨਾਲ ਉਦੋਂ ਤੱਕ ਬਣਿਆ ਰਹੂਗਾ ਜਦੋਂ ਤੱਕ ਤੁਸੀਂ ਇਹ ਨਾ ਕਹੋ ਕਿ ਮੁਬਾਰਕ ਆ ਉਹ ਜਿਹੜਾ ਪ੍ਰਭੂ ਦੇ ਨਾਮ 'ਤੇ ਆਉਂਦਾ ਹੈ ਸੋ ਅਸੀਂ ਦੇਖਦੇ ਹਾਂ ਅੱਗੇ ਵੱਧਦੇ ਹਾਂ ਲੂਕਾ ਦੀ ਇੰਜੀਲ ਉਹਦਾ 23 ਅਧਿਆਇ ਉਹਦੀ 27 ਵਰਸ ਤੋਂ ਲੈ ਕੇ ਅਤੇ 29 ਵਰਸ ਤੱਕ ਇੱਕ ਗੱਲ ਤਾਂ ਤੁਸੀਂ ਹੁਣ ਸਮਝ ਗਏ ਹੋ ਨਾ ਕਿ ਜਿਹੜਾ ਉਹਨੇ ਕਿਹਾ ਨਾ ਵੀ ਹੁਣ ਇਹ ਉਦੋਂ ਤੱਕ ਇੱਦਾਂ ਹੀ ਸਿਸਟਮ ਰਹੂਗਾ ਜਦੋਂ ਤੱਕ ਤੁਸੀਂ ਆਪ ਨਾ ਕਹੋ ਔਰ ਯਿਸੂ ਮਸੀਹ ਰੈਪਚਰ ਤੋਂ ਬਾਅਦ 7 ਸਾਲ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਜਦੋਂ ਇਸ ਧਰਤੀ ਦੇ ਉੱਤੇ ਦੁਲਹਨ ਨੂੰ ਲੈ ਕੇ ਰਾਜ ਕਰਨ ਆਉਣਗੇ ਚੇਤਾ ਰੱਖਿਓ ਦੁਲਹਨ ਨੂੰ ਲੈ ਕੇ ਰਾਜ ਕਰਨ ਆਉਣਾ ਆ ਇਹਦਾ ਮਤਲਬ ਕੀ ਹੈ ਦੁਲਹਨ ਪਹਿਲਾਂ ਉਠਾ ਲਈ ਗਈ ਹੈ ਰੈਪਚਰ ਹੋ ਗਿਆ ਆ ਰੈਪਚਰ ਹੋਇਆ ਤਾਂ ਤਾਂ ਹੀ ਉਹ ਤਾਂ ਦੁਲਹਨ ਨੂੰ ਲੈ ਕੇ ਆਉਂਦਾ ਪਿਆ ਨਾ ਜੇ ਰੈਪਚਰ ਨਹੀਂ ਹੋਇਆ ਤਾਂ ਉਹ ਕਿਹੜੀ ਦੁਲਹਨ ਨੂੰ ਲੈ ਕੇ ਆ ਰਿਹਾ
ਸੋ ਇਹ ਜਿਹੜੇ ਕਹਿੰਦੇ ਵੀ ਰੈਪਚਰ ਨਹੀਂ, ਇਹਨਾਂ ਪੁੱਛੋ ਵੀ ਉਹਨੇ ਕਿਹੜੀ ਦੁਲਹਨ ਰੱਖੀ ਹੋਈ ਹੈ ਹੋਰ, ਕਿਉਂਕਿ ਦੁਲਹਨ ਉਹ ਕੋਈ ਤੀਵੀਂ ਅਤੇ ਮਰਦਾਂ ਵਾਲੇ ਥੋੜ੍ਹੀ ਗੱਲ ਕਰ ਰਿਹਾ ਹੈ, ਉਹ ਤਾਂ ਆਤਮਾ ਅਤੇ ਪਰਮਾਤਮਾ ਦੀ ਗੱਲ ਕਰ ਰਿਹਾ ਹੈ, ਉਹ ਸਾਡੀ ਗੱਲ ਕਰ ਰਿਹਾ ਹੈ, ਅਸੀਂ ਹਾਂ ਉਹਦੀ ਦੁਲਹਨ। ਸੋ ਦੁਲਹਨ ਪਹਿਲਾਂ ਰੈਪਚਰ ਹੋਈ ਹੈ ਅਤੇ ਤਾਂ ਹੀ ਉਹਨੂੰ ਲੈ ਕੇ ਆ ਰਿਹਾ ਨਾ ਬੱਦਲਾਂ ਦੇ ਉੱਤੇ, ਜਦੋਂ ਸਾਰੀ ਦੁਨੀਆ ਨੇ ਦੇਖਣਾ ਆ ਔਰ ਯਰੂਸ਼ਲਮ ਨੇ ਵੀ ਦੇਖਣਾ ਆ ਔਰ ਯਰੂਸ਼ਲਮ ਨੇ ਉਹਦਾ ਵੈਲਕਮ ਕਰਨਾ ਆ। ਉਸ ਤੋਂ ਪਹਿਲਾਂ ਮੂਸਾ ਏਲੀਜਾ ਨੇ ਉਹਨਾਂ ਨੇ ਦੱਸ ਚੁੱਕੇ ਹੋਣਾ ਆ, ਉਹੋ ਹੀ ਮਸਾਇਆ ਸੀ, ਉਹੋ ਹੀ ਮਸੀਹ ਸੀ ਜਿਹਨੂੰ ਤੁਸੀਂ ਸਰੀਰ ਦੇ ਉੱਤੇ ਚੜਾਇਆ ਸੀ, ਔਰ ਉਹਨਾਂ ਨੂੰ ਪਤਾ ਲੱਗ ਚੁੱਕਾ ਹੋਣਾ ਯਸ ਮਸੀਹ ਉਹਨਾਂ 'ਤੇ ਜ਼ਾਹਰ ਹੋ ਚੁੱਕਾ ਹੋਣਾ ਹੈ। ਉਦੋਂ ਉਹਨਾਂ ਨੇ ਇਹ ਗੱਲ ਕਹਿਣੀ ਜਿਹੜੀ ਪ੍ਰਭੂ ਯਸ ਮਸੀਹ ਕਹਿ ਰਹੇ ਆ ਵੀ ਕਿਉਂਕਿ ਮੈਂ ਤੁਮਸੇ ਕਹਿਤਾ ਹੂੰ ਕਿ ਅਬ ਸਿਰ ਜਬ ਤੱਕ ਤੁਮ ਨਾ ਕਹੋਗੇ ਕਿ ਧੰਨੇ ਹੈ ਵਹਿ ਜੋ ਪ੍ਰਭੂ ਕੇ ਨਾਮ ਸੇ ਆਤਾ ਹੈ ਤਬ ਤੱਕ ਤੁਮ ਮੁਝੇ ਫਿਰ ਕਭੀ ਨਾ ਦੇਖੋਗੇ। ਸੋ ਇਹਨਾਂ ਉੱਤੇ ਪ੍ਰਤੱਖ ਤੌਰ ਦੇ ਉੱਤੇ ਪ੍ਰਭੂ ਯਸ ਮਸੀਹ ਨੇ ਜ਼ਾਹਰ ਹੋਣ ਜਿਹੜੇ ਦੂਸਰੇ ਆਗਮਨ ਦੇ ਵਿੱਚ ਹੋਣਾ, ਇਹਨਾਂ ਦੇ ਲਈ ਆਉਣਾ ਵੱਖਰਾ ਆ, ਦੁਲਹਨ ਦੇ ਲਈ ਆਉਣਾ ਵੱਖਰਾ ਆ। ਸੋ ਯਾਦ ਰੱਖਿਓ ਇਸਰਾਇਲੀਆਂ ਦੇ ਉੱਤੇ ਉਹਨੇ ਜ਼ਾਹਰ ਹੋਣਾ ਦੁਲਹਨ ਦੇ ਰੈਪਚਰ ਤੋਂ ਬਾਅਦ ਦੇ ਵਿੱਚ। ਸੋ ਅੱਗੇ ਵੱਧਦੇ ਹਾਂ, ਅਸੀਂ ਦੇਖ ਰਹੇ ਸੀ ਲੋਕਾਂ ਦੀ ਅੰਜੀਲ ਉਹਦਾ 23 ਅਧਿਆਇ ਦੀ 27 ਤੋਂ ਲੈ ਕੇ 29 ਵਰਸ ਤੱਕ ਕਿ ਇਹ ਜਿਹੜਾ ਪਿਛਲਾ ਹਾਲ ਹੋਇਆ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਵਰਸਾਂ ਸੀ ਜਿਹਦਾ ਕਰਕੇ ਉਹਨਾਂ ਨਾਲ ਇਹ ਸਭ ਕੁਛ ਵਾਪਰਿਆ। ਔਰ ਲੋਕੋਂ ਕੀ ਭੀੜ ਉਸਕੇ ਪੀਛੇ ਹੋਲੀ, ਔਰ ਬਹੁਤ ਸੀ ਇਸਤਰੀਆਂ ਵੀ ਜੋ ਉਸਕੇ ਲੀਏ ਛਾਤੀ ਪੀੜਤੀ ਔਰ ਵਿਲਾਪ ਕਰਤੀ ਥੀ। ਯਿਸ਼ੂ ਨੇ ਉਨਕੀ ਔਰ ਫਿਰ ਕਰ ਕਹਾ, ਹੇ ਯਰੂਸ਼ਲਮ ਕੀ ਪੁੱਤਰੀਓ, ਮੇਰੇ ਲੀਏ ਮਤ ਰੋਵੋ, ਪਰੰਤੂ ਆਪਣੇ ਔਰ ਆਪਣੇ ਬਾਲਕੋ ਕੇ ਲੀਏ ਰੋਵੋ, ਕਿਉਂਕਿ ਦੇਖੋ ਵਹਿ ਦਿਨ ਆਤੇ ਹੈ ਜਿਨਮੇ ਤੁਮ ਕਹੋਗੇ ਧੰਨੇ ਹੈ ਵਹਿ ਬਾਂਝ ਔਰ ਵਹਿ ਗਰਭ ਜਿਸਨੇ ਬੱਚੋ ਕੋ ਜਨਮ ਨਹੀਂ ਦਿਆ, ਔਰ ਜਿਨ ਔਰਤੋਂ ਨੇ ਬੱਚੋ ਕੋ ਜਨਮ ਨਹੀਂ ਦਿਆ ਔਰ ਜਿਨ੍ਹਾਂ ਨੇ ਬੱਚੋ ਕੋ ਦੁੱਧ ਨਹੀਂ ਪਿਲਾਇਆ ਉਨਕੋ ਤੁਮ ਧਨ ਕਹੋਗੇ। ਵੋ ਸਮੇਂ ਜੋ ਆਨੇ ਵਾਲਾ ਹੈ ਜਿਸ ਸਮੇਂ ਮੇਂ ਤੁਮ ਲੋਗ ਪੀੜਾ ਹੋਗੀ, ਜੈਸੇ ਹਮਨੇ ਪਿੱਛੇ ਸਿੱਖਾ ਥਾ ਅੰਤਿਮ ਦਿਨੋਂ ਕੇ ਨਿਸ਼ਾਨੋ ਮੇਂ, ਅੰਤਿਮ ਦਿਨੋਂ ਕਾ ਨਿਸ਼ਾਨ 70 ਈਸਵੀ ਸੇ ਸ਼ੁਰੂ ਹੋ ਚੁੱਕੇ ਹੈ, ਔਰ ਪਰਮੇਸ਼ਵਰ ਕੇ ਦੇਖਣੇ ਕਾ ਢੰਗ ਔਰ ਹਮਾਰੇ ਦੇਖਣੇ ਕਾ ਢੰਗ ਯੇ ਹੈ ਕਿ ਹਮ 2000 ਸਾਲ ਸਮਝਤੇ ਹੈ ਲੇਕਿਨ ਪਰਮੇਸ਼ਵਰ ਕੇ ਲੀਏ ਦੂਸਰਾ ਦਿਨ ਹੈ। ਸੋ ਪ੍ਰਭੂ ਯਸ ਮਸੀਹ ਨੇ ਯਹਾਂ ਪਰ ਜੋ ਯਰੂਸ਼ਲਮ ਕੇ ਸਾਥ ਹੋਣੇ ਵਾਲਾ ਹੈ ਉਸਕੀ ਯਹਾਂ ਪਰ ਫਿਰ ਚੇਤਾਵਨੀ ਦੀ ਹੈ। ਇੱਕ ਤੋਂ ਹਮਨੇ ਉੱਪਰ ਦੇਖਾ ਕਿ ਹੇ ਯਰੂਸ਼ਲਮ ਮੈਨੇ ਚਾਹਾ ਕਿ ਮੁਰਗੀ ਜੈਸੇ ਬੱਚੋਂ ਕੋ ਆਪਣੇ ਪੰਖੋਂ ਕੇ ਨੀਚੇ ਰੱਖਤੀ ਵੈਸੇ ਰੱਖੂੰ, ਪਰ ਤੁਮਨੇ ਨਾ ਚਾਹਾ। ਔਰ ਅਬ ਜਬ ਯਸ ਮਸੀਹ ਕੇ ਪਿੱਛੇ ਔਰਤੇ ਆ ਰਹੀ ਹੈ ਰੋਤੀ ਹੋਈ, ਜਬ ਯਸ ਮਸੀਹ ਕੋ ਸਰੀਰ ਪਰ ਚੜਾਣੇ ਕੇ ਲਈ ਲੈ ਜਾ ਰਹੇ ਹੈ, ਉਸ ਵਕਤ ਯਸ ਮਸੀਹ ਉਹਨੇ ਰੋਤੀ ਹੋਈ ਔਰਤੋਂ ਸੇ ਬਾਤ ਕਰਤਾ ਔਰ ਕਹਿਤਾ ਹੈ। ਸੋ ਇਸਕਾ ਮਤਲਬ ਇਹ ਭਵਿੱਖਵਾਣੀ ਉਨਕੇ ਲਈ ਕੀ ਜਾ ਰਹੀ ਹੈ ਜੋ 70 ਈਸਵੀ ਮੇਂ ਉਨਕੇ ਸਾਥ ਹੁਆ ਉਸਕੇ ਬਾਰੇ ਮੇਂ ਅਗਮ ਗਿਆਨ ਮੇਂ ਪ੍ਰਭੂ ਯਸ ਮਸੀਹ ਉਨਕੋ ਪਹਿਲੇ ਬਤਾਤਾ ਹੈ। ਇੱਕ ਔਰ ਵਰਸ ਪੜ੍ਹ ਲੈਤੇ ਹੈ ਤਾਂ ਕਿ ਹਮਕੋ ਔਰ ਕਲੀਅਰ ਹੋ ਜਾਏ। ਲੂਕਾ ਕੀ ਅੰਜੀਲ ਉਸਕਾ 19 ਅਧਿਆਇ ਉਸਕੀ 39 ਸੇ ਲੇਕਰ 44 ਵਰਸ ਤੱਕ ਹਮ ਲੋਕ ਪੜ੍ਹਤੇ ਹੈ। ਜਬ ਵਹਿ ਨਿਕਟ ਆਇਆ ਤੋ ਨਗਰ ਕੋ ਦੇਖ ਕਰ ਉਸ ਪਰ ਰੋਇਆ। ਪਹਿਲਾਂ ਅਸੀਂ ਉੱਪਰ ਦੇਖਿਆ ਕਿ ਯਸ ਮਸੀਹ ਨੇ ਯਰੂਸ਼ਲਮ ਲਈ ਕੀ ਕਿਹਾ, ਹੁਣ ਇੱਥੇ ਖੁਦਾ ਦਾ ਦਾਸ ਉਹਨੂੰ ਹੋਰ ਜ਼ਿਆਦਾ ਵਧੀਆ ਢੰਗ ਨਾਲ ਕਲੀਅਰ ਕਰਦਾ। ਜਦੋਂ ਉਹ ਨਗਰ ਦੇ ਕੋਲ ਆਇਆ ਤੇ ਨਗਰ ਨੂੰ ਦੇਖ ਕੇ ਰੋਇਆ, ਯਰੂਸ਼ਲਮ ਨੂੰ ਦੇਖ ਕੇ ਰੋ ਰਿਹਾ ਪ੍ਰਭੂ ਯਸ ਮਸੀਹ। ਸਜ਼ਾ ਵੀ ਇਹਨਾਂ ਨੂੰ ਦੇਣੀ ਹੈ ਲੇਕਿਨ ਦਿਲ ਦੇ ਵਿੱਚ ਤੜਪ ਵੀ ਬਹੁਤ ਹੈ। ਤੜਪ ਇਸ ਲਈ ਹੈ ਵੀ ਇਹਨਾਂ ਦੇ ਬਾਪ ਦਾਦੇ ਬਹੁਤ ਵਧੀਆ ਢੰਗ ਦੇ ਨਾਲ ਚੱਲੇ ਸੀ ਅਤੇ ਉਹਨਾਂ ਦੇ ਨਾਲ ਕੁਛ ਪ੍ਰੋਮਿਸ ਕੀਤੇ ਹੈ, ਲੇਕਿਨ ਇਹਨਾਂ ਦੀ ਅਣਆਗਿਆਕਾਰੀ ਨੇ ਪਰਮੇਸ਼ੁਰ ਨੂੰ ਗੁੱਸਾ ਵੀ ਇੰਨਾ ਚੜ੍ਹਾਇਆ ਹੋਇਆ ਹੈ ਕਿ ਨਿਆਈ ਪਰਮੇਸ਼ੁਰ ਹੁਣ ਸਜ਼ਾ ਦਿੱਤੇ ਤੋਂ ਬਿਨਾਂ ਛੱਡ ਵੀ ਸਕਦਾ ਨਹੀਂ ਹੈ, ਇਸ ਲਈ ਰੋ ਵੀ ਰਿਹਾ ਹੈ
ਕਿਉਂ ਰੋ ਰਿਹਾ ਆ? ਅਜੇ ਇਹਨਾਂ ਨੂੰ ਨਹੀਂ ਪਤਾ, ਜਦੋਂ ਪ੍ਰਭੂ ਯਿਸੂ ਮਸੀਹ ਰੋ ਰਿਹਾ ਆ, ਯਰੂਸ਼ਲਮ ਵਾਸੀਆਂ ਨੂੰ ਨਹੀਂ ਪਤਾ ਸਾਡੇ ਉੱਤੇ ਕਿਹੜਾ ਕਹਿਰ ਟੁੱਟਣ ਵਾਲਾ ਹੈ। ਲੇਕਿਨ ਅਗੰਮ ਗਿਆਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਪਤਾ ਇਹਨਾਂ ਦੇ ਉੱਤੇ ਕੀ ਬੀਤਣ ਵਾਲਾ ਹੈ, ਇਹਨਾਂ ਦਾ ਕੀ ਹਸ਼ਰ ਹੋਣ ਵਾਲਾ ਹੈ, ਕਿੱਦਾਂ ਇਹਨਾਂ ਦਾ ਕਤਲ ਕੀਤਾ ਜਾਣਾ ਹੈ, ਕਿੱਦਾਂ ਇਹਨਾਂ ਦੇ ਘਰੋਂ ਬੇਘਰ ਹੋਣਾ ਹੈ, ਕਿੱਦਾਂ ਇਹਨਾਂ ਦੇ ਬੱਚੇ ਇਹਨਾਂ ਦੇ ਸਾਹਮਣੇ ਮਾਰੇ ਜਾਣੇ ਆ, ਕਿਵੇਂ ਇਹਨਾਂ ਦੀਆਂ ਔਰਤਾਂ ਦੀ ਇੱਜ਼ਤਾਂ ਤੱਕ ਲੁੱਟੀਆਂ ਜਾਣੀਆਂ, ਪ੍ਰਭੂ ਯਿਸੂ ਮਸੀਹ ਦੇਖ ਰਿਹਾ ਆ। ਇਸ ਲਈ ਇਹਨਾਂ ਦੇ ਲਈ ਉਹ ਰੋ ਵੀ ਰਿਹਾ ਆ। ਰੋਂਦੇ ਹੋਏ ਕੀ ਕਹਿ ਰਿਹਾ ਆ? ਔਰ ਕਿਹਾ, ਕਿਆ ਹੀ ਬਲਾ ਹੋਤਾ ਕਿ ਤੂੰ, ਹਾਂ ਤੂੰ ਹੀ, ਪਹਿਲਾਂ ਰੋਇਆ, ਫਿਰ ਹੁਣ ਸ਼ਬਦਾਂ ਨੂੰ ਵਿਚਾਰ ਕਰਿਓ ਕਿਸ ਤਰੀਕੇ ਦੇ ਨਾਲ ਆਤਮਾ ਦੀ ਪ੍ਰੇਰਣਾ ਦੇ ਨਾਲ ਲਿਖੇ ਗਏ ਆ। ਔਰ ਕਿਹਾ, ਕਿਆ ਹੀ ਬਲਾ ਹੋਤਾ ਕਿ ਤੂੰ, ਫਿਰ ਉਹਨੂੰ ਪੂਰਾ ਜ਼ੋਰ ਦੇ ਕੇ ਦੱਸ ਰਿਹਾ ਕਿਹਦੇ ਲਈ ਗੱਲ ਕਰ ਰਿਹਾ ਮੈਂ, ਕਿ ਤੂੰ, ਹਾਂ ਤੂੰ ਹੀ ਇਸੀ ਦਿਨ ਮੇਂ ਕੁਸ਼ਲ ਕੀ ਬਾਤੇ ਜਾਣਤਾ, ਪਰੰਤੂ ਅਬ ਵਹਿ ਤੇਰੀ ਆਂਖੋਂ ਸੇ ਛਿਪ ਗਈ ਹੈ। ਕਾਸ਼ ਤੂੰ ਜਾਣਦਾ, ਕਾਸ਼ ਤੂੰ ਸਮਝਦਾ ਕੌਣ ਤੇਰੇ ਨਗਰਾਂ ਦੇ ਵਿੱਚ ਫਿਰ ਰਿਹਾ ਹੈ, ਉਹ ਕੌਣ ਆ ਜਿਹਦੇ ਨਾਲ ਤੁਸੀਂ ਘਿਰਨਾ ਕਰ ਰਹੇ ਹੋ, ਉਹ ਕੌਣ ਆ ਜਿਹੜਾ ਤੁਹਾਡੀ ਖਾਤਰ ਆਇਆ, ਜਿਹਨਾਂ ਤੁਸੀਂ ਘਿਰਨਾ ਕਰ ਰਹੇ ਹੋ, ਤੁਹਾਡਾ ਸਿਰਜਣ ਹਾਰਿਆ, ਜਿਸ ਨਗਰ 'ਚ ਰਹਿ ਕੇ ਤੁਸੀਂ ਜਿਸ ਨਗਰ ਦਾ ਘਮੰਡ ਕਰਦੇ ਹੋ, ਤੁਹਾਨੂੰ ਉਹ ਨਗਰ ਦੇਣ ਵਾਲਾ ਆ, ਪਰ ਤੁਸੀਂ ਫਿਰ ਵੀ ਉਹਨੂੰ ਪਹਿਚਾਣਿਆ ਪਹਿਚਾਣਿਆ ਨਹੀਂ ਆ। ਇਸ ਕਰਕੇ ਕਹਿੰਦਾ ਹੈ, ਪਰ ਤੁਹਾਡੀਆਂ ਅੱਖਾਂ ਤੋਂ ਉਹ ਗੱਲ ਛੁਪੀ ਹੋਈ, ਕਾਸ਼ ਤੁਸੀਂ ਇਹ ਕੁਸ਼ਲ ਦੇ ਦਿਨਾਂ ਦੀਆਂ ਗੱਲਾਂ ਨੂੰ ਜਾਣਦੇ, ਕਿਉਂਕਿ ਵਹਿ ਦਿਨ ਤੁਝ ਪਰ ਆਏਗੇ ਕਿ ਤੇਰੇ ਬੈਰੀ ਮੋਰਚਾ ਬੰਧ ਕਰ ਤੁਝੇ ਘੇਰ ਲੇਂਗੇ ਔਰ ਚਾਰੋਂ ਔਰ ਸੇ ਤੁਝੇ ਦਬਾਏਂਗੇ। ਇਹਨੂੰ ਅਸੀਂ ਪੂਰਾ ਕਲੀਅਰ ਤੌਰ ਦੇ ਉੱਤੇ ਬੜੀ ਤਸੱਲੀ ਦੇ ਨਾਲ ਦੇਖ ਚੁੱਕੇ ਹਾਂ। ਔਰ ਤੁਝੇ ਤੇਰੇ ਬਾਲਕੋਂ ਕੋ ਜੋ ਤੁਝ ਮੇਂ ਹੈ ਮਿੱਟੀ ਮੇਂ ਮਿਲਾਏਂਗੇ, ਔਰ ਤੁਝ ਮੇਂ ਪੱਥਰ ਪਰ ਪੱਥਰ ਵੀ ਨਾ ਛੋੜਾ ਜਾਏਗਾ, ਕਿਉਂਕਿ ਤੂਨੇ ਵਹਿ ਅਫਸਰ ਜਬ ਤੁਝ ਪਰ ਕਿਰਪਾ ਦ੍ਰਿਸ਼ਟੀ ਕੀ ਗਈ ਨਾ ਪਹਿਚਾਣ। ਅੱਜ ਅਨੁਗ੍ਰਹਿ ਦੇ ਵਿੱਚ ਸਾਡੇ ਉੱਤੇ ਵੀ ਕਿਰਪਾ ਦ੍ਰਿਸ਼ਟੀ ਕੀਤੀ ਗਈ ਹੈ। ਅਗਰ ਅਸੀਂ ਉਹਦੀ ਇਸ ਕਿਰਪਾ ਦ੍ਰਿਸ਼ਟੀ ਨੂੰ ਨਾ ਸਮਝਿਆ ਅਤੇ ਨਾ ਜਾਣਿਆ, ਤਾਂ ਫਿਰ ਚੇਤੇ ਰੱਖਿਓ, ਮੈਂ ਬਾਰ ਬਾਰ ਦੱਸਦਾ ਹਾਂ, ਜੇ ਅਸਲੀ ਡਾਲੀਆਂ ਦੇ ਨਾਲ ਇੰਨਾ ਸਖਤ ਆ ਅਤੇ ਜਿਹੜੀਆਂ ਜੰਗਲੀ ਡਾਲੀਆਂ ਪਿਉਂਦ ਕੀਤੀਆਂ ਗਈਆਂ ਆ, ਫਿਰ ਉਹਨਾਂ ਦੇ ਨਾਲ ਕਿੰਨਾ ਸਖਤ ਹੋਵੇਗਾ। ਸਮਾਂ ਬੜਾ ਖਤਰਨਾਕ ਆ, ਇਸ ਲਈ ਬੜੀ ਹੀ ਬਰੀਕੀ ਦੇ ਨਾਲ ਉਹਦੇ ਉੱਤੇ ਸਾਨੂੰ ਮਨਨ ਕਰਨ ਦੀ ਜ਼ਰੂਰਤ ਆ। ਜੇ ਸਮਝ ਜਾਵਾਂਗੇ ਤਾਂ ਕਿਰਪਾ ਹੋ ਜਾਵੇਗੀ, ਜੇ ਨਾ ਸਮਝੇ ਤਾਂ ਫਿਰ ਦੁੱਖ ਤੇ ਦਾ ਤੇ ਸਮਾਂ ਜਿਹੜਾ ਉਹ ਆਉਣ ਹੀ ਵਾਲਾ ਹੈ। ਇੱਕ ਹੋਰ ਅਸੀਂ ਵਰਸ ਪੜ੍ਹਦੇ ਹਾਂ, ਮੱਤੀ ਦੀ ਇੰਜੀਲ 24 ਅਧਿਆਇ ਉਹਦੀ 2 ਵਰਸ, ਅਸੀਂ ਹੁਣ ਉਸ ਪਾਸੇ ਨੂੰ ਆਉਣ ਲੱਗੇ ਹਾਂ ਜਿਹੜਾ ਮੇਨ ਸਬਜੈਕਟ ਸੀ। ਅਜੇ ਤੱਕ ਅਸੀਂ ਉਹਦੀ ਗਰਾਉਂਡ ਹੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਾਂ, ਲੇਕਿਨ ਹੁਣ ਅਸੀਂ ਆਵਾਂਗੇ ਉਹਨਾਂ ਗੱਲਾਂ ਵੱਲ ਨੂੰ ਜਿਹਨਾਂ ਨੂੰ ਅਸੀਂ ਸਿੱਖਣਾ ਜ਼ਰੂਰੀ ਸਮਝਦੇ ਹਾਂ। ਮੱਤੀ ਦੀ ਅੰਜੀਲ 24 ਅਧਿਆਇ ਉਹਦੀ 2 ਵਰਸ ਤੋਂ ਅਸੀਂ ਪੜ੍ਹਦੇ ਹਾਂ। ਉਸਨੇ ਉਨਸੇ ਕਿਹਾ, ਕਿਆ ਤੁਮ ਯੇ ਸਭ ਨਹੀਂ ਦੇਖਤੇ? ਮੈਂ ਤੁਮਸੇ ਸੱਚ ਸੱਚ ਕਹਿਤਾ ਹੂੰ, ਯਹਾਂ ਪੱਥਰ ਪਰ ਪੱਥਰ ਵੀ ਨਾ ਛੂਟੇਗਾ ਜੋ ਡਾਇਆ ਨਾ ਜਾਏਗਾ। ਔਰ ਜਬ ਵਹਿ ਜੈਤੂਨ ਪਹਾੜ ਪਰ ਬੈਠਾ ਤਾਂ ਤੋ ਚੇਲੋ ਨੇ ਅਲੱਗ ਉਸਕੇ ਪਾਸ ਆਕਰ ਕਹਾ, ਹਮਸੇ ਕਹਿ ਯੇ ਬਾਤੇ ਕਬ ਹੋਂਗੀ? ਨੰਬਰ 1, ਕਦੋਂ ਹੋਊਗੀ? ਤੇਰੇ ਆਨੇ ਕਾ ਕਿਆ ਨਿਸ਼ਾਨ ਹੈ? ਔਰ ਜਗਤ ਕੇ ਅੰਤ ਕਾ ਕਿਆ ਚਿੰਨ ਹੈ?
ਸੋ ਇਸ 24 ਚੈਪਟਰ ਦੇ ਵਿੱਚ ਅਸੀਂ ਤਿੰਨ ਗੱਲਾਂ ਨੂੰ ਦੇਖਦੇ ਹਾਂ, ਜਦਕਿ ਲੋਕਾਂ ਦੀ ਅੰਜੀਲ ਦੇ ਵਿੱਚ ਅਸੀਂ ਦੇਖੀਆਂ ਸੀ ਚਾਰ ਗੱਲਾਂ ਨੂੰ। ਸੋ ਇਹਦੇ ਵਿੱਚ ਤਿੰਨ ਗੱਲਾਂ ਸਾਡੇ ਅੱਗੇ ਸਾਹਮਣੇ ਖੁੱਲ੍ਹ ਕੇ ਆ ਰਹੀਆਂ ਆ, ਔਰ ਉਹ ਤਿੰਨ ਗੱਲਾਂ ਕੀ ਆ? ਨੰਬਰ 1 ਇਹ ਗੱਲਾਂ ਕਦੋਂ ਹੋਣਗੀਆਂ, ਨੰਬਰ 2 ਤੇਰੇ ਆਉਣ ਦਾ ਨਿਸ਼ਾਨ ਕੀ ਆ, ਨੰਬਰ 3 ਜਗਤ ਦੇ ਅੰਤ ਦਾ ਕੀ ਨਿਸ਼ਾਨ ਆ। ਸੋ ਹੁਣ ਅਸੀਂ ਸਮਝਾਂਗੇ ਬੜੀ ਬਰੀਕੀ ਦੇ ਨਾਲ ਔਰ ਬੜੀ ਤਸੱਲੀ ਦੇ ਨਾਲ, ਕਿਉਂਕਿ ਸਾਡੇ ਕੋਲ ਸਮਾਂ ਬੜਾ ਆ, ਅਜੇ ਪਤਾ ਨਹੀਂ ਕਦੋਂ ਤੱਕ ਇਹ ਕਰੋਨਾ ਵਾਇਰਸ ਦਾ ਚੱਕਰ ਚੱਲਣਾ ਅਤੇ ਕਦੋਂ ਤੱਕ ਅਸੀਂ ਇੱਦਾਂ ਹੀ ਸਿੱਖਦੇ ਰਹਿਣਾ। ਸੋ ਅਸੀਂ ਇਹ ਵੀ ਨਹੀਂ ਦੁਆ ਮੰਗ ਸਕਦੇ ਕਿ ਕਰੋਨਾ ਵਾਇਰਸ ਲੰਬਾ ਸਿਰ ਤੱਕ ਚੱਲੇ, ਕਿਉਂਕਿ ਬਹੁਤ ਸਾਰੇ ਲੋਕ ਉਹਦੀ ਮਾਰ ਦੇ ਵਿੱਚ ਬਰਬਾਦ ਹੋ ਰਹੇ ਆ, ਔਰ ਦੁਆ ਇਹ ਕਰ ਰਹੇ ਆ ਪ੍ਰਭੂ ਆਪਣੇ ਕ੍ਰੋਧ ਨੂੰ ਠੰਡਾ ਕਰੇ ਔਰ ਲੋਕਾਂ ਉੱਤੋਂ ਇਹ ਕਹਿਰ ਖਤਮ ਹੋਵੇ। ਲੇਕਿਨ ਵਚਨ ਸਾਨੂੰ ਉੱਥੇ ਇਹ ਵੀ ਦੱਸਦਾ ਆ, ਉਹ ਆਪਣੀ ਮਰਜ਼ੀ ਦਾ ਮਾਲਕ ਆ ਅਤੇ ਆਪਣੀ ਮਰਜ਼ੀ ਦੇ ਨਾਲ ਕੰਮ ਕਰਦਾ ਆ। ਸੋ ਸਾਡਾ ਤਾਂ ਜੋ ਫਰਜ਼ ਆ ਅਸੀਂ ਉਹ ਕਰਾਂਗੇ, ਬਾਕੀ ਉਹਦੀ ਮਰਜ਼ੀ ਆ ਉਹਨੇ ਕਦੋਂ ਕਰਨਾ ਹੈ ਅਤੇ ਕਦੋਂ ਨਹੀਂ ਕਰਨਾ। ਉਹ ਹੀ ਅਗੰਮ ਗਿਆਨੀ ਆ, ਉਹ ਹੀ ਜਾਣਦਾ ਹੈ, ਦੂਸਰਾ ਕੋਈ ਜਾਣ ਵੀ ਸਕਦਾ ਨਹੀਂ ਆ। ਔਰ ਅਸੀਂ ਹੁਣ ਏਡੇ ਢੀਠ ਵੀ ਨਹੀਂ ਹਾਂ ਕਿ ਉਹ ਸਾਨੂੰ ਦੱਸੇ ਨਾ ਕੁਛ ਅਤੇ ਅਸੀਂ ਐਵੇਂ ਲੋਕਾਂ ਨੂੰ ਦੱਸੀ ਜਾਈਏ, ਹੈ ਨਾ। ਅਗੰਮ ਗਿਆਨੀ ਆਪਣੀ ਕਿਸੇ ਇੱਛਾ ਨੂੰ ਜ਼ਾਹਰ ਕਰੂਗਾ ਅਤੇ ਲੋਕਾਂ ਨੂੰ ਦੱਸਾਂਗੇ ਵੀ ਜ਼ਰੂਰ, ਲੇਕਿਨ ਟੋਟਕੇ ਲਾ ਕੇ ਨਹੀਂ, ਜਿੱਦਾਂ ਮੈਂ ਤੁਹਾਨੂੰ ਦੱਸਣ ਡਿਆ ਨਾ, ਅੱਜ ਟੋਟਕੇ ਲਾ ਕੇ ਦੱਸ ਰਹੇ ਨਾ ਵੀ ਮਿੱਠਾ ਨਹੀਂ ਖਾਣਾ, ਕੌੜੀਆਂ ਚੀਜ਼ਾਂ ਖਾਣੀਆਂ, ਦਰਵਾਜ਼ਿਆਂ ਦੇ ਉੱਤੇ ਆਹ ਕਰੋ। ਮੈਂ ਪਾਕਿਸਤਾਨ ਦੀ ਵੀਡੀਓ ਦੇਖ ਰਿਹਾ ਜੀ, ਉੱਥੇ ਪੇਂਟ ਲੈ ਕੇ ਲੱਗੇ ਹੋਏ ਲਾਲ ਨਿਸ਼ਾਨ ਲਾਉਣ ਵਾਸਤੇ, ਇਹਨਾਂ ਪੁੱਛਣ ਵਾਲਾ ਹੋਵੇ ਯਸਮਸੀ ਦਾ ਲਹੂ ਪੇਂਟ ਆ। ਕੋਈ ਸ਼ਰਮ ਕਰਨੀ ਚਾਹੀਦੀ ਇਹਨਾਂ ਲੋਕਾਂ ਨੂੰ, ਕੋਈ ਹਯਾ ਹੋਣੀ ਚਾਹੀਦੀ ਹੈ, ਪਰ ਨਹੀਂ, ਬਸ਼ਰਮੀ ਦੇ ਉੱਤੇ ਲੱਕ ਬੰਨਿਆ ਹੋਇਆ ਆ। ਜਿੰਨਾ ਮਰਜ਼ੀ ਸਮਝਾਈਏ ਸਮਝਣ ਦੇ ਲਈ ਤਿਆਰ ਹੁੰਦੇ ਨਹੀਂ ਆ, ਉਲਟਾ ਸਾਨੂੰ ਹੀ ਬਾਅਦ 'ਚ ਗਾਲਾਂ ਕੱਢਣ ਲੱਗ ਪੈਂਦੇ ਆ, ਫਿਰ ਅਸੀਂ ਛਿੱਕੇ ਛੱਡ ਦੀ ਦਾ ਇਹਨਾਂ ਨੂੰ ਇਹਨਾਂ ਦੇ ਹਾਲਤ ਦੇ ਵਿੱਚ, ਜਿੱਦਾਂ ਲਿਖਿਆ ਆ, ਜੇ ਕੋਈ ਨਹੀਂ ਸਮਝਦਾ ਫਿਰ ਜੁੱਤੀ ਝਾੜ ਦਿਓ, ਫਿਰ ਸਾਨੂੰ ਆਖਿਰਕਾਰ ਜੁੱਤੀ ਹੀ ਝਾੜਨੀ ਪੈਂਦੀ ਹੈ। ਸੋ ਵੱਧਦੇ ਅੱਗੇ, ਪ੍ਰਭੂ ਯਸੂ ਮਸੀਹ ਦੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਬੜੀ ਬਰੀਕੀ ਦੇ ਨਾਲ ਚੱਲਾਂਗੇ। ਨੰਬਰ 1 ਤਾਂ ਇਹ ਹੈ ਵੀ ਇਹ ਗੱਲਾਂ ਸਾਨੂੰ ਦੱਸ ਕਦੋਂ ਹੋਣਗੀਆਂ, ਪਹਿਲਾ ਪੁਆਇੰਟ। ਦੂਜਾ, ਇਹਨਾਂ ਗੱਲਾਂ ਦੇ ਕੀ ਨਿਸ਼ਾਨ ਆ ਹੋਣਗੇ, ਅਤੇ ਤੀਜਾ, ਅੰਤ ਦੇ ਦਿਨਾਂ ਦਾ ਜਿਹੜਾ ਅੰਤਿਮ ਦਿਨ ਆ ਉਹਦਾ ਕੀ ਨਿਸ਼ਾਨ ਹੋਊਗਾ। 5ਵੀਂ ਵਰਸ ਤੋਂ ਅਸੀਂ 4:34 ਤੇ ਪੜ੍ਹਦੇ ਹਾਂ, ਯਸੂ ਨੇ ਉਸ ਉੱਤਰ ਦਿਆ, ਸਾਵਧਾਨ ਰਹੋ। ਹੁਣ ਯਸੂ ਮਸੀਹ ਉਹਨਾਂ ਤਿੰਨਾਂ ਗੱਲਾਂ ਦਾ ਜਵਾਬ ਦੇਣ ਜਾ ਰਿਹਾ, ਲੇਕਿਨ ਇਸ ਤੋਂ ਪਹਿਲਾਂ ਜਵਾਬ ਦੇਵੇ, ਪਹਿਲੋਂ ਇੱਕ ਗੱਲ ਕਰ ਰਿਹਾ, ਕੀ ਕਰ ਰਿਹਾ? ਸਾਵਧਾਨ ਰਹੋ। ਇਹਦਾ ਮਤਲਬ ਕੋਈ ਖਾਸ ਗੱਲ ਹੈ ਨਾ, ਸਾਵਧਾਨ ਕਿੱਥੇ ਲਿਖਿਆ ਜਾਂਦਾ? ਅਸੀਂ ਕਿਤੇ ਪਹਾੜੀ ਇਲਾਕੇ 'ਚ ਜਾਂਦੇ ਹਾਂ, ਅੱਗੇ ਕੋਈ ਖਾਈ ਵਗੈਰਾ ਹੈਗੀ, ਉੱਥੇ ਲਿਖਿਆ ਜਾਂਦਾ ਸਾਵਧਾਨ। ਅਸੀਂ ਕਿਸੇ ਆਫਿਸ 'ਚ ਜਾਂਦੇ ਹਾਂ, ਉੱਥੇ ਅਗਰ ਕੋਈ ਉਹਨਾਂ ਦਾ ਕੋਈ ਐਸਾ ਕੋਈ ਸੀਕਰੇਟ ਚੀਜ਼ ਹੈਗੀ ਆ, ਉੱਥੇ ਲਿਖਿਆ ਜਾਂਦਾ ਸਾਵਧਾਨ, ਹੈ ਨਾ। ਸਾਵਧਾਨੀ ਦਾ ਚਿੰਨ੍ਹ ਉੱਥੇ ਮਿਲਦਾ ਹੈ ਜਿੱਥੇ ਕੋਈ ਖਾਸ ਗੱਲ ਹੈ ਜਾਂ ਕੋਈ ਖਾਸ ਗੱਲ ਹੋਣ ਜਾ ਰਹੀ ਹੈ, ਉੱਥੇ ਸਾਵਧਾਨ ਲਿਖਿਆ ਜਾਂਦਾ ਹੈ। ਜਿਵੇਂ ਕਈ ਵਾਰ ਕੋਈ ਕੂਹਣੀ ਮੋੜ ਹੁੰਦਾ, ਬੜੀ ਤਿੱਖਾ ਮੋੜ ਹੁੰਦਾ, ਉੱਥੇ ਲਿਖਿਆ ਜਾਂਦਾ ਸਾਵਧਾਨ, ਅੱਗੇ ਕੂਹਣੀ ਮੋੜ ਹੈ। ਉਹਦਾ ਮਤਲਬ ਕੀ ਹੈ? ਤੁਹਾਨੂੰ ਸਾਵਧਾਨ ਕਰਦੇ ਵੀ ਜੇ ਤੁਸੀਂ ਸਾਵਧਾਨ ਨਾ ਹੋਏ ਤਾਂ ਅੱਗੇ ਤੁਹਾਡੀ ਮੌਤ ਵੀ ਹੋ ਸਕਦੀ ਹੈ। ਸੋ ਪ੍ਰਭੂ ਯਸੂ ਮਸੀਹ ਇੱਥੇ ਆਪਣੇ ਵਚਨ ਦੇ ਅਨੁਸਾਰ ਗੱਲ ਕਰਦੇ ਸ਼ੁਰੂ, ਉਹਨਾਂ ਨੇ ਤਿੰਨ ਗੱਲਾਂ ਪੁੱਛੀਆਂ, ਇਹ ਗੱਲਾਂ ਕਦੋਂ ਹੋਣਗੀਆਂ, ਇਹਨਾਂ ਦਾ ਕੀ ਨਿਸ਼ਾਨ ਆ, ਅਤੇ ਅੰਤਿਮ ਦਿਨਾਂ ਦਾ ਕੀ ਨਿਸ਼ਾਨ ਆ, ਸਾਨੂੰ ਦੱਸ। ਔਰ ਯਸੂ ਮਸੀਹ ਇਸ ਤੋਂ ਪਹਿਲਾਂ ਸ਼ੁਰੂ ਕਰੇ, ਉਹਨਾਂ ਨੂੰ ਗੱਲ ਕਹਿੰਦਾ ਵੀ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਵਧਾਨ ਹੋਵੋ। ਇਸ ਲਈ ਅੱਜ ਸਾਨੂੰ ਜ਼ਰੂਰਤ ਹੈ, ਜਿਹੜੇ ਮਸੀਹ ਦੇ ਵਿੱਚ ਆਏ ਹੋਏ ਹਾਂ, ਦੂਸਰਿਆਂ ਨੂੰ ਸਾਵਧਾਨ ਕਰੀਏ, ਸਭ ਤੋਂ ਪਹਿਲਾਂ ਆਪ ਸਾਵਧਾਨ ਹੋਈਏ। ਇਹ ਨਾ ਹੋਵੇ ਦੂਜਿਆਂ ਨੂੰ ਸਾਵਧਾਨ ਕਰਦੇ ਰਹੀਏ ਅਤੇ ਆਪ ਐਕਸੀਡੈਂਟ ਕਰਵਾ ਕੇ ਬਹਿ ਜਾਈਏ, ਹੈ ਨਾ। ਸੋ ਜਿੱਥੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਦੂਸਰਿਆਂ ਨੂੰ ਸਾਵਧਾਨ ਕਰਨਾ ਹੈ,
ਉੱਥੇ ਅਸੀਂ ਸਭ ਤੋਂ ਪਹਿਲਾਂ ਆਪ ਸਾਵਧਾਨ ਹੋਣਾ ਹੈ। ਆਪ ਬਚੇ ਹੋਏ ਹੋਵਾਂਗੇ ਤਾਂ ਕਿਸੇ ਨੂੰ ਬਚਾ ਸਕਦੇ ਹਾਂ, ਅਤੇ ਜੇ ਆਪ ਹੀ ਅਜੇ ਹਨੇਰੇ 'ਚ ਹੋਏ ਤਾਂ ਫਿਰ ਮੁਸ਼ਕਿਲ ਹੋ ਜਾਣੀ ਨਾ। ਫਿਰ ਲਿਖਿਆ ਅੰਨੇ ਦਾ ਆਗੂ ਅੰਨਾ ਅਤੇ ਦੋਨੇ ਟੋਏ ਦੇ ਵਿੱਚ। ਇਸ ਲਈ ਸੜਕੀ ਸੜ ਸਭ ਤੋਂ ਜ਼ਿੰਮੇਵਾਰੀ ਪਹਿਲਾਂ ਕੀ ਹੈ, ਪਹਿਲਾਂ ਮੈਂ ਆਪ ਬਚਾਂ। ਅੱਜ ਸੰਸਾਰ 'ਚ ਅਸੀਂ ਦੇਖਦੇ ਆਪ ਤਾਂ ਬਚਦਾ ਹੀ ਕੋਈ ਨਹੀਂ, ਇੱਥੋਂ ਜਿਹੜੀ ਉਹ ਮੁਸ਼ਕਿਲ ਹੋ ਜਾਂਦੀ ਹੈ। ਅਸੀਂ ਖੁਦਾ ਦਾ ਧੰਨਵਾਦ ਕਰਦੇ ਹਾਂ, ਖੁਦਾ ਦੇ ਦਾਸ ਸਾਡੇ ਵੱਡੇ ਭਾਈ ਪਾਸਟਰ ਕਮਲ ਜੀ ਹੋਣਾ ਦਾ, ਉਹ ਵੀ ਸਾਡੇ ਨਾਲ ਔਨਲਾਈਨ ਜੁੜ ਚੁੱਕੇ ਆ। ਸਿਸਟਰ ਗੁਰਚਰਨ ਜੀ ਵੀ ਸਾਡੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਆ। ਖੁਦਾ ਇਹਨਾਂ ਸੇਵਕਾਂ ਨੂੰ ਬਹੁਤ ਆਸ਼ਿਸ਼ ਔਰ ਬਰਕਤ ਦੇਵੇ। ਔਰ ਪਾਸਟਰ ਜੀ ਹੁਣੇ ਵੀ ਥੋੜ੍ਹੀ ਦੇਰ ਬਾਅਦ ਲਾਈਵ ਹੋਣਗੇ, ਔਰ ਉਹਨਾਂ ਨੇ ਵੀ ਬੜਾ ਬਹੁਤ ਜ਼ਬਰਦਸਤ ਇੱਕ ਸਬਜੈਕਟ ਸ਼ੁਰੂ ਕੀਤਾ ਹੋਇਆ, ਔਰ ਤੁਸੀਂ ਉਹਨੂੰ ਵੀ ਬਾਅਦ 'ਚ ਫੇਸਬੁੱਕ 'ਤੇ ਸੁਣ ਸਕਦੇ ਹੋ। ਸੋ ਵਧਦੇ ਹਾਂ, ਸਭ ਤੋਂ ਪਹਿਲਾਂ ਯਿਸੂ ਮਸੀਹ ਕੀ ਕਹਿ ਰਿਹਾ ਹੈ, ਸਾਵਧਾਨ ਰਹੋ। ਇਹਦਾ ਮਤਲਬ ਕੋਈ ਖਾਸ ਕੰਮ ਹੋਣ ਜਾ ਰਿਹਾ ਹੈ, ਕੋਈ ਖਾਸ ਗੱਲ ਹੈ ਜਿਹਨੂੰ ਦੱਸਣ ਜਾ ਰਿਹਾ ਹੈ, ਅਤੇ ਹੁਣ ਅਸੀਂ ਵੀ ਸਾਵਧਾਨ ਹੋਈਏ, ਇੱਕ ਖਾਸ ਗੱਲ ਨੂੰ ਸਿੱਖਣ ਜਾ ਰਹੇ ਹਾਂ, ਹੈ ਨਾ। ਔਰ ਖਾਸ ਗੱਲ ਨੂੰ ਸਿੱਖਦੇ ਵਕਤ ਸਭ ਤੋਂ ਪਹਿਲਾਂ ਜ਼ਰੂਰੀ ਸਾਡੇ ਲਈ ਕੀ ਹੈ ਕਿ ਅਸੀਂ ਕੀ ਹੋਈਏ, ਭਲਾ ਸਾਵਧਾਨ ਹੋਈਏ। ਸਾਵਧਾਨ ਹੋ ਕੇ ਜਦੋਂ ਅਸੀਂ ਗੱਲ ਸਿੱਖਾਂਗੇ ਤਾਂ ਫਿਰ ਉਹਦਾ ਮਜ਼ਾ ਵੀ ਆਊਗਾ। ਅਤੇ ਕਈ ਵਾਰੀ ਅਸੀਂ ਸਿਰਫ ਟਾਈਮ ਪਾਸ ਕਰ ਰਹੇ ਹੁੰਦੇ ਹਾਂ, ਅਤੇ ਅਸੀਂ ਹਮੇਸ਼ਾ ਲੋਕਾਂ ਨੂੰ ਕਹੀਦਾ ਜਿਹਨਾਂ ਨੇ ਟਾਈਮ ਪਾਸ ਕਰਨਾ ਹੈ ਉਹ ਸਾਡੇ ਨਾਲ ਨਾ ਜੁੜਨ। ਉਹ ਕੋਈ ਐਸੀਆਂ ਕਲੀਸਿਆਵਾਂ ਦੇਖਣ ਜਿੱਥੇ ਟਾਈਮ ਪਾਸ ਹੁੰਦਾ ਹੈ, ਕਿਉਂਕਿ ਅਸੀਂ ਬੜੀ ਵਾਰੀ ਦੱਸਿਆ ਸਾਨੂੰ ਕੋਈ ਇੱਦਾਂ ਦਾ ਸਾਡਾ ਸਿਸਟਮ ਹੀ ਨਹੀਂ ਹੈ ਕਿ ਸਾਡੇ ਕੋਲ ਲੋਕ ਥੋੜ੍ਹੇ ਹੋਣ ਜਾਂ ਬਹੁਤੇ ਹੋਣ, ਅਸੀਂ ਇਸ ਚੀਜ਼ ਤੋਂ ਪਾਰ ਨਿਕਲ ਚੁੱਕੇ ਹਾਂ। ਕਿਉਂ ਨਿਕਲ ਚੁੱਕੇ ਹਾਂ? ਇਸ ਲਈ ਨਿਕਲ ਚੁੱਕੇ ਹਾਂ ਕਿਉਂਕਿ ਅਸੀਂ ਇਸ ਗੱਲ ਨੂੰ ਸਮਝ ਗਏ ਹਾਂ, ਇਹ ਸਾਰੇ ਦਾ ਸਾਰਾ ਕੰਮ ਪਰਮੇਸ਼ਵਰ ਦਾ ਆ। ਸਾਨੂੰ ਉਹਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਆ, ਅਸੀਂ ਸਿਰਫ ਉਹਨੂੰ ਵਫਾਦਾਰੀ ਨਾਲ ਨਿਭਾਈਏ। ਉਹ ਬਹੁਤ ਲੈ ਆਵੇ ਤਾਂ ਵੀ ਉਹਦਾ ਧੰਨਵਾਦ ਆ, ਉਹ ਲਿਆਇਆ ਹੋਇਆ ਨੂੰ ਵੀ ਲੈ ਜਾਵੇ ਤਾਂ ਵੀ ਉਹਦਾ ਧੰਨਵਾਦ ਹੈ, ਕਿਉਂਕਿ ਕੰਮ ਉਹਦਾ ਆ, ਸਾਡਾ ਨੀਗਾ। ਅਤੇ ਅਸੀਂ ਤਾਂ ਉਹਦੇ ਖੇਤ ਦੇ ਵਿੱਚ ਕੰਮ ਕਰਨ ਵਾਲੇ ਹਾਂ, ਜਿੰਨੀ ਦੇਰ ਤੱਕ ਕਰਾਈ ਜਾਊਗਾ ਕਰੀ ਜਾਵਾਂਗੇ, ਜਦੋਂ ਕਹੂਗਾ ਬਸ ਕਰੋ ਉਦੋਂ ਬਸ ਕਰਾਂਗੇ, ਹੈ ਨਾ। ਸੋ ਇਸ ਲਈ ਅਸੀਂ ਵੀ ਹੁਣ ਸਾਵਧਾਨ ਹੋਈਏ। ਔਰ ਸਾਵਧਾਨ ਕਿੱਦਾਂ ਹੋਈਏ? ਵੀ ਜੇ ਤਾਂ ਅਸੀਂ ਇਹਨਾਂ ਬਚਨਾਂ ਨੂੰ ਸੁਣ ਕੇ ਉਹਦੇ ਉੱਤੇ ਮਨਨ ਕਰਕੇ ਅਤੇ ਉਹਦੇ ਉੱਤੇ ਚੱਲਣਾ ਆ, ਫਿਰ ਤਾਂ ਅਸੀਂ ਇੱਕ ਦੂਜੇ ਦੇ ਨਾਲ ਸੰਗਤ ਦੇ ਵਿੱਚ ਬਣੇ ਰਹੀਏ। ਅਤੇ ਜੇ ਖਾਲੀ ਅਸੀਂ ਟਾਈਮ ਪਾਸ ਕਰਨਾ ਆ ਤਾਂ ਅਸੀਂ ਦੱਸਦੇ ਹਾਂ, ਮਿਹਰਬਾਨੀ ਕਰਕੇ ਸਾਡੇ ਨਾਲ ਟਾਈਮ ਪਾਸ ਨਾ ਕਰੋ, ਕਿਉਂਕਿ ਸਾਨੂੰ ਪਤਾ ਟਾਈਮ ਬਹੁਤ ਕੀਮਤੀ ਹੈ ਔਰ ਸਾਡੇ ਕੋਲ ਵੈਸੇ ਵੀ ਟਾਈਮ ਬਹੁਤ ਥੋੜ੍ਹਾ ਹੈ। ਇਸ ਲਈ ਸਾਡੇ ਨਾਲ ਤਾਂ ਉਹ ਹੀ ਜੁੜੇ, ਸਾਡੇ ਨਾਲ ਉਹ ਹੀ ਸੰਗਤ ਕਰਨੀ ਦਾ ਫੈਸਲਾ ਕਰੇ ਜਿਹੜਾ ਵਾਕਈ ਮਨ ਬਣਾ ਕੇ ਆਇਆ ਹੈ, ਮੈਨੂੰ ਉਹ ਬਹੁਮੁੱਲੇ ਮੋਤੀ ਮਿਲ ਗਿਆ ਹੈ ਔਰ ਮੈਨੂੰ ਇਸ ਮੋਤੀ ਦੀ ਕਦਰ ਆ, ਔਰ ਮੈਂ ਇਸ ਮੋਤੀ ਦੇ ਲਈ ਹਰ ਕਿਸਮ ਦੀ ਕੀਮਤ ਦੇਣ ਵਾਸਤੇ ਤਿਆਰ ਹਾਂ। ਜਿਹੜਾ ਉਸ ਮੋਤੀ ਦੀ ਕੀਮਤ ਦੇਣ ਦਾ ਮਨ ਬਣਾ ਕੇ ਆਇਆ ਉਹ ਸਾਡੇ ਨਾਲ ਚੱਲੇ, ਜਿਹੜਾ ਉਸ ਮੋਤੀ ਨੂੰ ਅੱਗੇ ਵੇਚਣ ਆਇਆ ਉਹ ਉਹਦੀ ਨਹੀਂ ਸਾਨੂੰ ਜ਼ਰੂਰਤ ਹੈਗੀ। ਮੋਤੀ ਦਾ ਸੌਦਾ ਕਰਨ ਵਾਲਿਆਂ ਦੀ ਜ਼ਰੂਰਤ ਨਹੀਂਗੀ, ਬਲਕਿ ਉਸ ਮੋਤੀ ਦੇ ਲਈ ਕੀਮਤ ਦੇਣ ਵਾਲੇ ਸਾਨੂੰ ਚਾਹੀਦੇ ਆ। ਜਿਹੜੇ ਮੋਤੀ ਦੇ ਲਈ ਕੀਮਤ ਦੇਣ ਦੇ ਲਈ ਤਿਆਰ ਆ ਉਹ ਸਾਨੂੰ ਚਾਹੀਦੇ ਆ, ਔਰ ਇਸ ਲਈ ਅਸੀਂ ਚਾਹੁੰਦੇ ਹਾਂ ਮੋਤੀਆਂ ਦੀ ਕਦਰ ਜਿਹੜਾ ਹੈ ਨਾ, ਉਹ ਜਿਹੜਾ ਮੋਤੀਆਂ ਦੀ ਕੀਮਤ ਨੂੰ ਸਮਝਦਾ ਉਹ ਹੀ ਕਰ ਸਕਦਾ ਹੈ। ਸੋ ਸਾਵਧਾਨ ਹੋਵੋ,
ਔਰ ਜਦੋਂ ਪ੍ਰਭੂ ਯਸ਼ ਮਸੀਹ ਕਹਿੰਦਾ ਉਹਨੂੰ ਤਾਂ ਪਤਾ ਸੀ ਅਜੇ ਕਿੰਨਾ ਸਮਾਂ ਆ, ਲੇਕਿਨ ਹੁਣ ਜਦੋਂ ਇਹ ਵਚਨ ਸਾਡੇ ਸਾਹਮਣੇ ਆਉਂਦਾ ਨਾ ਵੀ ਸਾਵਧਾਨ ਹੋਵੋ, ਤਾਂ ਸਾਡੇ ਕੋਲ ਹੁਣ ਸਮਾਂ ਹੈ ਨੀਗਾ। ਇਸ ਲਈ ਖੁਦਾ ਦੇ ਦਾਸ ਨੇ ਜ਼ਬਰਦਸਤ ਗੀਤ ਵੀ ਲਿਖਿਆ, ਵਕਤੇ ਗਨੀਮਤ ਜਾਣੋ ਦਿਲ ਸੇ ਵਚਨ ਕੋ ਮਾਨੋ। ਇਹ ਤੇ ਵਕਤ ਦੀ ਹੁਣ ਕਦਰ ਕਰਨੀ ਸਿੱਖ ਜਾਓ, ਵਕਤ ਨੂੰ ਇੰਨਾ ਕੁ ਬਹੁਮੁੱਲੇ ਸਮਝੋ ਕਿ ਜਿਹੜਾ ਕਸ਼ਣ ਮੇਰੇ ਵਿੱਚ ਹੱਥੋਂ ਨਿਕਲ ਗਿਆ ਨਾ ਉਹ ਦੁਬਾਰਾ ਆਉਣਾ ਨਹੀਂ, ਅਤੇ ਜਿਹੜੀ ਮੈਂ ਗੱਲ ਪ੍ਰਭੂ ਦੇ ਬਚਨ 'ਚੋਂ ਨਾ ਸਿੱਖੀ ਜਾਂ ਮਿਸ ਹੋ ਗਈ ਤਾਂ ਫਿਰ ਉਹ ਸ਼ਾਇਦ ਮੈਨੂੰ ਦੁਬਾਰਾ ਸੁਣਨ ਦਾ ਮੌਕਾ ਨਾ ਮਿਲੇ। ਇੱਦਾਂ ਦੀ ਭਾਵਨਾ ਲੈ ਕੇ ਨਾਲ ਜੁੜੋ ਅਤੇ ਫਿਰ ਸਾਨੂੰ ਸਿਖਾਉਣ ਦਾ ਵੀ ਅਤੇ ਤੁਹਾਨੂੰ ਸਿੱਖਣ ਦਾ ਵੀ ਮਜ਼ਾ ਆਵੇਗਾ, ਅਤੇ ਫਿਰ ਜਦੋਂ ਸਾਨੂੰ ਮਜ਼ਾ ਆਊਗਾ ਸਿਖਾਉਣ ਦਾ ਅਤੇ ਤੁਹਾਨੂੰ ਸਿੱਖਣ ਦਾ ਮਜ਼ਾ ਆਊਗਾ, ਅਤੇ ਫਿਰ ਪਾਕਰੂ ਓਨਾ ਹੀ ਆਨੰਦਿਤ ਹੋਊਗਾ, ਅਤੇ ਪਾਕਰੂ ਜਿੰਨਾ ਆਨੰਦਿਤ ਹੋਵੇਗਾ ਓਨਾ ਹੀ ਪ੍ਰਕਾਸ਼ਨ ਸਾਡੇ ਉੱਤੇ ਉਤਰੂਗਾ, ਅਤੇ ਫਿਰ ਓਨੇ ਹੀ ਅਸੀਂ ਪਵਿੱਤਰ ਤਾਈ ਦੇ ਵਿੱਚ ਵੱਧਦੇ ਜਾਵਾਂਗੇ, ਕਿਉਂਕਿ ਪਵਿੱਤਰ ਖੁਦਾ ਪਵਿੱਤਰ ਦੁਲਹਨ ਨੂੰ ਲੈਣ ਵਾਸਤੇ ਆ ਰਿਹਾ ਹੈ। ਸੋ ਅੱਗੇ ਵੱਧਦੇ ਹਾਂ ਅਸੀਂ। ਯਸ਼ ਮਸੀਹ ਨੇ ਕਿਹਾ ਸਾਵਧਾਨ ਰਹੋ ਕੋਈ ਤੁਹਾਨੂੰ ਭਰਮਾ ਨਾ ਦੇਵੇ ਜਾਂ ਭਰਮਾਵੇ ਦੇ ਵਿੱਚ ਜਾਂ ਭੁਲੇਖੇ ਦੇ ਵਿੱਚ ਨਾ ਪਾ ਦੇਵੇ। ਕਦੇ ਲਈ ਸਾਵਧਾਨ ਰਹਿਣਾ ਭਲਾ? ਕੋਈ ਤੁਹਾਨੂੰ ਭੁਲੇਖੇ ਦੇ ਵਿੱਚ ਨਾ ਪਾ ਦੇਵੇ, ਕਿਉਂਕਿ ਬਚਨ ਸਾਵਧਾਨ ਵਾਰ ਵਾਰ ਕਰਦਾ ਹੈ ਇਹ ਭੁਲੇਖੇ 'ਚ ਪਾਉਣ ਵਾਲੇ ਵੀ ਬਹੁਤ ਆਉਣੇ ਆ, ਔਰ ਇਹ ਜਿਹੜੇ ਭੁਲੇਖੇ 'ਚ ਪਾਉਣ ਵਾਲੇ ਹੋਣੇ ਆ ਉਹਨਾਂ ਦੇ ਬਾਰੇ ਵੀ ਦੱਸਿਆ, ਉਹਨਾਂ ਦੀਆਂ ਚਤਰਾਈਆਂ ਬਾਰੇ ਵੀ ਦੱਸਿਆ, ਉਹਨਾਂ ਦੀਆਂ ਚਲਾਕੀਆਂ ਬਾਰੇ ਵੀ ਦੱਸਿਆ, ਉਹਨਾਂ ਦੇ ਗੁਣਾਂ ਬਾਰੇ ਵੀ ਦੱਸਿਆ ਆ। ਇਹ ਜਿਹੜੇ ਭਰਮਾਉਣ ਵਾਲੇ ਅਤੇ ਭੁਲੇਖੇ 'ਚ ਪਾਉਣ ਵਾਲੇ ਆਉਣੇ ਆ ਇਹਨਾਂ ਦੇ ਬਾਰੇ ਸਾਵਧਾਨ ਕੀਤਾ ਔਰ ਇਹਨਾਂ ਦੀਆਂ ਪਹਿਚਾਣਾਂ ਦੱਸੀਆਂ। ਕਹਿੰਦਾ ਇਹ ਭੁਲੇਖੇ 'ਚ ਪਾਉਣ ਵਾਲੇ ਜਿਹੜੇ ਨਾ ਇਹ ਚਾਨਣ ਦੇ ਪੁੱਤਰਾਂ ਤੋਂ ਜ਼ਿਆਦਾ ਚਲਾਕ ਹੋ ਕੇ ਆਉਣਗੇ। ਪਹਿਚਾਣ ਕੀ ਭਲਾ ਇਹਨਾਂ ਦੀ? ਇਹ ਹਨੇਰੇ ਦੇ ਜਿਹੜੇ ਪੁੱਤਰ ਆ ਨਾ ਭਰਮਾਵੇ 'ਚ ਪਾਉਣ ਵਾਲੇ, ਇਹ ਚਾਨਣ ਦੇ ਪੁੱਤਰਾਂ ਤੋਂ ਜ਼ਿਆਦਾ ਚਲਾਕ ਆ। ਅਤੇ ਹੁਣ ਸਮਝਣਾ ਕਿੱਦਾਂ ਆ? ਉਹ ਵੀ ਪ੍ਰਭੂ ਯਸ਼ ਮਸੀਹ ਕਹਿ ਗਿਆ ਜੇ ਇਹਨਾਂ ਨੂੰ ਸਮਝਣਾ ਨਾ, ਫਿਰ ਕਹਿੰਦਾ ਤੁਸੀਂ ਕਬੂਤਰਾਂ ਵਾਂਗੂ ਭੋਲੇ ਅਤੇ ਸੱਪਾਂ ਵਾਂਗੂ ਚਲਾਕ। ਸੋ ਇਹਨਾਂ ਸੱਪਾਂ ਵਾਂਗੂ ਡੰਗ ਮਾਰਨ ਵਾਲਿਆਂ ਦਾ ਅਗਰ ਤੁਸੀਂ ਸਾਹਮਣਾ ਕਰਨਾ ਨਾ, ਤਾਂ ਫਿਰ ਇੱਕ ਚੀਜ਼ ਇੱਥੇ ਰੱਖੋ, ਔਰ ਉਹ ਚੀਜ਼ ਕੀ ਆ ਕਿ ਇਹ ਜਿਹੜੇ ਭਰਮਾਉਣ ਵਾਲੇ ਆਉਣੇ ਨਾ, ਇਹਨਾਂ ਦੇ ਲਈ ਪ੍ਰਭੂ ਯਸ਼ ਮਸੀਹ ਕਹਿੰਦਾ ਆ ਵੀ ਤੁਸੀਂ ਸੱਪਾਂ ਵਾਂਗੂ ਚਲਾਕ ਅਤੇ ਕਬੂਤਰਾਂ ਵਾਂਗੂ ਭੋਲੇ, ਫਿਰ ਤੁਸੀਂ ਇਹਨਾਂ ਦਾ ਸਾਹਮਣਾ ਕਰ ਸਕਦੇ ਹਾਂ, ਅਤੇ ਨਹੀਂ ਤਾਂ ਭਰਮਾਉਣ ਵਾਲੇ ਤੁਹਾਨੂੰ ਕਿਸੇ ਟਾਈਮ ਵੀ ਭਰਮਾ ਸਕਦੇ ਆ, ਔਰ ਫਿਰ ਸਾਡੇ ਲਈ ਬੜਾ ਔਖਾ ਹੋਵੇਗਾ। ਸੋ ਸਾਡੇ ਇੱਕ ਬ੍ਰਦਰ ਰਾਜਪਾਲ ਜੀ ਲਿਖ ਰਹੇ ਆ, ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਕਰਾਂਗੇ ਵਾਰਤਾਲਾਪ। ਸੋ ਸਰ ਅਜੇ ਚੱਲ ਰਿਹਾ ਪ੍ਰੋਗਰਾਮ, ਅਤੇ ਫਿਰ ਆਪਾਂ ਬਾਅਦ ਵਿੱਚ ਤੁਸੀਂ ਪਲੀਜ਼ ਆਪਣਾ ਨੰਬਰ ਵੀ ਦੇ ਦੇਣਾ, ਆਪਾਂ ਜ਼ਰੂਰ ਇਸ ਵਿਸ਼ੇ ਉੱਤੇ ਗੱਲ ਕਰਾਂਗੇ। ਖੁਦਾ ਤੁਹਾਨੂੰ ਬਹੁਤ ਜ਼ਿਆਦਾ ਆਸ਼ੀਸ਼ ਦੇਵੇ, ਔਰ ਇਸੇ ਤਰ੍ਹਾਂ ਖੁਦਾ ਦੇ ਫਜ਼ਲ 'ਚ ਬਣੇ ਰਹੋ ਔਰ ਜੁੜੇ ਰਹੋ। ਕੋਈ ਤੁਮੇ ਬਰਮਾਨੇ ਨਾ ਪਾਏ। ਹੁਣ ਸਭ ਤੋਂ ਪਹਿਲਾਂ ਸਾਡੇ ਲਈ ਜ਼ਰੂਰੀ ਕੀ ਆ? ਇਹਨਾਂ ਅੰਤਿਮ ਦਿਨਾਂ ਦੇ ਵਿੱਚ ਜਦੋਂ ਕਿ ਅਸੀਂ ਇਹਨਾਂ ਬਾਰੇ ਸਿੱਖੀਏ, ਦੋ ਚੀਜ਼ਾਂ ਪੱਲੇ ਬੰਨ ਲਓ, ਔਰ ਉਹ ਦੋ ਚੀਜ਼ਾਂ ਕੀ ਆ? ਇੱਕ ਤਾਂ ਸਾਵਧਾਨ ਰਹੋ, ਜੇ ਸਾਵਧਾਨ ਨਾ ਰਹੇ ਨੁਕਸਾਨ ਹੋ ਸਕਦਾ, ਔਰ ਬਹੁਤ ਜ਼ਿਆਦਾ ਸਾਵਧਾਨ ਰਹਿਣਾ ਹੈ, ਕਿਉਂਕਿ ਵਿਰੋਧੀ ਕਿਸੇ ਪਾਸਿਓਂ ਵੀ ਜਿੱਥੇ ਵੀ ਉਹਨੂੰ ਮਾੜਾ ਕਿ ਵੀ ਕੋਈ ਸੁਰਾਖ ਮਿਲ ਗਿਆ ਨਾ, ਥੋੜ੍ਹੀ ਜਿਹੀ ਜਗ੍ਹਾ ਵੀ, ਉਹਨੇ ਉੱਥੋਂ ਦੀ ਪ੍ਰਵੇਸ਼ ਕਰਨਾ ਹੈ। ਇਸ ਲਈ ਹੁਣ
ਉਹ ਜਿਹੜੀਆਂ ਵੱਡੀਆਂ ਵੱਡੀਆਂ ਗਲਤੀਆਂ ਜਿਹੜੀਆਂ ਨਾ ਉਹਨਾਂ ਵੱਲੋਂ ਧਿਆਨ ਹਟਾ ਕੇ ਹੁਣ ਤੇ ਇਹ ਦੇਖੋ ਵੀ ਛੋਟੀ ਤੋਂ ਛੋਟੀ ਜਿਹੜੀ ਗਲਤੀ ਹੈ ਮੇਰੇ ਕੋਲ ਉਹ ਵੀ ਨਾ ਹੋਵੇ। ਮੇਰੀ ਗੱਲ ਸਮਝੋ, ਕਦੇ ਕਈ ਵਾਰੀ ਅਸੀਂ ਵੱਡੀਆਂ ਨੂੰ ਦੇ ਦੌੜ 'ਚ ਪੈ ਰਹਿੰਦੇ ਹਾਂ, ਵੱਡੀਆਂ ਦੇ ਨਾਲ ਨਾਲ ਹੁਣ ਛੋਟੀਆਂ ਜਿਹੜੀਆਂ ਨਾ ਉਹਨਾਂ ਵੱਲ ਧਿਆਨ ਦਿਓ, ਕਿਉਂਕਿ ਉਹਨੂੰ ਪ੍ਰਵੇਸ਼ ਕਰਨ ਦੇ ਲਈ ਥੋੜ੍ਹੀ ਜਿਹੀ ਜਗ੍ਹਾ ਚਾਹੀਦੀ ਹੁੰਦੀ ਹੈ ਔਰ ਪ੍ਰਵੇਸ਼ ਉਹਨੇ ਵਚਨ ਦੇ ਵਿੱਚੋਂ ਦੀ ਕਰਨਾ ਹੈ। ਹਵਾ ਦੇ ਕੋਲ ਗਿਆ ਨਾ ਅਤੇ ਗੱਲਬਾਤ ਕੀਤੀ ਹੈ ਅਤੇ ਉਹਦੀ ਥੋੜ੍ਹੀ ਜਿਹੀ ਚੀਜ਼ ਨੂੰ ਉਹਨੇ ਫੜ ਲਿਆ, ਜਦੋਂ ਉਹਨੇ ਕਿਹਾ ਵੀ ਪਰਮੇਸ਼ੁਰ ਨੇ ਸਾਨੂੰ ਕਿਹਾ ਵੀ ਨਾ ਇਸ ਫਲ ਨੂੰ ਛੂਹਣਾ ਅਤੇ ਨਾ ਤੁਸੀਂ ਖਾਣਾ ਹੈ, ਜਦੋਂ ਉਹਨੇ ਛੂਹਣ ਵਾਲੀ ਗੱਲ ਕੀਤੀ ਨਾ ਅਤੇ ਉਹ ਜਿਹੜਾ ਆਇਆ ਸੀ ਭਰਮਾਉਣ ਵਾਸਤੇ ਉਹਨੂੰ ਪਤਾ ਸੀਗਾ ਇਹ ਜਿਹੜਾ ਛੂਹਣ ਵਾਲੀ ਗੱਲ ਕਰ ਰਹੀ ਨਾ ਪਰਮੇਸ਼ੁਰ ਨੇ ਤਾਂ ਇਹ ਗੱਲ ਕਹੀ ਨਹੀਂ ਗੀ। ਰੋ ਕੇ ਕਹਿੰਦੀ ਹੈ ਨਾ ਛੂਹਣਾ ਆ ਅਤੇ ਨਾ ਹੀ ਖਾਣਾ ਆ, ਹੈ ਨਾ, ਅਤੇ ਉਹਨੂੰ ਪਤਾ ਲੱਗ ਗਿਆ ਵੀ ਇਹਨੂੰ ਹੁਣ ਆਪਣੇ ਕਬਜ਼ੇ ਦੇ ਵਿੱਚ ਕੀਤਾ ਜਾ ਸਕਦਾ ਹੈ, ਇਹਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਥੋੜ੍ਹੀ ਜਿਹੀ ਜਗ੍ਹਾ ਹੀ ਮਿਲੀ ਹੈ ਅਤੇ ਨਾਲ ਹੀ ਬਸ ਤੁਹਾਨੂੰ ਪਤਾ ਵੀ ਘਰੋਂ ਬੇਘਰ ਕਰਵਾ ਗਿਆ। ਪਰਮੇਸ਼ੁਰ ਦੇ ਨਾਲ ਬਣੇ ਹੋਏ ਰਿਸ਼ਤੇ ਨੂੰ ਹੀ ਤੜਵਾ ਗਿਆ, ਪਰਮੇਸ਼ੁਰ ਦੇ ਜਲਾਲ ਨੂੰ ਹੀ ਲੈ ਗਿਆ ਉਹ, ਇਹਨਾਂ ਦੇ ਸਾਰੇ ਘੇਰੇ ਨੂੰ ਹੀ ਤੜਵਾ ਗਿਆ ਔਰ ਇਹ ਜਲਾਲ ਦੇ ਵਿੱਚ ਛੁਪੇ ਹੋਏ ਸੀ, ਜਲਾਲ 'ਚ ਛੁਪੇ ਹੋਇਆਂ ਨੂੰ ਨੰਗਾ ਕਰਕੇ ਚਲੇ ਗਿਆ। ਕਿਉਂ? ਪ੍ਰਭੂ ਯਿਸੂ ਮਸੀਹ ਕਹਿੰਦਾ ਸਾਫਦਾਨ, ਸਾਵਧਾਨੀ ਬੜੀ ਜ਼ਰੂਰੀ ਹੈ ਇਹਨਾਂ ਅੰਤਿਮ ਦਿਨਾਂ ਦੇ ਵਿੱਚ। ਜੇ ਸਾਵਧਾਨੀ ਨਾ ਵਰਤੀ ਕਿਤੇ ਵੀ ਥੋੜ੍ਹੇ ਜਿਹੇ ਵੀ ਚੁੱਕ ਹੋ ਗਈ ਨਾ ਤਾਂ ਫਿਰ ਸਮਝ ਲਓ ਕੰਮ ਖਰਾਬ ਆ, ਕਿਉਂਕਿ ਵਿਰੋਧੀ ਲਿਖਿਆ ਪਾਲ ਖਾਣ ਵਾਲੇ ਸ਼ੇਰ ਵਾਂਗੂ ਘੁੰਮਦਾ ਫਿਰਦਾ ਆ ਵੀ ਮੈਂ ਕਿਹਨੂੰ ਪਾਲ ਖਾਵਾਂ, ਅਤੇ ਥੋੜ੍ਹੀ ਜਿਹੀ ਵੀ ਗਲਤੀ ਅਤੇ ਥੋੜ੍ਹੀ ਜਿਹੀ ਵੀ ਅਲਗਰਜੀ ਜਿਹੜੀ ਨਾ ਉਹ ਬੜੀ ਹੀ ਨੁਕਸਾਨਦਾਇਕ ਹੋ ਸਕਦੀ ਹੈ। ਇਸ ਲਈ ਸਾਫਦਾਨ, ਸਭ ਤੋਂ ਪਹਿਲਾਂ ਸ਼ਬਦ ਕੀ ਹੈ, ਅੰਤਿਮ ਦਿਨਾਂ ਦੀ ਗੱਲ ਸ਼ੁਰੂ ਹੋਵੇ ਉਸ ਤੋਂ ਪਹਿਲਾਂ ਅਸੀਂ ਕੀ ਹੋਣਾ, ਪਹਿਲਾਂ ਅਸੀਂ ਸਾਫਦਾਨ ਹੋਣਾ ਆ। ਔਰ ਅਗਲੀ ਗੱਲ ਕੀ ਕਹਿੰਦਾ ਆ, ਕੋਈ ਤੁਹਾਨੂੰ ਭਰਮਾਵੇ ਨਾ, ਕੋਈ ਤੁਹਾਨੂੰ ਭੁਲੇਖੇ ਵਿੱਚ ਨਾ ਪਾਵੇ, ਕਿਉਂਕਿ ਜੋ ਮੈਂ ਤੁਹਾਨੂੰ ਦੱਸ ਚੱਲਾ ਆ ਉਹ ਇੱਕ ਗੱਲ ਪੱਲੇ ਬੰਨ ਲਓ, ਮੇਰੇ ਵਚਨ ਤੋਂ ਉੱਪਰ ਕੁਛ ਨਹੀਂ ਆ। ਹਰ ਚੀਜ਼ ਦੁਸ਼ਮਣ ਤੁਹਾਡੇ ਕੋਲ ਖੋ ਸਕਦਾ ਆ, ਲੇਕਿਨ ਅਗਰ ਤੁਸੀਂ ਆਪਣੇ ਵਚਨ ਨੂੰ, ਮੇਰੇ ਵਚਨ ਨੂੰ ਆਪਣੇ ਦਿਲ ਦੇ ਵਿੱਚ ਜਮ੍ਹਾਂ ਕਰ ਲਿਆ ਆ, ਵਿਰੋਧੀ ਉਹਨੂੰ ਤੁਹਾਡੇ ਤੋਂ ਕਦੇ ਨਹੀਂ ਖੋ ਸਕੇਗਾ। ਔਰ ਇਹ ਵਚਨ ਹੀ ਤੁਹਾਡੀ ਜ਼ਿੰਦਗੀ ਆ, ਇਹ ਵਚਨ ਹੀ ਤੁਹਾਡਾ ਸੁਰੱਖਿਆ ਕਵਚ ਆ, ਇਹ ਵਚਨ ਹੀ ਤੁਹਾਡੀ ਤਾਕਤ ਆ, ਇਹ ਵਚਨ ਹੀ ਤੁਹਾਨੂੰ ਸੰਭਾਲੇਗਾ, ਇਹ ਵਚਨ ਹੀ ਤੁਹਾਡੀ ਰੱਖਿਆ ਕਰੇਗਾ, ਇਹ ਵਚਨ ਹੀ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦੇਵੇਗਾ। ਇਸ ਲਈ ਯਾਦ ਰੱਖਣਾ ਆ, ਕਿਤੇ ਵੀ ਕੋਈ ਵੀ ਚਾਂਸ ਛੱਡਣਾ ਨਹੀਂ ਆ, ਵਚਨ ਹੀ ਸਭ ਤੋਂ ਉੱਤਮ ਆ। ਅਤੇ ਵਚਨ ਜਦੋਂ ਸਾਡੇ ਕੋਲ ਹੈਗਾ ਆ ਤਾਂ ਫਿਰ ਸਾਨੂੰ ਵਿਰੋਧੀ ਦੀ ਕੋਈ ਪਰਵਾਹ ਹੈਗੀ ਨਹੀਂ ਆ। ਵਚਨ ਦਿਲ ਦੇ ਵਿੱਚ ਜਮ੍ਹਾਂ ਕਰ ਲਿਆ, ਵਚਨ ਨੂੰ ਦਿਲ 'ਚ ਜਮ੍ਹਾਂ ਕਰਨ ਦਾ ਮਤਲਬ ਹੈ ਵਚਨ ਪਰਮੇਸ਼ਵਰ ਆ, ਅਤੇ ਜਦੋਂ ਇੱਥੇ ਪਰਮੇਸ਼ਵਰ ਨੂੰ ਰੱਖਿਆ ਹੋਇਆ ਹੈ ਨਾ ਤਾਂ ਫਿਰ ਉਹਨੂੰ ਕਹਿ ਆ, ਅਸੀਂ ਦੇਖਦੇ ਹਾਂ ਤੂੰ ਗੱਲ ਕਰ, ਅਸੀਂ ਦੇਖਦੇ ਤੇਰੀ ਔਕਾਤ ਕੀ ਆ, ਅਸੀਂ ਦੇਖਦੇ ਤੇਰੀ ਜ਼ੁਰਤ ਕੀ ਆ, ਮੇਰੇ ਪ੍ਰਭੂ ਨੇ ਤੈਨੂੰ ਮੇਰੇ ਪੈਰਾਂ ਦੇ ਥੱਲੇ ਰੱਖਿਆ ਆ ਔਰ ਮੈਂ ਤੈਨੂੰ ਕਦੇ ਇੰਨੀ ਜ਼ੁਰਤ ਨਹੀਂ ਕਰਨ ਦੇਵਾਂਗਾ ਤੂੰ ਮੇਰੇ ਪੈਰਾਂ ਦੇ ਥੱਲੇ ਨਿਕਲ ਸਕੇ। ਪਰ ਯਾਦ ਰੱਖਿਓ,
ਪਾਸਟਰ ਹੈਰੀ ਜੀ ਤਸਵੀਰਾਂ ਦੇ ਦੁਆਰਾ ਸਮਝਾਉਂਦੇ ਹੁੰਦੇ ਆ, ਪੈਰਾਂ ਦੇ ਥੱਲੇ ਕਿਹਨਾਂ ਦੇ ਆ ਇਹ ਚੇਤਾ ਰੱਖਣਾ ਆ। ਸ਼ੈਤਾਨ ਉਹਨਾਂ ਦੇ ਪੈਰਾਂ ਦੇ ਥੱਲੇ ਆ ਜਿਹਨਾਂ ਨੇ ਮਸੀਹ ਯਸੂ ਨੂੰ ਆਪਣਾ ਸਿਰ ਬਣਾਇਆ ਹੋਇਆ, ਆਪਣਾ ਇਹ ਸਿਰ ਬਣਾਇਆ ਆ, ਅਤੇ ਇਸ ਜਗ੍ਹਾ ਦੇ ਉੱਤੇ ਪ੍ਰਭੂ ਯਸੂ ਮਸੀਹ ਦਾ ਸਿਰ ਲਗਾਇਆ। ਜਿਹਦਾ ਸਿਰ ਯਸੂ ਮਸੀਹ ਆ, ਜਿਹਦਾ ਹੈੱਡ ਯਸੂ ਮਸੀਹ ਆ, ਸ਼ੈਤਾਨ ਉਹਦੇ ਪੈਰਾਂ ਦੇ ਹੇਠਾਂ ਆ। ਫਿਰ ਰਿਪੀਟ ਕਰਦਾ ਹਾਂ, ਜਿਹਨੇ ਆਪਣਾ ਸਿਰ ਵਢਾ ਲਿਆ ਆ ਅਤੇ ਮਸੀਹ ਨੂੰ ਕਿਹਾ ਤੂੰ ਇਸ ਬਾਡੀ ਦਾ ਕੰਟਰੋਲ ਕਰ ਦੇ, ਜਿਹਨੇ ਮਸੀਹ ਯਸੂ ਨੂੰ ਆਪਣਾ ਸਿਰ ਬਣਾਇਆ ਆ ਉਹਦੇ ਪੈਰਾਂ ਦੇ ਹੇਠ ਆ, ਉਹਦੇ ਪੈਰਾਂ ਦੇ ਹੇਠ ਆ ਜਿਹਦਾ ਹੈੱਡ ਯਸੂ ਮਸੀਹ ਆ। ਜਦੋਂ ਇਹ ਹੈੱਡ ਯਸੂ ਮਸੀਹ ਬਣ ਗਿਆ ਨਾ, ਫਿਰ ਸ਼ੈਤਾਨ ਪੈਰਾਂ ਦੇ ਥੱਲੇ ਆ। ਅਸੀਂ ਤਾਂ ਉੱਦਾਂ ਕਈ ਵਾਰੀ ਚਾਹ ਪੂਰੇ ਕਰਦੇ ਰਹਿੰਦੇ ਗਾਣਾ ਗੁਣਾ ਗਾ ਕੇ, ਸ਼ੈਤਾਨ ਮੇਰੇ ਪਾਓ ਕੇ ਨੀਚੇ, ਸ਼ੈਤਾਨ ਮੇਰੇ ਪਾਓ ਕੇ ਨੀਚੇ। ਉਹ ਸੈਡ 'ਤੇ ਖੜਾ ਹੋ ਕੇ ਹੱਸਦਾ, ਕਹਿੰਦਾ ਮੂਰਖਾ ਪਹਿਲਾਂ ਗੌਰ ਕਰ ਅਤੇ ਦੇਖ, ਮੈਂ ਨਹੀਂ ਤੇਰੇ ਪੈਰਾਂ ਦੇ ਥੱਲੇ, ਮੈਂ ਉਹਨਾਂ ਦੇ ਪੈਰਾਂ ਦੇ ਥੱਲੇ ਹਾਂ ਜਿਹਨਾਂ ਦਾ ਹੈੱਡ ਯਸੂ ਮਸੀਹ ਆ। ਤੂੰ ਆਪਣਾ ਹੀ ਹੈੱਡ ਲੈ ਕੇ ਜਾਂਦਾ ਪਿਆ, ਇਸ ਕਰਕੇ ਤੇਰੇ ਤਾਂ ਸਿਰ ਦੇ ਉੱਤੇ ਹਾਂ ਮੈਂ। ਅਤੇ ਜਿਹਨਾਂ ਦੇ ਸਿਰ ਦੇ ਉੱਤੇ ਆ ਉਹਨਾਂ ਦੀ ਅਕਲ ਮਰ ਜਾਂਦੀ, ਉਹਨਾਂ ਦੀ ਮੱਤ ਮਰ ਜਾਂਦੀ ਹੈ। ਇਸ ਕਰਕੇ ਕਹਿੰਦਾ ਕੋਈ ਤੁਹਾਨੂੰ ਭਰਮਾਵੇ ਨਾ, ਕੋਈ ਤੁਹਾਨੂੰ ਕਿਤੇ ਗਲਤ ਫਹਿਮੀ 'ਚ ਨਾ ਪਾ ਦੇਵੇ, ਕੋਈ ਤੁਹਾਨੂੰ ਵਚਨ ਤੋਂ ਦੂਰ ਨਾ ਲੈ ਜਾਵੇ। ਇਸ ਲਈ ਸਭ ਤੋਂ ਜ਼ਰੂਰੀ ਇਹ ਆ ਤੁਸੀਂ ਬਰੀਕੀ ਦੇ ਨਾਲ ਵਚਨ ਨੂੰ ਸਿੱਖੋ, ਬਰੀਕੀ ਦੇ ਨਾਲ ਵਚਨ ਨੂੰ ਸਮਝੋ, ਬਰੀਕੀ ਦੇ ਨਾਲ ਉਹਨੂੰ ਦਿਲ ਦੀਆਂ ਤਖਤੀਆਂ ਦੇ ਉੱਤੇ ਲਿਖ ਲਓ। ਅਸੀਂ ਰੱਖਦੇ ਇੱਥੇ, ਔਰ ਉਹ ਵੀ ਆਪਣੇ ਬਾਰੇ 'ਚ, ਮਸੀਹ ਦਾ ਤਾਂ ਲੱਗਣ ਦਿੰਦੇ ਨਹੀਂ, ਕਿਉਂਕਿ ਇਹ ਵੱਢਿਆ ਜਾਊਗਾ ਅਤੇ ਮਸੀਹ ਦਾ ਲੱਗੂਗਾ। ਮੈਨੂੰ ਯਾਦ ਆ ਪਿਛਲੇ ਕੁਛ ਦਿਨਾਂ ਦੇ ਵਿੱਚ ਕਮੈਂਟ ਕਰਦੇ ਕਰਦੇ ਇੱਕ ਭਾਈ ਜੀ ਨੇ ਬੜੀਆਂ ਵਧੀਆ ਮੈਨੂੰ ਗਾਲਾਂ ਕੱਢੀਆਂ ਸੀ, ਮੋਗੇ ਸਾਈਡ ਤੋਂ ਸੀਗਾ। ਅਤੇ ਮੈਂ ਸੋਚ ਰਿਹਾ ਸੀਗਾ, ਮੈਂ ਕਿਹਾ ਵੀ ਇਹ ਗਾਲਾਂ ਕੱਢ ਰਿਹਾ ਅਤੇ ਮੈਂ ਉਹਨੂੰ ਸ਼ਾਬਾਸ਼ ਦੇ ਰਿਹਾ ਸੀ। ਮੈਂ ਕਿਹਾ ਵੀ ਸ਼ਾਬਾਸ਼, ਜੋ ਤੇਰੇ ਅੰਦਰ ਹੈਗਾ ਆ ਉਹੀ ਬਾਹਰ ਆ ਰਿਹਾ, ਔਰ ਜੇ ਤੇਰੇ ਇੱਥੇ ਪ੍ਰਭੂ ਹੁੰਦਾ ਤਾਂ ਫਿਰ ਉਹ ਆਉਂਦਾ ਬਾਹਰ, ਹੈ ਨਾ। ਉਹ ਲਿਖਿਆ ਗਾਲੀ ਖਾ ਕੇ ਵੀ ਗਾਲੀ ਦਿੰਦਾ ਨਹੀਂ ਸੀ। ਅਤੇ ਮੈਂ ਆਪਣੇ ਪੁਰਾਣੇ ਜੀਵਨ 'ਤੇ ਗੌਰ ਕਰ ਰਿਹਾ ਸੀ, ਮੈਂ ਕਿਹਾ ਇਹੀ ਬੰਦੇ ਨੇ ਜੇ ਕਿਤੇ ਮੈਨੂੰ ਉਦੋਂ ਗੱਲ ਕੱਢੀ ਹੁੰਦੀ ਤਾਂ ਮੈਂ ਮੋਗੇ ਦੇ ਵਿੱਚ ਜਾ ਕੇ ਲੱਭ ਲੈਣਾ ਸੀ, ਫਿਰ ਮੇਰੇ ਲਈ ਮੋਗਾ ਦੂਰ ਨਹੀਂ ਸੀ ਹੋਣਾ। ਲੇਕਿਨ ਇਹ ਕਦੋਂ, ਇਹ ਇੱਦਾਂ ਦੀਆਂ ਫਿਰ ਜਿਹੜੀਆਂ ਗੱਲਾਂ ਸਾਡੇ ਵਿੱਚ ਕਦੋਂ ਆਉਂਦੀਆਂ ਆ, ਜਦੋਂ ਸਿਰ ਸਾਡਾ ਹੁੰਦਾ, ਹੈ ਨਾ। ਜਦੋਂ ਸਿਰ ਸਾਡਾ ਹੁੰਦਾ ਆ ਉਦੋਂ ਇਹ ਗੱਲਾਂ ਸਾਡੇ ਵਿੱਚ ਆਉਂਦੀਆਂ ਆ, ਜਦੋਂ ਸਿਰ ਸਾਡਾ ਹੁੰਦਾ ਉਦੋਂ ਸਾਨੂੰ ਕ੍ਰੋਧ ਆਉਂਦਾ ਆ, ਜਦੋਂ ਸਿਰ ਸਾਡਾ ਹੁੰਦਾ ਉਦੋਂ ਸਾਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਆ, ਅਤੇ ਜਦੋਂ ਸਿਰ ਸਾਡਾ ਹੀ ਨਹੀਂ ਰਿਹਾ ਤਾਂ ਫਿਰ ਸਾਡਾ ਸਿਰ ਨਹੀਂ, ਅਤੇ ਜਿਹੜਾ ਸਿਰ ਆ ਫਿਰ ਉਹ ਕੰਟਰੋਲ ਕਰੂਗਾ, ਹੈ ਨਾ। ਅਤੇ ਜਦੋਂ ਉਹਦੇ ਕੰਟਰੋਲ ਦੇ ਵਿੱਚ ਆ ਜਾਵਾਂਗੇ ਫਿਰ ਦੁਨੀਆਂ ਦੀ ਕੋਈ ਤਾਕਤ ਸਾਡੇ ਉੱਤੇ ਜਿੱਤ ਪਾ ਸਕਦੀ ਨਹੀਂ ਆ, ਫਿਰ ਦੁਨੀਆਂ ਦੀ ਕੋਈ ਤਾਕਤ ਸਾਨੂੰ ਹਰਾ ਵੀ ਸਕਦੀ ਨਹੀਂ। ਫਿਰ ਜਿੱਦਾਂ ਮਰਜ਼ੀ ਪਹਾੜ ਖਾਣ ਵਾਲੇ ਸ਼ੇਰ ਵਾਂਗੂ ਆਵੇ, ਭਾਵੇਂ ਹਮੇਸ਼ਾ ਹੀ ਮੂੰਹ ਅੱਡ ਕੇ ਰੱਖੇ, ਸਾਨੂੰ ਕੋਈ ਡਰ ਨਹੀਂ ਆ, ਕਿਉਂਕਿ ਬੱਬਰ ਸ਼ੇਰ ਸਾਡੇ ਇੱਥੇ ਬੈਠਾ ਹੈ। ਅਤੇ ਜਦੋਂ ਬੱਬਰ ਸ਼ੇਰ ਨੂੰ ਇੱਥੇ ਰੱਖਿਆ ਹੋਇਆ ਆ, ਅਤੇ ਜਦੋਂ ਇੱਥੇ ਰੱਖਿਆ ਨਾ ਬੱਬਰ ਸ਼ੇਰ ਨੂੰ, ਅਤੇ ਇਹਨੂੰ ਵਢਾ ਕੇ ਇੱਥੇ ਲੱਗਿਆ ਹੋਇਆ ਬੱਬਰ ਸ਼ੇਰ ਦਾ ਮੂੰਹ, ਅਤੇ ਫਿਰ ਜੰਗਲ ਦੇ ਵਿੱਚ ਜੇ ਕਿਹਦੀ ਜ਼ਰੂਰਤ ਆ ਇਸ ਬੱਬਰ ਸ਼ੇਰ ਦੇ ਵੱਲ ਕੋਈ ਬੁਰੀ ਨਜ਼ਰ ਉਠਾ ਕੇ ਦੇਖ ਸਕੇ। ਉਹ ਖਾਣ ਦੇ ਲਈ ਪਾੜ ਖਾਣ ਵਾਲਿਆਂ ਵਾਂਗੂ ਉਹਨਾਂ ਵੱਲ ਹੀ ਆਉਂਦਾ ਆ ਜਿਹੜੇ ਮਸੀਹ ਦੇ ਵਿੱਚ ਨਹੀਂ ਆ। ਉਹ ਉਹਨਾਂ ਨੂੰ ਪਾੜ ਖਾਣ ਆਉਂਦਾ ਆ
ਜਿਨ੍ਹਾਂ ਨੇ ਆਪਣੇ ਆਪ ਨੂੰ ਮਸੀਹ ਯਸੂ ਦੇ ਨਾਲ ਦਫ਼ਨ ਕੀਤਾ ਨਹੀਂ ਆ। ਜਿਹੜੇ ਅਜੇ ਵੀ ਸਮਝਦੇ ਕਿ ਮੈਂ ਕੁਛ ਹੈਗਾ ਆ, ਉਹ ਉਹਨਾਂ ਨੂੰ ਪਾੜ ਖਾਣ ਆਉਂਦਾ ਆ। ਇਸ ਲਈ ਅਸੀਂ ਕਹਿੰਦੇ ਹਾਂ ਮਸੀਹ ਦੇ ਵਿੱਚ ਸਭ ਤੋਂ ਪਹਿਲਾਂ ਹਲੀਮੀ ਦਾ ਹੋਣਾ ਬੜਾ ਜ਼ਰੂਰੀ ਆ। ਮੈਂ ਰਾਤੀ ਆਪਣੀ ਭੈਣ ਨਾਲ ਵੀ ਗੱਲ ਕਰ ਰਿਹਾ ਸੀਗਾ, ਅਤੇ ਉਹਨਾਂ ਜਦੋਂ ਮੈਂ ਇਹ ਗੱਲ ਦੱਸੀ ਨਾ, ਮੈਂ ਕਿਹਾ ਇੱਦਾਂ ਇੱਦਾਂ ਵੀ ਇੱਕ ਭਾਈ ਮੈਨੂੰ ਬਾਬਾ ਸੋਹਣੀਆਂ ਸੋਹਣੀਆਂ ਗਾਲਾਂ ਗੁਲਾਂ ਕੱਢ ਕੇ ਗਿਆ, ਅਤੇ ਉਹ ਥੋੜ੍ਹੀ ਦੇਰ ਦੇ ਲਈ ਉਹ ਮਤਲਬ ਫੋਨ 'ਤੇ ਪਤਾ ਲੱਗਦਾ ਪਿਆ ਸੀਗਾ ਵੀ ਹੈਂ ਇਹੋ ਜਿਹਾ ਕੌਣ ਹੋ ਗਿਆ ਇਹੋ ਜਿਹੀ, ਕਹਿੰਦੇ ਜੁਰਤ ਕਰ ਲਈ ਜਿਹਨੇ ਇਹਨੂੰ ਗਾਲਾਂ ਕੱਢੀਆਂ। ਉਹ ਮੇਰੇ ਪੁਰਾਣੇ ਜੀਵਨ ਦੇ ਹਿਸਾਬ ਦੇ ਨਾਲ ਸੋਚਦੇ ਸੀ, ਲੇਕਿਨ ਪਿਆਰਿਓ ਜੇ ਪੁਰਾਣੇ ਨੂੰ ਅਜੇ ਵੀ ਨਾਲ ਲੈ ਕੇ ਚੱਲਦੇ ਪਏ ਨਾ, ਫਿਰ ਤੁਹਾਡਾ ਮਸੀਹ ਦੇ ਵਿੱਚ ਕੋਈ ਨਾ ਹਿੱਸਾ ਅਤੇ ਨਾ ਕੋਈ ਸਾਂਝ ਹੈ। ਇਹ ਤਾਂ ਜਿਹੜਾ ਸਭ ਕੁਛ ਤਿਆਗ ਕੇ ਸਰੀਰ ਉੱਤੇ ਚੜ੍ਹਾ ਕੇ ਆਉਂਦਾ ਉਹਦੇ ਉੱਤੇ ਲੱਗਦਾ ਯਿਸੂ ਮਸੀਹ ਦਾ ਸਿਰ। ਇਹ ਤਾਂ ਜਿਹੜਾ ਸਭ ਕੁਛ ਭੁੱਲ ਕੇ ਆਉਂਦਾ ਉਹਦੇ ਉੱਤੇ ਲੱਗਦਾ ਯਿਸੂ ਮਸੀਹ ਦਾ ਸਿਰ। ਇਹ ਜਿਹੜਾ ਆਪਣੀ ਇੱਜ਼ਤ ਨੂੰ ਲੈ ਕੇ ਤੁਰਿਆ ਫਿਰਦਾ ਉਹਦੇ ਉੱਤੇ ਯਿਸੂ ਮਸੀਹ ਦਾ ਸਿਰ ਨਿਗਾ। ਮੇਰੀ ਨਾ ਕੋਈ ਇੱਜ਼ਤ ਅਤੇ ਨਾ ਕੋਈ ਬੇਇੱਜ਼ਤੀ, ਮੇਰੀ ਕੋਈ ਪ੍ਰਸ਼ੰਸਾ ਕਰੇ ਉਹ ਮੇਰੀ ਨਹੀਂ ਉਹ ਮੇਰੇ ਪ੍ਰਭੂ ਦੀ ਹੈ, ਮੇਰੀ ਕੋਈ ਬੇਇੱਜ਼ਤੀ ਕਰੇ ਉਹਦੇ ਨਾਲ ਮੈਨੂੰ ਪਰਵਾਹ ਨਹੀਂ, ਕਿਉਂਕਿ ਮੈਂ ਤਾਂ ਆਪਣੇ ਪ੍ਰਭੂ ਨੇ ਆਪਣੇ ਆਪ ਨੂੰ ਦਫ਼ਨ ਕੀਤਾ ਹੀ ਹੋਇਆ। ਇਸ ਕਰਕੇ ਇਹਨਾਂ ਚੀਜ਼ਾਂ ਦੇ ਨਾਲ ਮੈਨੂੰ ਕੋਈ ਲੈਣਾ ਦੇਣਾ ਨਹੀਂ ਆ। ਅਗਲੇ ਦੇ ਕੋਲ ਜੋ ਹੈਗਾ ਆ ਉਹ ਕੱਢਦਾ ਆ, ਉਹਦੇ ਕੋਲ ਗਾਲਾਂ ਆ ਉਹਦੇ ਮਨ 'ਚ ਭਰਿਆ ਆ ਉਹੀ ਉਹਨੇ ਕੱਢਣਾ ਨਾ। ਸਾਡੇ ਮਨ ਦੇ ਵਿੱਚ ਜੋ ਭਰਿਆ ਸੀ ਉਹ ਕੱਢਾਂਗੇ, ਅਤੇ ਸਾਡੇ ਮਨ ਦੇ ਵਿੱਚ ਵਚਨ ਆ, ਅਤੇ ਵਚਨ ਕੀ ਕਹਿੰਦਾ ਅੱਜ ਸਾਨੂੰ ਨੰਬਰ ਇੱਕ, ਇਸ ਤੋਂ ਪਹਿਲਾਂ ਅਸੀਂ ਅੰਤਿਮ ਦਿਨਾਂ ਦੀਆਂ ਗੱਲਾਂ ਨੂੰ ਜਾਣੀਏ, ਸਭ ਤੋਂ ਪਹਿਲਾਂ ਸਾਵਧਾਨ ਹੋਈਏ, ਦੁਸ਼ਮਣ ਨੂੰ ਲਾਈਟਲੀ ਨਾ ਲਈਏ। ਦੁਸ਼ਮਣ ਲੱਭਦਾ ਫਿਰਦਾ ਆ ਸਾਡੀ ਕਿਤੇ ਨਾ ਕਿਤੇ ਕੋਈ ਬਰੀਕੀ ਛੋਟੀ ਜਿਹੀ ਵੀ ਗਲਤੀ ਉਹ ਲੱਭਦਾ ਫਿਰਦਾ, ਔਰ ਅਸੀਂ ਕਿਸੇ ਉਲਝਾਉਣ ਵਾਲੇ ਪਾਪ ਦੇ ਵਿੱਚ ਨਾ ਫਸ ਜਾਈਏ, ਅਸੀਂ ਫਿਰ ਤੋਂ ਉਹਦੇ ਗੁਲਾਮ ਨਾ ਹੋ ਜਾਈਏ ਜਿਹਦੀ ਗੁਲਾਮੀ ਤੋਂ ਉਹਨੇ ਆਪਣੇ ਪਵਿੱਤਰ ਲਹੂ ਦੀ ਕੀਮਤ ਦੇ ਕੇ ਸਾਨੂੰ ਛੁਡਾਇਆ ਆ। ਸੋ ਯਾਦ ਰੱਖਣਾ ਆ, ਨੰਬਰ ਇੱਕ ਸਾਵਧਾਨੀ, ਨੰਬਰ ਦੋ ਕਹਿੰਦਾ ਕੋਈ ਤੁਹਾਨੂੰ ਭਰਮਾਵੇ ਦੇ ਵਿੱਚ ਨਾ ਪਾ ਦੇਵੇ। ਸੋ ਟਾਈਮ ਇਜਾਜ਼ਤ ਨਹੀਂ ਦਿੰਦਾ, ਅਸੀਂ ਹੁਣ ਭਰਮਾਵੇ ਦੇ ਬਾਰੇ ਸਿੱਖੀਏ। ਸੋ ਕੱਲ੍ਹ ਤੱਕ ਦੁਆ ਕਰਦੇ ਰਹੋ, ਅਗਰ ਪ੍ਰਭੂ ਦੀ ਆਮਦ ਦੇ ਵਿੱਚ ਦੇਰੀ ਹੈ ਤਾਂ ਕੱਲ੍ਹ ਨੂੰ ਅਸੀਂ ਭਰਮਾਵੇ ਨੂੰ ਲੈ ਕੇ ਚੱਲਾਂਗੇ, ਔਰ ਉਸ ਤੋਂ ਬਾਅਦ ਫਿਰ ਅਸੀਂ ਅੰਤ ਸਮੇਂ ਦੇ ਨਿਸ਼ਾਨਾਂ ਵੱਲ ਵਧਾਂਗੇ, ਔਰ ਬੜੀ ਬਰੀਕੀ ਦੇ ਨਾਲ ਖੁਦਾ ਦੀ ਕਿਰਪਾ ਵਿੱਚ ਰਹਿੰਦੇ ਹੋਏ ਅਸੀਂ ਸਿੱਖਾਂਗੇ। ਅਤੇ ਮੈਂ ਹਰ ਵਾਰੀ ਕਹਿੰਦਾ ਹਾਂ ਇਹ ਵਿਸ਼ਾ ਮੇਰੀ ਸਮਝ ਤੋਂ ਬਹੁਤ ਉੱਪਰਦਾ ਆ, ਔਰ ਇਹਨੂੰ ਅਗਰ ਮੈਂ ਆਪਣੀ ਸਮਝ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂ ਤਾਂ ਸ਼ਾਇਦ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ। ਸੋ ਇਸ ਵਿਸ਼ੇ ਨੂੰ ਅਗਰ ਪਾਕਰੂ ਸਮਝਾਵੇ, ਇਸ ਵਿਸ਼ੇ ਨੂੰ ਅਗਰ ਪਾਕਰੂ ਸਿਖਾਵੇ ਤਾਂ ਫਿਰ ਹੀ ਅਸੀਂ ਸਮਝ ਸਕਦੇ ਹਾਂ। ਸੋ ਸਭ ਤੋਂ ਜ਼ਿਆਦਾ ਜ਼ਰੂਰੀ ਤੁਹਾਡੀਆਂ ਪ੍ਰਾਰਥਨਾ ਦੀ ਜ਼ਰੂਰਤ ਆ ਕਿ ਪ੍ਰਾਰਥਨਾ ਕਰੋ ਕਿ ਪ੍ਰਭੂ ਦੇ ਆਤਮਾ ਦੀ ਅਗਵਾਈ ਦੇ ਵਿੱਚ ਮੈਂ ਬਣਿਆ ਰਹਾਂ, ਔਰ ਪ੍ਰਭੂ ਵੱਲੋਂ ਹੀ ਹੋਵੇ ਕੋਈ ਵੀ ਗੱਲ, ਮੇਰੀ ਕੋਈ ਆਪਣੀ ਕਿਤੇ ਵੀ ਜਗ੍ਹਾ ਦੇ ਉੱਤੇ ਜਾ ਕੇ ਮੇਰੀ ਬੁੱਧ ਕੰਮ ਨਾ ਕਰੇ, ਕਿਉਂਕਿ ਜਿੱਥੇ ਮੇਰੀ ਬੁੱਧ ਆਈ ਉੱਥੇ ਇਹ ਸਵਾਦ ਹੀ ਖਤਮ ਹੋ ਜਾਣਾ ਹੈ, ਅਤੇ ਜਦੋਂ ਤੱਕ ਆਤਮਾ ਦੀ ਇੱਛਾ ਰਹੇ ਉਦੋਂ ਤੱਕ ਦਿਨ ਪ੍ਰਤੀ ਦਿਨ ਇਹ ਸਵਾਦ ਵੱਧਦਾ ਜਾਣਾ ਆ। ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਆਸ਼ਿਸ਼ ਔਰ ਬਰਕਤ ਦੇਵੇ। ਕੱਲ੍ਹ ਅਸੀਂ ਫਿਰ ਖੁਦਾ ਦੀ ਕਿਰਪਾ ਰਹੀ ਅਤੇ 9 ਵਜੇ ਮਿਲਦੇ ਹਾਂ। ਸਾਰਿਆਂ ਨੂੰ ਜੈ ਮਸੀਹ, ਜਿੰਨੇ ਵੀ ਨਾਲ ਜੁੜੇ ਸੀ ਸਭਨਾਂ ਨੂੰ ਜੈ ਮਸੀਹ, ਔਰ ਮੈਂ ਫਿਰ ਖੁਦਾ ਦੇ ਜਿੰਨੇ ਵੀ ਦਾਸ ਸਾਡੇ ਨਾਲ ਜੁੜੇ ਆ ਸਾਰਿਆਂ ਨੂੰ ਮਸੀਹ ਯਸੂ ਦੇ ਨਾਮ ਦੇ ਵਿੱਚ ਉਹਨਾਂ ਦਾ ਵੈਲਕਮ ਕਰਦਾ ਹਾਂ, ਔਰ ਜੈ ਮਸੀਹ ਕਹਿੰਦਾ ਹਾਂ। ਦੁਆ ਵਿੱਚ ਯਾਦ ਰੱਖਣਾ, ਸਾਰਿਆਂ ਦੇ ਰੱਬ ਨਾਲ ਹੋਵੇ, ਦੁਆ ਕਰਦੇ ਹਾਂ। ਪਿਆਰੇ ਬਾਪ ਸਮਾਨੀ, ਤੇਰੀ ਤਾਰੀਫ ਤੇਰਾ ਧੰਨਵਾਦ ਕਰਦੇ ਹਾਂ ਤੇਰੀ ਦਇਆ ਔਰ ਤੇਰੀ ਮੁਹੱਬਤ ਦੇ ਵਾਸਤੇ ਖੁਦਾਵੰਦ, ਔਰ ਸੱਚਮੁੱਚ ਤੇਰੇ ਕੋਲ ਮੰਗ ਲੈਂਦੇ ਹਾਂ ਇਹਨਾਂ ਅੰਤਿਮ ਦਿਨਾਂ ਦੇ ਵਿੱਚ ਤੇਰੇ ਲੋਕ ਸਾਵਧਾਨ ਹੋ ਜਾਣ ਖੁਦਾਵੰਦ,
ਔਰ ਹਰ ਭਰਮਾਉਣ ਵਾਲੀ ਤਾਕਤ ਦਾ ਸਾਹਮਣਾ ਕਰਨ ਦੇ ਲਈ ਤੇਰੇ ਲੋਕ ਤੇਰੇ ਵਚਨ ਨੂੰ ਆਪਣੇ ਮਨ ਦੇ ਵਿੱਚ ਪੂਰੀ ਤਰ੍ਹਾਂ ਬਿਠਾ ਲੈਣ ਖੁਦਾਵੰਦ। ਔਰ ਤੇਰਾ ਵਚਨ ਹੀ ਸਾਡੀ ਦਲੇਰੀ ਔਰ ਸਾਡੀ ਤਾਕਤ ਹੈ ਖੁਦਾਵੰਦ। ਔਰ ਜਦੋਂ ਤੱਕ ਤੇਰੇ ਵਚਨ ਦੇ ਵਿੱਚ ਅਸੀਂ ਬਣੇ ਹਾਂ ਔਰ ਤੇਰੇ ਵਚਨ ਨੂੰ ਆਪਣੇ ਵਿੱਚ ਰੱਖਿਆ ਹੋਇਆ ਹੈ, ਸ਼ੈਤਾਨ ਦੀ ਕੋਈ ਜ਼ਰੂਰਤ ਨਹੀਂ ਹੈ ਕਿ ਸਾਡੇ ਲਾਗੇ ਵੀ ਫੜਕ ਸਕੇ ਖੁਦਾਵੰਦ। ਉਹ ਉਹਨਾਂ ਦੇ ਮਗਰ ਹੀ ਪੈਂਦਾ ਆ ਜਿਹੜੇ ਤੇਰੇ ਵਿੱਚ ਨਹੀਂ ਆ ਖੁਦਾਵੰਦ। ਸੋ ਬਖਸ਼ੋ ਕਿ ਹਰ ਇਨਸਾਨ ਆਪਣੇ ਆਪ ਨੂੰ ਤੇਰੀ ਕਿਰਪਾ ਦੇ ਹੇਠ ਰੱਖੇ, ਤੇਰੀ ਇੱਛਾ ਦੇ ਵਿੱਚ ਰੱਖੇ ਔਰ ਤੇਰੀ ਹੀ ਇੱਛਾ ਉਹਨਾਂ ਦੇ ਜੀਵਨ ਦੇ ਵਿੱਚ ਪੂਰੀ ਹੁੰਦੀ ਰਹੇ ਖੁਦਾਵੰਦ। ਇੱਕ ਇੱਕ ਜ਼ਿੰਦਗੀ ਨੂੰ ਤੇਰੇ ਮੁਬਾਰਕ ਹੱਥਾਂ ਦਿੰਦੇ, ਜਿਹੜੇ ਸੁਣ ਰਹੇ ਸਨ ਉਹਨਾਂ ਦੇ ਉੱਤੇ ਵੀ ਤੇਰਾ ਰਹਿਮ ਚਾਹੁੰਦੇ ਹਾਂ, ਜਿਹੜੇ ਗਾਂ ਸੁਣਨ ਉਹਨਾਂ ਉੱਤੇ ਵੀ ਤੇਰੀ ਕਿਰਪਾ ਬਣੀ ਰਹੇ ਖੁਦਾਵੰਦ। ਕੱਲ੍ਹ ਤੇਰੀ ਇੱਛਾ ਹੋਵੇ ਤਾਂ ਦੁਬਾਰਾ ਅਸੀਂ ਫਿਰ ਇਕੱਠੇ ਹੋ ਸਕੀਏ। ਤਦ ਤੱਕ ਦੇ ਲਈ ਆਪਣੇ ਆਪ ਨੂੰ ਤੇਰੇ ਸਭ ਲੋਕਾਂ ਨੂੰ ਤੇਰੇ ਮੁਬਾਰਕ ਹੱਥਾਂ 'ਚ ਦਿੰਦੇ ਹਾਂ, ਤੇਰੀ ਨੇਕ ਇੱਛਾ ਨੂੰ ਮੰਗ ਲੈਂਦੇ ਹਾਂ। ਸਾਡੀ ਪ੍ਰਾਰਥਨਾ ਨੂੰ ਸੁਣੋ, ਕਬੂਲ ਕਰੋ ਮਸੀਹ ਯਸੂ ਦੇ ਨਾਮ ਦੇ ਵਿੱਚ, ਆਮੀਨ। ਹੁਣ ਸਾਡੇ ਖੁਦਾਵੰਦ ਯਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਤਰੂ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਹੇ, ਆਮੀਨ। ਹਾਲੇ ਖੁਦਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ। ਸਭ ਨੂੰ ਜੈ ਮਸੀਹ।